ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੋ ਵੀ ਗੁਰਮੁਖ ਪਿਆਰੇ ਇੰਨੇ ਕਠੋਰ ਮੌਸਮ ਦੇ ਬਾਵਜੂਦ ਇੱਥੇ ਪਹੁੰਚੇ ਸੁਣਨ ਲਈ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਅਗਲੀ ਗੱਲ ਸਾਡੇ ਵਾਸਤੇ ਕਿ ਜੋ ਅੱਜ ਦਾ ਵਿਸ਼ਾ ਸਫਰੇ ਸ਼ਹਾਦਤ ਉਸ ਜਗ੍ਹਾ 'ਤੇ ਹੋ ਰਿਹਾ ਹੈ ਜਿੱਥੇ ਉਸ ਸਫਰ ਦੀਆਂ ਅਮਿੱਟ ਪੈੜਾਂ ਪੈ ਗਈਆਂ। ਅਨੰਦਪੁਰ ਸਾਹਿਬ ਵੀ ਇੱਥੋਂ ਦੂਰ ਨਹੀਂ, ਪਰਿਵਾਰ ਵਿਛੋੜਾ ਦੂਰ ਨਹੀਂ, ਚਮਕੌਰ ਸਾਹਿਬ ਗੁਆਂਢ ਵਿੱਚ ਹੈ, ਫਤਿਹਗੜ੍ਹ ਸਾਹਿਬ ਵੀ ਗੁਆਂਢ ਵਿੱਚ ਹੈ। ਸੋ ਵਿਸ਼ਾ ਇਸ ਤਰ੍ਹਾਂ ਦਾ ਹੈ, ਇਹਦੇ 'ਚ ਭਾਵੁਕ ਹੋਣਾ ਬੜਾ ਸੁਭਾਵਿਕ ਹੈ। ਸੋ ਇਸ ਗੱਲ ਲਈ ਥੋੜ੍ਹੀ ਜਿਹੀ ਮਾਫੀ ਬਖਸ਼ੀ। ਵਿਸ਼ੇ ਬਾਰੇ ਮੇਰਾ ਖਿਆਲ ਤੁਹਾਡੇ 'ਚੋਂ ਕਿਸੇ ਬਾਰੇ ਨੂੰ ਵੀ ਵਿਸ਼ਾ ਨਵਾਂ ਨਹੀਂ ਹੈ ਸੱਚ, ਕਿਉਂਕਿ ਇੰਨੇ ਸਾਲਾਂ ਤੋਂ ਆਪਾਂ ਸਫਰੇ ਸ਼ਹਾਦਤ ਦੀਆਂ ਗੱਲਾਂ ਅਨੇਕਾਂ ਵਾਰ ਸੁਣਦੇ ਆ ਰਹੇ ਹਾਂ, ਕਥਾਕਾਰਾਂ ਕੋਲੋਂ, ਲੈਕਚਰਾਰਾਂ ਕੋਲੋਂ, ਕੀਰਤਨੀਆਂ ਕੋਲੋਂ। ਸੋ ਉਹ ਘਟਨਾਵਾਂ ਕੀ ਵਾਪਰੀਆਂ, ਉਹ ਮੰਨ ਕੇ ਚੱਲਦਿਆਂ ਕਿ ਤਕਰੀਬਨ ਜਿਹੜੇ ਇੱਥੇ ਹਾਜ਼ਰ ਨੇ ਅੱਜ ਸਰੋਤੇ, ਉਹਨਾਂ ਸਾਰਿਆਂ ਨੂੰ ਉਹ ਘਟਨਾਵਾਂ ਦਾ ਬਾਖੂਬ ਪਤਾ ਹੈ। ਪਰ ਇਹ ਜਿਹੜਾ ਸਫ਼ਰ ਹੈ, ਇਹ ਗੁਰੂ ਇਤਿਹਾਸ ਦਾ ਸਫ਼ਰ ਹੈ। ਅਤੇ ਜਦੋਂ ਗੁਰੂ ਇਤਿਹਾਸ ਦੀ ਗੱਲ ਆਉਂਦੀ ਹੈ, ਉਦੋਂ ਉੱਥੇ ਇਤਿਹਾਸ ਦੇ ਆਮ ਨਿਯਮ ਲਾਗੂ ਨਹੀਂ ਹੁੰਦੇ, ਕਿਉਂਕਿ ਆਮ ਤੌਰ 'ਤੇ ਜਦੋਂ ਅਸੀਂ ਇਤਿਹਾਸ ਦੇਖਦੇ ਹਾਂ, ਉਹਦੇ ਜੋ ਆਮ ਨਿਯਮ ਕਿ ਉੱਥੇ ਜੋ ਬਾਹਰੀ ਤੱਥ ਹੈ, ਘਟਨਾਵਾਂ ਹੈ, ਵੇਰਵੇ ਹੈ, ਉਹ ਦਰਸਾਏ ਜਾਂਦੇ ਨੇ। ਉਹਨਾਂ ਤੱਥਾਂ, ਉਹਨਾਂ ਘਟਨਾਵਾਂ ਨੂੰ ਜਨਮ ਦੇਣ ਦੇ ਜੋ ਬਾਹਰਮੁਖੀ ਕਾਰਨ ਹੈ, ਜੋ ਬਾਹਰੀ ਕਾਰਨ ਹੈ, ਉਹ ਦਰਸਾਏ ਜਾਂਦੇ। ਸੋ ਉਸ ਇਤਿਹਾਸ ਦਾ ਨਿਯਮ ਇਸ ਤਰ੍ਹਾਂ ਹੀ ਹੈ ਕਿ ਉਹਦੇ ਵਿੱਚ ਜਿਹੜਾ ਉਲਾਰ ਪੱਖ ਹੈ ਜਾਂ ਮੁੱਖ ਜ਼ੋਰ ਹੈ, ਉਹ ਬਾਹਰੀ ਘਟਨਾਵਾਂ ਦੇ ਵੇਰਵਿਆਂ 'ਤੇ ਆਧਾਰਿਤ ਆ, ਉੱਧਰ ਵੱਲ ਨੂੰ ਲੜਿਆ ਹੋਇਆ। ਪਰ ਜਿੱਥੇ ਗੁਰੂ ਇਤਿਹਾਸ ਹੈ, ਉੱਥੇ ਜਿਹੜੀਆਂ ਬਾਹਰੀ ਘਟਨਾਵਾਂ ਹੈ, ਤਿੱਥਾਂ ਥਾਵਾਂ, ਉਹ ਬਹੁਤ ਮਾਮੂਲੀ ਚੀਜ਼ ਹੈ, ਉਹਨਾਂ ਦੀ ਓਨੀ ਅਹਿਮੀਅਤ ਨਹੀਂ ਬਣਦੀ, ਕਿਉਂਕਿ ਜੋ ਤੱਥ ਹੈ ਉਹ ਕਿਵੇਂ ਸਿਰਜਿਆ ਗਿਆ, ਘਟਨਾ ਕਿਵੇਂ ਉਸਰੀ, ਇਹ ਬਹੁਤ ਡੂੰਘਾ ਭੇਤ ਹੈ। ਸੋ ਉਹ ਨਿਯਮ ਜਿਨ੍ਹਾਂ ਨਾਲ ਅਸੀਂ ਆਮ ਹਥਿਆਰ ਇਤਿਹਾਸ ਨੂੰ ਸਮਝ ਸਕਦੇ ਹਾਂ, ਉਹਨਾਂ ਨਾਲ ਇਸ ਇਤਿਹਾਸ ਨੂੰ ਨਹੀਂ ਸਮਝਿਆ ਜਾ ਸਕਦਾ। ਇਹੀ ਟਪਲਾ, ਇਹੀ ਗਲਤੀ, ਇਹੀ ਕੁਤਾਹੀ ਜਿਹੜੇ ਅੱਜ ਦੇ ਆਧੁਨਿਕ ਇਤਿਹਾਸਕਾਰ ਹੈ ਉਹ ਕਰਦੇ।
ਕਿਉਂਕਿ ਗੁਰੂ ਇਤਿਹਾਸ ਤੇ ਦੈਵੀ ਨਿਯਮ ਲਾਗੂ ਹੁੰਦਾ, ਇਤਿਹਾਸ ਦੇ ਬਾਹਰ ਮੁਖੀ ਨਿਯਮ ਨਹੀਂ ਲਾਗੂ ਹੁੰਦੇ। ਗੁਰੂ ਇਤਿਹਾਸ ਕਿਸੇ ਬਾਹਰੀ ਕਾਰਨਾਂ ਦੇ ਪ੍ਰਭਾਵ ਹੇਠ ਪੈਦਾ ਨਹੀਂ ਹੋਇਆ। ਉਸ ਇਤਿਹਾਸ ਨੂੰ ਜਨਮ ਦੇਣ ਵਾਲੇ ਜਿਹੜੇ ਕਾਰਨ ਹੈ ਉਹ ਬਹੁਤ ਡੂੰਘੇ ਹੈ, ਸੂਖਮ ਹੈ, ਅਰੂਪ ਹੈ, ਉਹ ਅਦ੍ਰਿਸ਼ਟ ਅਤੇ ਅਸੀਂ ਗਿੱਜੇ ਹੋਏ ਹਾਂ ਜੋ ਦ੍ਰਿਸ਼ਟਮਾਨ ਹੈ। ਤੱਥ ਵੀ, ਘਟਨਾਵਾਂ ਵੀ, ਥਾਵਾਂ ਵੀ, ਵੇਰਵੇ ਵੀ ਜੋ ਦ੍ਰਿਸ਼ਟਮਾਨ ਹੈ, ਪਰ ਦ੍ਰਿਸ਼ਟਮਾਨ ਦੇ ਪਿਛੋਕੜ ਵਿੱਚ ਕੀ ਹੈ, ਉੱਥੋਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਜੇ ਗੁਰੂ ਇਤਿਹਾਸ ਦੀ ਸਹੀ ਪਛਾਣ ਕਰਨੀ ਹੈ। ਨਹੀਂ, ਜਿਹੜਾ ਇਤਿਹਾਸ ਪੇਸ਼ ਕੀਤਾ ਜਾਊ ਉਹ ਅਧੂਰਾ ਤਾਂ ਹੋਊਗਾ ਹੀ, ਕਾਫੀ ਹੱਦ ਤੱਕ ਗਲਤ ਵੀ ਹੋਊਗਾ। ਹੁਣ ਜਿਹੜਾ ਗੁਰੂ ਇਤਿਹਾਸ ਹੈ, ਜਦੋਂ ਅਸੀਂ ਆਪਾਂ ਇਹ ਕਹਿੰਦੇ ਹਾਂ ਕਿ ਉਹਦੇ ਵਿੱਚ ਦੈਵੀ ਨਿਯਮ ਕੰਮ ਕਰਦਾ, ਤਾਂ ਇਹ ਸਿਰਫ ਬਿਆਨ ਹੈ। ਇਸ ਤੋਂ ਭਾਵ ਕੀ ਹੈ ਇਹ ਸ਼ਾਇਦ ਪੂਰਾ ਮੈਂ ਵੀ ਨਾ ਦਰਸਾ ਸਕਾਂ, ਕਿਉਂਕਿ ਵਿਸ਼ਾ ਇੰਨਾ ਬੋਝਲ ਹੈ। ਸਾਡੇ ਜਿਹੜੇ ਮਨ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਸੁਣਨ ਅਤੇ ਸਮਝਣ ਨੂੰ ਗਿੱਜੇ ਹੋਏ ਆ। ਸੋ ਇਸ ਖੇਤਰ ਦੇ ਵਿੱਚ ਜੋ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਕੰਮ ਕੀਤਾ, ਜਿਹਦਾ ਜ਼ਿਕਰ ਸਰਦਾਰ ਹਰਜਿੰਦਰ ਸਿੰਘ ਭੰਗੂ ਹੁਣੇ ਕਰਕੇ ਗਏ ਨੇ, ਉਹਨਾਂ ਨੇ ਇਤਿਹਾਸ ਬਾਰੇ ਪਹਿਲੀ ਵਾਰ ਇੱਕ ਨਵਾਂ ਦ੍ਰਿਸ਼ਟੀਕੋਣ ਸਾਹਮਣੇ ਲਿਆਂਦਾ। ਪਹਿਲੀ ਵਾਰ ਮੈਂ ਤਾਂ ਕਹਿਣਾ ਕਿ ਇਸ ਤੋਂ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਸਾਰੀਆਂ ਅੰਤਰ ਦ੍ਰਿਸ਼ਟੀਆਂ ਬਹੁਤ ਡੂੰਘੀਆਂ ਦੇਤੀਆਂ ਸੀ, ਪਰ ਉਸ ਨੂੰ ਇੱਕ ਕਿਸੇ ਵੱਜਵੇਂ ਸਿਧਾਂਤ ਦਾ ਰੂਪ ਨਹੀਂ ਸੀ ਦਿੱਤਾ ਪ੍ਰੋਫੈਸਰ ਪੂਰਨ ਸਿੰਘ ਨੇ। ਉਹਨਾਂ ਵਿੱਚੋਂ ਆਪ ਉਹ ਸਿਧਾਂਤ ਲੱਭਣਾ ਅਤੇ ਸਿਰਜਣਾ ਪੈਂਦਾ, ਅਤੇ ਹਰਿੰਦਰ ਸਿੰਘ ਮਹਿਬੂਬ ਨੇ ਇਹ ਕੰਮ ਕੀਤਾ। ਇਸ ਤੋਂ ਪਹਿਲਾਂ ਹੋਰ ਕਿਸੇ ਵਿਦਵਾਨ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸੇ ਕਰਕੇ ਜੋ ਹਰਜਿੰਦਰ ਸਿੰਘ ਭੰਗੂ ਨੇ ਜ਼ਿਕਰ ਕੀਤਾ ਕਿ ਉਹ ਕੱਚੀ ਗੱਡੀ 'ਚ ਬਹਿ ਕੇ ਘੰਟਿਆਂ ਬੱਧੀ ਰੋਂਦੇ ਸੀ, ਉਹਦਾ ਇਹ ਸੀ ਕਿ ਤੁਸੀਂ ਕੋਸ਼ਿਸ਼ ਕਰੋ ਤੁਹਾਡੀ ਕਲਪਨਾ ਜਿਹੜੀ ਹੈ ਉਹਦੀ ਪਕੜ 'ਚ ਕੁਛ ਗੱਲਾਂ ਆ ਸਕਣ। ਇੱਥੇ ਰੁੱਖੇ ਜਿਹੜੇ ਹੈਗੇ ਤੱਤ ਜਾਂ ਘਟਨਾਵਾਂ, ਗੁਰੂ ਇਤਿਹਾਸ ਉਹਨਾਂ ਦਾ ਮੁਹਤਾਜ ਨਹੀਂ। ਸੋ ਉਹ ਕਲਪਨਾ ਦੇ ਜ਼ੋਰ ਨਾਲ ਹੀ ਕੋਈ ਬੰਦਾ ਉੱਥੇ ਪਹੁੰਚ ਸਕਦਾ। ਇਹ ਜਿਹਦੇ 'ਚ ਇੰਨਾ ਤਾਣ ਹੋਊਗਾ, ਜਿਹਦੇ 'ਚ ਜਿੰਨਾ ਤਾਣ ਹੋਊ ਉਹ ਉਹਨਾਂ ਉਸ ਇਤਿਹਾਸ ਦੇ ਨੇੜੇ ਪਹੁੰਚ ਜਾਊਗਾ। ਸੋ ਹਰਿੰਦਰ ਸਿੰਘ ਮਹਿਬੂਬ ਨੇ ਇਹ ਕੀਤਾ ਕਿ ਜਦੋਂ ਉਹਨੇ ਮਹਾਂਕਾਵਿ ਲਿਖਣਾ ਸੀ ਦਸਮ ਪਾਤਸ਼ਾਹ ਬਾਰੇ, ਤਾਂ ਉਹਨੇ ਜਿਹੜਾ ਸਾਰੀਆਂ ਥਾਵਾਂ ਖੁਦ ਜਾ ਕੇ ਦੇਖੀਆਂ, ਭਾਵੇਂ ਕਿ ਹੁਣ ਉਹ ਪੁਰਾਤਨ ਨਿਸ਼ਾਨ ਨਹੀਂ ਰਹੇ, ਥਾਵਾਂ ਬਹੁਤ ਬਦਲ ਗਈਆਂ, ਪਰ ਉਹ ਆਪਦੀ ਕਲਪਨਾ ਦੇ ਜ਼ੋਰ ਨਾਲ ਉੱਥੇ ਪਹੁੰਚਦਾ ਸੀ ਕਿ ਉਦੋਂ ਮਾਹੌਲ ਕੀ ਹੋ। ਉਹਨੇ ਮੈਨੂੰ ਦੱਸਿਆ ਕਿ ਮੈਂ ਜਦੋਂ ਲੋਹਗੜ੍ਹ ਕਿਲ੍ਹੇ ਦੇ
ਉੱਪਰ ਫਸੀਲ 'ਤੇ ਖੜ੍ਹ ਕੇ ਦੇਖਿਆ। ਅੱਧੀ ਰਾਤ ਨੂੰ ਜਦੋਂ ਉੱਥੋਂ ਰਵਾਨਾ ਹੋਏ ਗੁਰੂ ਸਾਹਿਬ, ਉਹੀ ਤਰੀਕ, ਉਹੀ ਠੰਡ ਅਤੇ ਉਹੀ ਹਨੇਰਾ, ਉਸ ਤਰ੍ਹਾਂ ਦੇ ਮੌਸਮ। ਉਹਨੇ ਫਿਰ ਆਪਦਾ ਅੱਖਾਂ ਬੰਦ ਕਰਕੇ ਉਹ ਕਲਪਨਾ ਕੀਤੀ ਕਿ ਕਿਸ ਕਿਸਮ ਦੇ ਮਾਹੌਲ 'ਚੋਂ ਇੱਥੋਂ ਰਵਾਨਗੀ ਹੋਈ। ਉਹ ਕਹਿੰਦਾ ਵੀ ਸਿਆਲ ਇੰਨੀ ਠੰਡ ਸੀ ਅਤੇ ਕੁਛ ਚਿਰ ਬਾਅਦ ਮੈਂ ਪਸੀਨੋ ਪਸੀਨੀ ਹੋ, ਮੈਂ ਡਰਨਾ ਕੰਬ ਗਿਆ, ਹਰ ਪੱਖੋਂ ਇੰਨਾ ਖੌਫਨਾਕ ਦ੍ਰਿਸ਼, ਉਹ ਜਿਹੜਾ ਉੱਥੋਂ ਤੁਰਨਾ ਅਤੇ ਫਿਰ ਜਿੱਥੇ ਜਿੱਥੇ ਗਏ ਉਹ ਸਾਰੀਆਂ ਥਾਵਾਂ ਉਹਨੇ ਆਪ ਤੁਰ ਫਿਰ ਕੇ ਦੇਖੀਆਂ, ਬਹਿ ਕੇ ਦੇਖੀਆਂ, ਕਲਪਨਾ ਦੇ ਜ਼ੋਰ ਨਾਲ ਉਹਨੇ ਬੁੱਝਣ ਦੀ ਕੋਸ਼ਿਸ਼ ਕੀਤੀ। ਉਹਨੇ ਫਿਰ ਉਹ ਮਹਾਂਕਾਵ ਲਿਖਿਆ। ਆਹ ਤਰੀਕਾ ਸੀ ਉਹਦਾ ਇਤਿਹਾਸ ਨੂੰ ਲਿਖਣ ਦਾ। ਇੱਥੇ ਤਾਂ ਸਾਡੇ ਬਹੁਤ ਸਾਰੇ ਅੰਗਰੇਜ਼ ਵਿਦਵਾਨਾਂ ਨੇ ਭਾਰਤ ਵੀ ਨਹੀਂ ਦੇਖਿਆ ਅਤੇ ਗੁਰੂਆਂ ਦਾ ਇਤਿਹਾਸ ਵੀ ਲਿਖੀ ਜਾਂਦੇ, ਬਾਕੀ ਥਾਵਾਂ ਤਾਂ ਛੱਡੋ। ਸੋ ਉਹ ਇਤਿਹਾਸ ਕਿੰਨੀ ਕੁ ਵਫਾ ਕਰ ਸਕਦਾ ਇਹ ਆਪਾਂ ਨੂੰ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਸੋ ਇਹ ਜਿਹੜੀ ਗੱਲ ਹੈ ਕਿ ਉਹ ਕਲਪਨਾ ਦੇ ਜ਼ੋਰ ਨਾਲ ਜਾਣਾ, ਇਹਦੇ 'ਚ ਹੈ ਵੀ ਤੁਹਾਡੇ ਦਿਲ ਦੇ ਅੰਦਰ ਗੁਰੂ ਨਾਲ ਤੁਹਾਡਾ ਰਿਸ਼ਤਾ ਕੀ ਹੈ। ਜੇ ਗੁਰੂ ਨਾਲ ਡੂੰਘਾ ਪ੍ਰੇਮ ਨਹੀਂ ਨਾ, ਗੁਰੂ ਦਾ ਅਦਬ ਨਹੀਂ ਮਨ ਦੇ ਵਿੱਚ, ਫਿਰ ਇਹ ਪੋਸੀਬਲ ਨਹੀਂ ਹੋ ਸਕਦਾ। ਸੋ ਮਹਿਬੂਬ ਨੇ ਪਹਿਲਾ ਸਵਾਲ ਹੀ ਇਹ ਉਭਾਰਿਆ ਕਿ ਇਤਿਹਾਸ ਦੀਆਂ ਅਨੇਕਾਂ ਦਿਸ਼ਾਵਾਂ ਹੁੰਦੀਆਂ, ਕਦੇ ਵੀ ਇਤਿਹਾਸ ਕਹਿਰਾ ਨਹੀਂ ਹੁੰਦਾ। ਇੱਕ ਲੜੀ ਫਲੋ ਅਤੇ ਤੁਸੀਂ ਕਹੋ ਵੀ ਇਤਿਹਾਸ ਬਣ ਗਿਆ, ਅਤੇ ਬਹੁਤ ਦਿਸ਼ਾਵਾਂ ਹੁੰਦੀਆਂ ਅਤੇ ਬੜਾ ਗੁੰਝਲਦਾਰ ਵਰਤਾਰਾ ਹੁੰਦਾ। ਪਰ ਕਹਿੰਦਾ ਜਿਹੜੀਆਂ ਉਹ ਥਰ ਥਰਾਉਂਦੀਆਂ ਦਿਸ਼ਾਵਾਂ ਨੇ ਉਹ ਕਿਹੜੇ ਮਹਾਂਪੁਰਸ਼ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ, ਇਹ ਬੁੱਝੋ। ਜਾਂ ਹੋਰ ਸੌਖਾ ਕਰੀਏ ਆਪਾਂ ਗੱਲ, ਇਤਿਹਾਸ ਦੇ ਕੇਂਦਰ 'ਚ ਕੌਣ ਹੈ, ਬਾਦਸ਼ਾਹ ਜਾਂ ਫਕੀਰ, ਕੋਈ ਵੱਡਾ ਜਰਨੈਲ ਜਾਂ ਕੋਈ ਮਹਾਂਪੁਰਸ਼, ਇਹ ਬੁਨਿਆਦੀ ਸਵਾਲ ਹੈ। ਤੁਸੀਂ ਕੇਂਦਰ 'ਚ ਕਿਹਨੂੰ ਸਮਝਦੇ ਹੋ? ਸੋ ਜਿੰਨਾ ਇਤਿਹਾਸ ਆਮ ਲਿਖਿਆ ਗਿਆ ਦੁਨਿਆਵੀ ਦ੍ਰਿਸ਼ਟੀ ਤੋਂ, ਉਹਦੇ 'ਚ ਬਾਦਸ਼ਾਹਾਂ ਦਾ ਵਰਣਨ ਹੈ, ਜਰਨੈਲਾਂ ਦਾ ਵਰਣਨ ਹੈ, ਹੁਕਮਰਾਨਾਂ ਦਾ ਵਰਣਨ ਹੈ, ਉਸ ਪ੍ਰਸੰਗ ਦੇ ਵਿੱਚ ਉਸ ਚੌਕਟੇ ਵਿੱਚ ਹੀ ਕੁਛ ਜੰਗਾਂ ਦਾ ਅਤੇ ਬਾਕੀ ਜਿਹੜੇ ਉਹਨਾਂ ਦਾ ਵਿਰੋਧ ਦੇ ਵਿੱਚ ਲੜੇ ਉਹਨਾਂ ਦਾ ਜ਼ਿਕਰ ਹੈ। ਮਤਲਬ ਉਹ ਸੈਕੰਡਰੀ ਹੈ, ਉਹ ਗੌਣ ਹੈ। ਸੋ ਮਹਿਬੂਬ ਦਾ ਇਹ ਸੀ ਕਿ ਇਤਿਹਾਸ ਦੇ ਉਸ ਕੇਂਦਰ ਦੇ ਵਿੱਚ ਜਦੋਂ ਗੁਰੂ ਹੈ, ਗੁਰੂ ਦੀ ਹਸਤੀ ਹੈ, ਤਾਂ ਉਹ ਇਤਿਹਾਸ ਫਿਰ ਆਮ ਨਹੀਂ।
ਉਹਦਾ ਨਿਆਰਾ ਰੰਗ ਹੋਊਗਾ ਅਤੇ ਉਸ ਨੂੰ ਬੁੱਝਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਹੁਣ ਆਪਾਂ ਬਹੁਤਾ ਇਹਦੇ ਵਿਸਥਾਰ 'ਚ ਮੈਂ ਨਹੀਂ ਜਾਂਦਾ, ਆਪਾਂ ਮੋਟੀ ਜਿਹੀ ਗੱਲ ਦੇਖਦੇ ਹਾਂ ਕਿ ਜਦੋਂ ਪਹਿਲੀ ਜੰਗ ਹੋਈ ਹੈ ਅਨੰਦਪੁਰ ਦੀ, ਕਿਉਂਕਿ ਅਨੰਦਪੁਰ 'ਤੇ ਖਾਲਸੇ ਦੀ ਸਾਜਨਾ ਤੋਂ ਬਾਅਦ 6 ਜੰਗਾਂ ਹੋਈਆਂ 3 ਸਾਲਾਂ 'ਚ ਉੱਪਰੋਂ ਥਲੀ, ਅਤੇ ਇਹਨਾਂ 3 ਸਾਲਾਂ 'ਚ ਕੋਈ ਵੀ ਅਮਨ ਚੈਨ ਦਾ ਦਿਨ ਹੈ ਨਹੀਂ। ਜਿਹੜੀ ਆਖਰੀ ਜੰਗ ਹੈ ਉਹ 10 ਮਹੀਨੇ ਚੱਲੀ ਹੈ, ਘੇਰਾ ਲਗਾਤਾਰ। ਸੋ ਉਹ ਜਿਹੜਾ ਹੈਗੀਆਂ ਜੰਗਾਂ ਹੋ ਰਹੀਆਂ ਨੇ, ਉਦੋਂ ਖਾਲਸੇ ਦੀ ਗਿਣਤੀ ਕਿੰਨੀ ਸੀ ਸਾਨੂੰ ਇਹ ਤਾਂ ਪਤਾ ਹੈ ਕਿ ਜੋ ਲਸ਼ਕਰ ਸੀ ਦਿੱਲੀ ਤੋਂ ਚੜ੍ਹ ਕੇ ਆਏ ਉਹ ਲੱਖਾਂ ਦੀ ਗਿਣਤੀ ਸੀਗੇ। ਖਾਲਸੇ ਦੀ ਗਿਣਤੀ ਕਿੰਨੀ ਸੀ? ਸੋ ਮਹਿਬੂਬ ਸਾਹਿਬ ਨੇ ਅੰਦਾਜ਼ਾ ਲਾਇਆ ਕਿ ਪਹਿਲੀ ਜੰਗ ਵੇਲੇ ਖਾਲਸੇ ਦੀ ਗਿਣਤੀ ਸਿਰਫ 2000 ਸੀ। ਉਹ ਖਾਲਸਾ ਉਹ ਸੀ ਜਿਹੜਾ ਲਗਾਤਾਰ ਉੱਥੇ ਰਹਿ ਰਿਹਾ ਸੀ ਅਨੰਦਪੁਰ ਸਾਹਿਬ 'ਚ, ਬਾਕੀ ਆਉਂਦੇ ਸੀ ਗੁਰੂ ਦੇ ਦਰਸ਼ਨਾਂ ਨੂੰ, ਕੁਛ ਦਿਨ ਠਹਿਰਦੇ ਸੀ, ਮੁੜ ਕੇ ਘਰਾਂ ਨੂੰ ਮੁੜ ਜਾਂਦੇ ਸੀਗੇ। ਇਹ 2000 ਸਿੰਘ ਅਜਿਹਾ ਸੀ ਜਿਹੜਾ ਪੱਕੇ ਤੌਰ 'ਤੇ ਉੱਥੇ ਰਹਿੰਦਾ ਸੀ। ਸੋ ਪਹਿਲੀ ਜੰਗ ਹੋਈ ਉਹਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਸਿੰਘ ਸ਼ਹੀਦ ਹੋ ਗਏ। ਫਿਰ ਦੂਜੀ ਹੋਈ, ਫਿਰ ਤੀਜੀ ਹੋਈ, ਮਤਲਬ ਲਗਾਤਾਰ ਗਿਣਤੀ ਘੱਟਦੀ ਗਈ। ਅਤੇ ਜਦੋਂ ਖਬਰਾਂ ਪਹੁੰਚੀਆਂ ਸਿੱਖਾਂ ਕੋਲ ਹਰ ਜਗ੍ਹਾ ਦੇ ਉੱਤੇ, ਤਾਂ ਉਹ ਆਪ ਮਾਰਿਆ ਉਹਨਾਂ ਨੇ ਚਾਲੇ ਪਾ ਦਿੱਤੇ। ਫਿਰ ਜਦੋਂ ਆਖਰੀ ਜੰਗ ਹੋਈ ਹੈ ਉਦੋਂ ਉੱਥੇ ਸਿੰਘ 5000 ਹੋ ਚੁੱਕੇ ਸੀ। ਸੋ ਉਹ ਜੰਗ ਹੋਈ ਬੜੀ ਕਹਿਰ ਭਰੀ, ਅਤੇ ਜਦੋਂ ਅਨੰਦਪੁਰ ਸਾਹਿਬ ਤੋਂ ਨਿਕਲੇ ਨੇ ਉਦੋਂ 1000 ਸਿੰਘ ਸੀ ਗੁਰੂ ਜੀ ਦੇ ਨਾਲ। ਉਹਨਾਂ 1000 ਸਿੰਘਾਂ 'ਚੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚਮਕੌਰ ਦੀ ਗੜੀ 'ਚ ਸਿਰਫ 40 ਬਣ। ਜਦੋਂ ਗੁਰੂ ਜੀ ਚਮਕੌਰ ਦੀ ਗੜੀ 'ਚੋਂ ਨਿਕਲੇ ਤਾਂ 11 ਸਿੰਘ ਸੀ, 8 ਉੱਥੇ ਛੱਡ ਤੇ, 3 ਆਪਦੇ ਨਾਲ ਲਏ। ਗੁਰੂ ਸਾਹਿਬ ਇਕੱਲੇ ਨਿਕਲੇ ਸੀ, ਪਰ ਉਹਨਾਂ ਨੇ ਇੱਕ ਤੈਅ ਕਰ ਲਿਆ ਸੀ ਕਿ ਅੱਗੇ ਜਾ ਕੇ ਆਪਾਂ ਮਿਲਾਂਗੇ, ਪਰ ਉੱਥੋਂ ਅਲੱਗ ਅਲੱਗ ਨਿਕਲੇ। ਬਾਕੀ 8 ਸਿੰਘ ਵੀ ਉੱਥੇ ਸ਼ਹੀਦ ਹੋ ਗਏ। ਸੋ ਇਹ 3 ਸਿੰਘ ਗੁਰੂ ਜੀ ਦੇ ਨਾਲ ਸੀ, ਅਤੇ ਦੀਨੇ ਤੱਕ ਕੋਈ ਚੌਥਾ ਨਹੀਂ ਸੀ ਰਲਿਆ। ਮਾਛੀਵਾੜੇ ਗਏ, ਆਲਮਗੀਰ ਗਏ, ਅਤੇ ਫਿਰ ਦੀਨੇ ਗਏ, ਰਾਏਕੋਟ ਗਏ, ਪਰ ਹੁੰਦੇ ਹਨ ਆਉਂਦੇ ਤੁਰ ਚੱਲਦੇ ਚੱਲਦੇ, ਦੀਨੇ ਤੱਕ ਚੌਥਾ ਸਿੰਘ ਕੋਈ ਨਹੀਂ ਸੀ। ਸੋ ਕਿੰਨੇ ਸਿੰਘ ਤੁਸੀਂ ਹੁਣ ਅੰਦਾਜ਼ਾ ਲਾ ਲਓ ਸ਼ਹੀਦ ਹੋ ਗਏ ਸੀ, ਅਤੇ ਉਦੋਂ ਗਿਣਤੀ ਕਿੰਨੀ ਕੁ ਸੀ ਸਿੰਘਾਂ ਦੀ?
ਅਤੇ ਸਭ ਕੁਛ ਦੇ ਬਾਵਜੂਦ ਮਤਲਬ ਕੋਈ ਵੀ ਦੁਨਿਆਵੀ ਤਰਕ ਇਹ ਨਹੀਂ ਮੰਨਦਾ ਕਿ ਗੁਰੂ ਸਾਹਿਬ ਸਹੀ ਸਲਾਮਤ ਪਹੁੰਚ ਜਾਣਗੇ ਕਿਤੇ। ਇੰਨਾ ਹੱਥ ਧੋ ਕੇ ਪਿੱਛੇ ਪਏ ਹੋਏ ਸੀ ਉਹਨਾਂ ਨੂੰ ਮਿਟਾਉਣ ਵਾਸਤੇ, ਲਗਾਤਾਰ ਸੂਏ ਪਿੱਛਾ ਕਰ ਰਹੇ ਨੇ, ਦਸਤੇ ਪਿੱਛਾ ਕਰ ਰਹੇ ਨੇ। ਸੋ ਇੱਕ ਮੌਕਾ ਆਇਆ ਸਿਰਫ ਤਿੰਨ ਸਿੰਘ, ਚਲੋ ਹੌਲੀ ਹੌਲੀ ਜੁੜਦੇ ਗਏ। ਸੋ ਨੰਦੇੜ ਵਿਖੇ ਦੱਖਣ ਦੇ ਵਿੱਚ ਗੁਰੂ ਸਾਹਿਬ ਦਾ ਸਹੀ ਸਲਾਮਤ ਪਹੁੰਚ ਜਾਣਾ, ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣੀ, ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਨਾ, ਇਹ ਕੌਣ ਕਲਪਨਾ ਕਰ ਸਕਦਾ ਸੀ ਜਦੋਂ ਦੀਨਾ ਸਾਹਿਬ ਪਹੁੰਚੇ ਹੋਣਗੇ ਕਿ ਮੁੜ ਕੇ ਫਿਰ ਕੁਛ ਇਸ ਤਰ੍ਹਾਂ ਦਾ ਹੋਊਗਾ। ਸੋ ਸਰਸਰੀ ਨਜ਼ਰ ਨਾਲ ਦੇਖਿਆ ਇਹ ਕਰਾਮਾਤ ਤੋਂ ਘੱਟ ਗੱਲ ਕੋਈ ਨਹੀਂ ਸੀ, ਕਿਸੇ ਦੁਨਿਆਵੀ ਤਰਕ ਨਾਲ ਇਹਨੂੰ ਸਮਝਿਆ ਨਹੀਂ ਜਾ ਸਕਦਾ। ਲਗਾਤਾਰ ਪਿੱਛਾ ਹੋ ਰਿਹਾ ਅਤੇ ਜਿਹੜੇ ਲੋਕ ਵੀ ਨੂੰ ਜਿਹੜੇ ਚੌਧਰੀ ਇਲਾਕਿਆਂ ਦੇ ਉਹ ਸਾਰੇ ਬੈਰੀ ਬਣੇ ਹੋਏ, ਥੋੜ੍ਹੇ ਹੈ ਜਿਨ੍ਹਾਂ ਦੇ ਮਨਾਂ ਦੇ ਵਿੱਚ ਗੁਰੂ ਪ੍ਰਤੀ ਇੱਕ ਅਦਬ ਹੈ, ਉਹ ਉਹਨਾਂ ਨੂੰ ਆਸਰਾ ਵੀ ਦਿੰਦੇ ਨੇ, ਮਦਦ ਵੀ ਕਰਦੇ ਨੇ, ਸਤਿਕਾਰ ਵੀ ਕਰਦੇ ਆ, ਪਰ ਉਹਨਾਂ ਦੀ ਗਿਣਤੀ ਤਾਂ ਮੂਲ ਹੀ ਥੋੜ੍ਹੀ ਆ। ਆਪਾਂ ਅੱਗੇ ਜਾ ਕੇ ਸਾਰੇ ਉਸ ਸਫ਼ਰ ਦਾ ਦੇਖਾਂਗੇ। ਸੋ ਇੰਨੀਆਂ ਕਠੋਰ ਹਾਲਤਾਂ ਦੇ ਵਿੱਚ ਗੁਰੂ ਸਾਹਿਬ ਦਾ ਸਹੀ ਸਲਾਮਤ ਪਹੁੰਚ ਸਕਣਾ, ਇਹ ਰਹੱਸ ਕੀ ਹੈ? ਇਹਨੂੰ ਕਿਸੇ ਦੁਨਿਆਵੀ ਤਰਕ ਨਾਲ ਇਹਦਾ ਕੋਈ ਉੱਤਰ ਨਹੀਂ ਦਿੱਤਾ ਜਾ ਸਕਦਾ। ਉਹ ਰਹੱਸ ਦੈਵੀ ਹੈ, ਜਿੱਥੇ ਆ ਕੇ ਜਿਹੜੇ ਆਧੁਨਿਕ ਵਿਦਵਾਨ ਹੈ ਅਤੇ ਇਤਿਹਾਸਕਾਰ ਹੈ ਜਿਹੜੇ ਇਸ ਚੀਜ਼ ਨੂੰ ਨਹੀਂ ਤਸਲੀਮ ਕਰਦੇ, ਕਿਉਂਕਿ ਉਹਨਾਂ ਨੂੰ ਇਤਿਹਾਸ ਦੇ ਸਾਰੇ ਦ੍ਰਿਸ਼ਟਮਾਨ ਕਾਰਨ ਹੀ ਦਿਸਦੇ ਨੇ, ਅਦ੍ਰਿਸ਼ਟ ਕੁਛ ਨਹੀਂ ਦਿਸਦਾ। ਸੋ ਉਹ ਜਿਹੜੀ ਦੈਵੀ ਅਸੀਂ ਕਹਿੰਦੇ ਹਾਂ ਰਹੱਸ, ਉਹਦੇ ਰੰਗ ਉੱਗੜੇ ਹੈ, ਸਾਰੀਆਂ ਜੰਗਾਂ 'ਚ ਉੱਭਰੇ, ਸਾਰੇ ਸਫ਼ਰ 'ਚ ਉੱਭਰੇ, ਅੰਤ ਤੱਕ ਉੱਭਰੇ ਅਤੇ ਅੱਜ ਤੱਕ ਵੀ ਉੱਭਰ ਰਹੇ। ਸੋ ਇਹ ਸਫ਼ਰ ਦੀ ਜਿਹੜੀ ਬਾਤ ਹੈ ਸਾਰੀ, ਉਹ ਦੈਵੀ ਰਹੱਸ ਦੀ ਬਾਤ, ਜਿਹੜੇ ਬਾਹਰੀ ਤੱਥ ਹੈ, ਜਿਹੜੀਆਂ ਬਾਹਰੀ ਘਟਨਾਵਾਂ ਹੈ, ਜਿਹੜੇ ਬਾਹਰੀ ਵੇਰਵੇ ਨੇ, ਉਹ ਤਾਂ ਮਾਮੂਲੀ ਜਿਹੀਆਂ ਗੱਲਾਂ, ਉਹਨਾਂ ਦੇ ਪਿੱਛੇ ਇੱਕ ਬਲਵਾਨ ਸੱਚ ਖੜਾ ਕੋਈ ਜਿਹਦੇ ਸਿਰ 'ਤੇ ਸਿੱਖ ਜਿਉਂਦਾ ਹੈ, ਸਿੱਖਾਂ ਨੂੰ ਖਤਮ ਕਰਨ ਦੀਆਂ ਪਿਛਲੇ 300 ਸਾਲਾਂ 'ਚ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਕੱਲੀਆਂ ਇਹ ਨਹੀਂ ਕਿ ਜਾਨੋਂ ਮਾਰ ਦਿਓ, ਸੱਭਿਆਚਾਰਕ ਨਸਲ ਕੁਸ਼ੀ, ਸੋਚ ਦੀ ਨਸਲ ਕੁਸ਼ੀ, ਕਿਰਦਾਰਾਂ ਦੀ ਨਸਲ ਕੁਸ਼ੀ, ਸਭ ਕੁਛ ਹੋ ਰਿਹਾ ਅਤੇ ਹੋਇਆ, ਇਸ ਦੇ ਬਾਵਜੂਦ ਕਿਤੇ ਨਾ ਕਿਤੇ ਉਹ ਸਪਿਰਿਟ, ਉਹ ਜਜ਼ਬਾ ਫਿਰ ਵੀ ਸਲਾਮਤ ਹੈ। ਇਹਦੀ ਹੋਰ ਕੋਈ ਵਿਆਖਿਆ ਨਹੀਂ,
ਸੋ ਉਸ ਚੀਜ਼ ਨੂੰ ਸਮਝਣ ਲਈ ਹੁਣ ਆਪਾਂ ਸ਼ੁਰੂ ਕਰਦੇ ਹਾਂ ਗੱਲ ਕਿ ਜਿਹੜਾ ਜੰਗਾਂ ਹੋਈਆਂ ਉਸ ਤੋਂ ਪਹਿਲਾਂ ਸਾਨੂੰ ਦੋ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਕਿ ਉਸ ਮੌਕੇ ਜੋ ਸਤਾ ਦਾ ਢਾਂਚਾ ਸੀ ਜਾਂ ਗੁਰੂ ਦੇ ਜੋ ਬੈਰੀ ਸੀ ਇਕੱਠੇ ਹੋਏ ਉਹਨਾਂ ਦੀ ਤਸਵੀਰ ਕੀ ਬਣਦੀ ਹੈ ਭਲਾ। ਪਹਿਲਾ ਪੱਖ ਇਹ ਦੇਖਣਾ ਬਹੁਤ ਜ਼ਰੂਰੀ ਹੈ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਮੌਕੇ ਮੁਗਲ ਬਾਦਸ਼ਾਹਤ ਸੀਗੀ, ਉਹਦਾ ਗੁਰੂ ਸਾਹਿਬ ਪ੍ਰਤੀ ਰਵੱਈਏ ਦਾ ਵੀ ਸਾਨੂੰ ਪਤਾ ਹੈ। ਪਰ ਸ਼ਹਿਨਸ਼ਾਹ ਦੇ ਹੇਠਾਂ ਅਲੱਗ ਅਲੱਗ ਸੂਬੇ ਸੀ ਅਤੇ ਉਹਨਾਂ ਦੇ ਸੂਬੇਦਾਰ ਹੁੰਦੇ ਸੀ ਅਤੇ ਜੋ ਕੁਛ ਵੀ ਹੁੰਦਾ ਸੀ ਉਹ ਸੂਬੇਦਾਰਾਂ ਰਾਹੀਂ ਹੁੰਦਾ ਸੀ। ਉਹ ਅਹਿਮ ਪੁਰਜੇ ਸੀ ਮੁਗਲ ਸਤਾ ਦੇ, ਸਭ ਤੋਂ ਅਹਿਮ ਪੁਰਜੇ ਜਿਹੜੇ ਸੂਬੇਦਾਰ। ਉਹਨਾਂ ਦੀ ਆਪਦੀ ਫੌਜ ਸੀ ਜਿਹੜੇ ਅਨੰਦਪੁਰ ਨੂੰ ਘੇਰਾ ਪਾਉਣ 'ਚ ਸ਼ਾਮਿਲ ਹੋਏ, ਉਹਦੇ ਵਿੱਚ ਲਾਹੌਰ ਦਾ ਸੂਬੇਦਾਰ, ਸਰਹੰਦ ਦਾ ਸੂਬੇਦਾਰ ਅਤੇ ਕਸ਼ਮੀਰ ਦਾ ਸੂਬੇਦਾਰ। ਸੋ ਇਹ ਤਾਂ ਹੋ ਗਿਆ ਮੁਗਲ ਸਤਾ ਦਾ ਢਾਂਚਾ। ਫਿਰ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਰਦਾਰ ਹੁੰਦੇ ਸੀ, ਚੌਧਰੀ ਹੁੰਦੇ ਸੀ, ਰਾਏ ਹੁੰਦੇ ਸੀ, ਉਹਨਾਂ ਦੇ ਆਪਦੀਆਂ ਨਿੱਜੀ ਸੈਨਾਵਾਂ ਹੁੰਦੀਆਂ ਸੀ, ਹਥਿਆਰਬੰਦ ਲੜਾਕੇ ਕਿਸੇ ਦੇ ਕਿੰਨੇ ਕਿਸੇ ਦੇ ਕਿੰਨੇ, ਅਤੇ ਜੰਗ ਵੇਲੇ ਉਹ ਵੀ ਸਾਰੇ ਲਾਮਬੰਦ ਕੀਤੇ ਜਾਂਦੇ ਸੀ ਸਰਦਾਰਾਂ ਦੇ ਨਿੱਜੀ ਜਿਹੜੀ ਫੌਜ ਹੈ। ਇਸ ਤੋਂ ਅਗਲੀ ਗੱਲ, ਪਹਾੜੀ ਰਾਜਿਆਂ ਦਾ ਅਸੀਂ ਆਮ ਹੀ ਜ਼ਿਕਰ ਸੁਣਦੇ ਹਾਂ, ਸਾਰਿਆਂ ਨੂੰ ਪਤਾ ਹੋਊਗਾ ਉਹ ਪਹਾੜੀ ਰਾਜੇ ਕੀ ਸੀ, ਉਹਨਾਂ ਦਾ ਗੁਰੂ ਸਾਹਿਬ ਨਾਲ ਬੈਰ ਕੀ ਸੀ, ਇਹ ਜ਼ਰੂਰ ਸਾਨੂੰ ਸਮਝ ਲੈਣਾ ਚਾਹੀਦਾ ਕਿਉਂਕਿ ਉਹਨਾਂ ਦਾ ਸਾਰੇ ਕਾਂਡ ਦੇ ਵਿੱਚ, ਸਾਰੇ ਵਰਤਾਰੇ 'ਚ ਬੜਾ ਵੱਡਾ ਮਹੱਤਵਪੂਰਨ ਰੋਲ ਬਣਦਾ। ਇਕੱਲੀ ਮੁਗਲ ਸੈਨਾ, ਇਕੱਲੀ ਮੁਗਲ ਹਕੂਮਤ ਗੁਰੂ ਸਾਹਿਬ ਦਾ ਬਹੁਤਾ ਕੁਛ ਵਿਗਾੜ ਨਹੀਂ ਸਕਦੀ ਸੀ ਕਿਉਂਕਿ ਇਹ ਸੂਬੇਦਾਰ ਸੀਗੇ। ਇਹਦੇ ਵਿੱਚ ਅੱਗੇ ਜਿਹੜੇ ਪਹਾੜੀ ਰਾਜੇ ਹੈ ਉਹ ਕੋਈ ਵੱਡਾ ਕੋਈ ਛੋਟਾ, ਉਹਨਾਂ ਦੀਆਂ ਆਪਦੀਆਂ ਰਿਆਸਤਾਂ ਸੀ ਅਤੇ ਸਾਰੇ ਹਿੰਦੂ ਰਾਜਪੂਤ ਸੀ, ਆਪਣੀਆਂ ਰਿਆਸਤਾਂ ਸੀ ਪਰ ਉਹ ਜਿਹਨੂੰ ਆਪਾਂ ਕਹੀਏ ਖੁਦ ਮੁਖਤਿਆਰ ਜਾਂ ਸੋਵਰਨ ਨਹੀਂ ਸੀ, ਉਹ ਮਤਹਿਤ ਸੀ ਮੁਗਲ ਹਕੂਮਤ ਦੇ, ਉਹ ਗਾਂ ਸੂਬੇਦਾਰਾਂ ਦੇ ਵੀ ਮਤਹਿਤ ਸੀਗੇ। ਉਹਨਾਂ ਤੋਂ ਪੁੱਛ ਕੇ ਆਜ਼ਾਦਾਨਾ ਤੌਰ 'ਤੇ ਉਹ ਕੋਈ ਵੀ ਕਦਮ ਚੁੱਕ ਨਹੀਂ ਸੀ ਸਕਦੇ, ਪੈਰ ਪੈਰ 'ਤੇ ਉਹਨਾਂ ਦੇ ਮੁਥਾਜ ਸੀ। ਇੰਡੀਪੈਂਡੈਂਟਲੀ ਕੁਛ ਨਹੀਂ ਕੀਤਾ ਉਹਨਾਂ ਨੇ, ਨਾ ਕਰ ਸਕਦੇ ਸੀਗੇ ਅਤੇ ਉਹਨਾਂ ਰਾਜਿਆਂ ਦੇ ਵਿੱਚੋਂ ਜਿਹੜਾ ਸਭ ਤੋਂ ਉਹਨਾਂ ਦਾ ਮੋਹਰੀ ਸੀ ਜਾਂ ਜਿਹਨੂੰ ਅਸੀਂ ਰਿੰਗ ਲੀਡਰ ਕਹਿ ਸਕਦੇ ਹਾਂ ਉਹ ਕਹਿਲੂਰ ਦਾ ਰਾਜਾ ਭੀਮ ਚੰਦ ਸੀ। ਪਹਿਲਾਂ ਭੀਮ ਚੰਦ, ਮੁੜ ਕੇ ਉਹਦਾ ਜਿਹੜਾ ਪੁੱਤਰ ਹੈ ਅਜਮੇਰ ਚੰਦ, ਇਹ ਸਭ ਤੋਂ ਵੱਡਾ ਦੁਸ਼ਮਣ ਅਤੇ ਸਭ ਤੋਂ ਅਹਿਮ ਰੋਲ ਉਸ ਰਾਜੇ ਦਾ ਆਇਆ।
ਫਿਰ ਗੜਵਾਲ, ਉੱਥੋਂ ਦਾ ਰਾਜਾ ਫਤਿਹ ਚੰਦ ਉਹ ਸੀ। ਪਰ ਇਹਨਾਂ ਰਾਜਿਆਂ ਦੇ ਵਿੱਚੋਂ ਇੱਕ ਜਸਵਾਲ ਦਾ ਰਾਜਾ ਕੇਸਰੀ ਸਿੰਘ ਇਹ ਸੀ। ਇਹ ਇੱਕ ਟੀਮ ਬਣਦੀ ਸੀ ਇਹਨਾਂ ਰਾਜਿਆਂ ਦੀ। ਪਰ ਪਹਾੜੀ ਰਾਜਿਆਂ 'ਚੋਂ ਕੁਛ ਅਜਿਹੇ ਵੀ ਸੀ ਜਿਨ੍ਹਾਂ ਦੇ ਦਿਲ 'ਚ ਗੁਰੂ ਪ੍ਰਤੀ ਅਦਬ ਵੀ ਸੀ। ਉਹਨਾਂ ਨੂੰ ਗੁਰੂ ਦੀ ਜਿਹੜੀ ਹੈਗੀ ਹੈ ਰੂਹਾਨੀ ਅਜ਼ਮਤ, ਉਹਦਾ ਬਹੁਤਾ ਡੂੰਘਾ ਤਾਂ ਨਹੀਂ ਪਰ ਇੱਕ ਓਪਰਾ ਜਿਹਾ ਅਹਿਸਾਸ ਜ਼ਰੂਰ ਸੀ। ਜਦੋਂ ਉਹ ਅਹਿਸਾਸ ਜ਼ੋਰ ਫੜਦਾ ਸੀ ਉਹ ਗੁਰੂ ਸਾਹਿਬ ਦੇ ਮਿੱਤਰ ਬਣ ਜਾਂਦੇ ਸੀ। ਪਰ ਇੱਕ ਆਪਣੀ ਖਸਲਤ ਸੀ ਉਹਨਾਂ ਦੀ, ਜਨਮ ਜਾਤ ਕਿ ਸੰਸਾਰੀ ਸਵਾਰਥ ਦੀ ਜਕੜ 'ਚ ਸੀਗੇ। ਫਿਰ ਉਹਨਾਂ 'ਚੋਂ ਕਮਜ਼ੋਰੀਆਂ ਵੀ ਸੀ, ਈਰਖਾ ਵੀ ਸੀ, ਖੁਣਸ ਵੀ ਸੀ। ਸੋ ਜਦੋਂ ਉਹ ਗੱਲਾਂ ਜ਼ੋਰ ਫੜਦੀਆਂ ਸੀ ਉਦੋਂ ਉਹ ਗੁਰੂ ਸਾਹਿਬ ਦੇ ਉਲਟ ਹੋ ਜਾਂਦੇ ਸੀ। ਅਜਿਹੇ ਬਹੁਤ ਥੋੜ੍ਹੇ ਸੀ ਜਿਹੜੇ ਹਮੇਸ਼ਾ ਹੀ ਗੁਰੂ ਸਾਹਿਬ ਜੀ ਦੇ ਇਹ ਕਹਿ ਲਓ ਕਿ ਹਤੈਸ਼ੀ ਬਣੇ ਰਹੇ, ਜਿਨ੍ਹਾਂ 'ਚੋਂ ਸਭ ਤੋਂ ਪ੍ਰਮੁੱਖ ਨਾਂ ਨਾਹਣ ਦਾ ਜਿਹੜਾ ਰਾਜਾ ਸੀਗਾ ਮੇਦਨੀ ਪ੍ਰਕਾਸ਼, ਉਹਦਾ ਆਪਾਂ ਕਹਿ ਸਕਦੇ। ਸੋ ਇਹ ਇੱਕ ਤਰਤੀਬ ਜੀ ਬਣਦੀ ਹੈ ਜਿਹੜੀਆਂ ਤਾਕਤਾਂ ਉੱਥੇ ਲਾਮਬੰਦ ਹੋਈਆਂ। ਸੋ ਇੱਕ ਪੱਖ ਤਾਂ ਇਹ ਹੋ ਗਿਆ ਜਿੱਥੋਂ ਸਫ਼ਰੇ ਸ਼ਹਾਦਤ ਨੇ ਜਨਮ ਲਿਆ। ਇਹ ਇੱਕ ਬਾਹਰਮੁਖੀ ਤੱਤ ਹੈ, ਇਹਦੇ ਨਾਲ ਹੀ ਜਿਹੜਾ ਮਹੱਤਵਪੂਰਨ ਤੱਤ ਹੈ ਕਿ ਉਸ ਸਮੇਂ ਉਹਨਾਂ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦਾ ਮਾਹੌਲ ਕੀ ਸੀ। ਜੋ ਸਿੰਘ ਉੱਥੇ ਸੀ 2000 ਸੀ, 5000 ਸੀ, ਕਦੇ ਘੱਟ ਗਿਆ ਕਦੇ ਵੱਧ ਗਿਆ, ਉਹ ਕਿਸ ਅਵਸਥਾ ਦੇ ਵਿੱਚ ਵਿਚਰ ਰਿਹਾ ਸੀ ਇਹ ਸਭ ਤੋਂ ਅਹਿਮ ਹੈ। ਨਹੀਂ ਕਿਸੇ ਵੀ ਜੰਗ ਨੂੰ ਸਮਝਿਆ ਨਹੀਂ ਜਾ ਸਕਦਾ ਨਿਰੋਲ ਗਿਣਤੀ ਦੇ ਲਿਹਾਜ਼ ਨਾਲ। ਜੇ ਗਿਣਤੀ ਨੂੰ ਧਿਆਨ 'ਚ ਰੱਖਣਾ ਹੋਵੇ ਤਾਂ ਸਾਰੀ ਗੱਲ ਗਿਣਤੀ 'ਤੇ ਹੀ ਖੜੀ ਹੋਵੇ ਤਾਂ ਗੁਰੂ ਸਾਹਿਬ ਭੰਗਾਣੀ ਦਾ ਯੁੱਧ ਹੀ ਹਾਰ ਜਾਂਦੇ। ਬਹੁਤ ਥੋੜ੍ਹੇ ਸਿੰਘ ਉਦੋਂ ਜੇ ਖਾਲਸੇ ਦੀ ਸਾਜਨਾ ਵੀ ਨਹੀਂ ਸੀ ਹੋਈ। ਖਾਲਸੇ ਦੀ ਸਾਜਨਾ ਤੋਂ 12-13 ਸਾਲ ਪਹਿਲਾਂ ਭੰਗਾਣੀ ਦਾ ਯੁੱਧ ਹੋਇਆ। ਅਤੇ ਯੁੱਧ ਦਾ ਕਾਰਨ ਵੀ ਕੀ ਕਿ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਨੂੰ ਆਪਦੀ ਰਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਸੀ, ਕਿਉਂਕਿ ਉਹਦੇ ਨਾਲ ਬਹੁਤ ਦੋਸਤੀ ਸੀ ਅਤੇ ਗੁਰੂ ਸਾਹਿਬ ਨੇ ਉਸ ਦੋਸਤੀ ਦਾ ਲਿਹਾਜ਼ ਰੱਖਦਿਆਂ ਉਹ ਗਏ। ਉਹ ਨਾਹਣ ਤੋਂ ਅੱਗੇ ਪੌਂਟਾ ਸਾਹਿਬ ਜਾ ਕੇ ਉਹਨਾਂ ਨੇ ਆਪਣਾ ਟਿਕਾਣਾ ਬਣਾ ਲਿਆ। ਉੱਥੇ ਲੰਮਾ ਚਿਰ ਉਹ ਰਹੇ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਉੱਥੇ ਹੀ ਹੋਇਆ। ਇੰਨੇ ਨੂੰ ਕੀ ਹੋਇਆ ਕਿ ਜਿਹੜਾ ਗੜਵਾਲ ਦਾ ਰਾਜਾ ਸੀ ਫਤਿਹ ਚੰਦ, ਉਹਦੀ ਕੁੜੀ ਦਾ ਵਿਆਹ ਆ ਗਿਆ ਅਤੇ ਕੁੜੀ ਦਾ ਵਿਆਹ ਭੀਮ ਚੰਦ ਦੇ ਮੁੰਡੇ ਅਜਮੇਰ ਚੰਦ ਨਾਲ, ਦੋਵੇਂ ਕੁੜਮ ਬਣ ਗਏ। ਉਸ ਮੌਕੇ ਤੱਕ ਫਤਿਹ ਚੰਦ ਜਿਹੜਾ ਉਹ ਗੁਰੂ ਸਾਹਿਬ ਨਾਲ ਦੋਸਤੀ ਦਾ
ਇੱਕ ਦਿਖਾਵਾ ਕਹਿ ਲਓ ਜਾਂ ਰੁੱਖ ਤਿਆਰ ਕਰਕੇ ਚੱਲ ਰਿਹਾ ਸੀ। ਸੋ ਉਹਨੇ ਬਹੁਤ ਹੀ ਉੱਪਰੋਂ ਉੱਪਰੋਂ ਨਿੱਘ ਨਾਲ ਕਹਿ ਲਓ ਸੱਦਾ ਦਿੱਤਾ ਵੀ ਤੁਸੀਂ ਹੁਣ ਇੱਧਰ ਆਏ ਹੋਏ ਹੋ ਅਤੇ ਇੰਨੀ ਕੁ ਸਾਡੇ 'ਤੇ ਕਿਰਪਾ ਕਰੋ ਵੀ ਸਾਡੇ ਵਿਆਹ ਦੇ ਵਿੱਚ ਸ਼ਾਮਿਲ ਹੋਵੋ। ਗੁਰੂ ਸਾਹਿਬ ਆਪ ਨਹੀਂ ਗਏ। ਹੁਣ ਇਹ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਦੁਨਿਆਵੀ ਪੱਖੋਂ ਦੇਖਿਆ ਅਗਲਾ ਕਹੇ ਖਾ ਮਖਾ ਇੱਕ ਦੁਸ਼ਮਣ ਬਣਾ ਲਿਆ, ਗੱਲ ਕੀ ਸੀ। ਪਰ ਗੁਰੂ ਦਾ ਕੋਈ ਵੀ ਅਮਲ ਉਹ ਬੇਅਰਥ ਨਹੀਂ ਸੀ। ਸਾਨੂੰ ਪਤਾ ਲੱਗੇ ਨਾ ਲੱਗੇ, ਉਹਦੇ ਪਿੱਛੇ ਕੋਈ ਡੂੰਘੀ ਰਮਝ ਹੁੰਦੀ ਸੀ। ਉਹਨਾਂ ਨੂੰ ਮੁਨਾਸਿਬ ਨਾ ਸਮਝਿਆ ਕਿ ਇਹ ਇੰਨੇ ਮਾਣ ਦਾ ਹੱਕਦਾਰ ਨਹੀਂ, ਮੇਦ ਨਹੀਂ ਪ੍ਰਕਾਸ਼ ਦੇ ਜਾ ਸਕਦੇ ਸੀ, ਕਿ ਇਹਦੀ ਦੋਸਤੀ ਸੁੱਚੀ ਨਹੀਂ, ਤਿਲਕਮੀ ਹੈ, ਸਵਾਰਥ 'ਚੋਂ ਨਿਕਲੀ ਹੈ ਸਾਰੀ ਗੱਲ। ਸੋ ਉਹਨਾਂ ਨੇ ਤੋਹਫ਼ਾ ਭੇਜਤਾ ਆਪਣੇ ਦੋ ਸਿੰਘਾਂ ਨੂੰ ਦੇ ਕੇ, ਇੱਕ ਤੰਬੋਲ ਕੀਮਤੀ। ਬਸ ਉਹ ਰਾਜਪੂਤ ਸੀਗਾ, ਸਵਰਨ ਜਾਤੀ ਅਪ੍ਰਕਾਸ਼ਟ ਜਾਤ ਹੰਕਾਰ ਵੀ ਇਹ ਮਜਾਲ ਗੁਰੂ ਦੀ, ਰਾਜਾ ਮੈਂ, ਮੇਰਾ ਸੱਦਾ ਪ੍ਰਵਾਨ ਨਾ ਕੀਤਾ, ਉਹ ਜ਼ਹਿਰ ਚੜ ਗਈ। ਬਸ ਫਿਰ ਉਹ ਭੰਗਾਣੀ 'ਤੇ ਫੌਜਾਂ ਚਾੜ ਕੇ ਲਿਆਂਦੀਆਂ, ਜਿਹਦੇ 'ਚ ਦੂਸਰੇ ਪਹਾੜੀ ਰਾਜਿਆਂ ਨੇ ਵੀ ਸਾਥ ਦਿੱਤਾ। ਹੁਣ ਤੁਸੀਂ ਉਸ ਜੰਗ ਦੀ ਵੀ ਬਣਤਰ ਦੇਖੋ। ਪੀਰ ਬੁੱਧੂ ਸ਼ਾਹ ਆਪਣੇ 700 ਮਰੀਦਾਂ ਨਾਲ ਜੰਗ 'ਚ ਸ਼ਾਮਿਲ ਹੋ ਰਿਹਾ, ਜਿੱਥੇ ਉਹਦੇ ਦੋ ਬੇਟੇ, ਇੱਕ ਭਤੀਜਾ ਅਤੇ ਸੈਂਕੜੇ ਜਿਹੜੇ ਮਰੀਦ ਹੈ ਉਹ ਸ਼ਹੀਦ ਹੋ ਗਏ। ਪੌਂਟਾ ਸਾਹਿਬ ਗੁਰੂ ਸਾਹਿਬ ਕੋਲ 500 ਉਦਾਸੀ ਰਹਿੰਦੇ ਸੀ। ਉਦੋਂ ਕੋਈ ਵੀ ਹੈ, ਭਾਵੇਂ ਉਦਾਸੀ ਹੈ, ਭਾਵੇਂ ਸਾਧੂ ਹੈ, ਭਾਵੇਂ ਫਕੀਰ ਹੈ, ਉਹ ਜੰਗ ਕਰ ਲੈਂਦਾ ਸੀ। ਉਸ ਸਮੇਂ ਇਹੋ ਜਿਹੇ ਸੀ, ਜੰਗ ਲੋੜ ਸੀਗੀ ਬੰਦੇ, ਹਥਿਆਰ ਚਲਾਉਣਾ ਹਰ ਇੱਕ ਨੂੰ ਆਉਂਦਾ ਸੀ। ਸੋ ਉਹ ਵੀ ਜੰਗ 'ਚ ਸ਼ਾਮਿਲ ਹੋਏ, ਪਰ ਥੋੜ੍ਹੇ ਘੰਟਿਆਂ ਬਾਅਦ ਹੀ 500 ਭੱਜ ਗਿਆ। ਕੁਛ ਪਠਾਣ ਰਹਿੰਦੇ ਸੀਗੇ ਉੱਥੇ ਪੌਂਟਾ ਸਾਹਿਬ ਗੁਰੂ ਸਾਹਿਬ ਕੋਲ, ਕਾਫੀ ਵੱਡੀ ਗਿਣਤੀ 'ਚ, ਕਿਉਂਕਿ ਗੁਰੂ ਸਾਹਿਬ ਦੇ ਮਰੀਦਾਂ ਦਾ ਘੇਰਾ ਬਹੁਤ ਵੱਡਾ ਸੀ, ਉਦਾਸੀਆਂ ਤੋਂ ਲੈ ਕੇ ਪਠਾਣਾਂ ਤੱਕ, ਫਕੀਰਾਂ ਤੋਂ ਲੈ ਕੇ ਕਵੀਆਂ ਵਿਦਵਾਨਾਂ ਤੱਕ ਬਹੁਤ ਵੱਡਾ ਘੇਰਾ ਸੀ। ਉਹ ਪਠਾਣ ਵੀ ਜੰਗ 'ਚ ਗਏ, ਪਰ ਉਹ ਵੀ ਭੱਜ ਗਏ। ਸੋ ਉਦਾਸੀਆਂ ਵਿੱਚੋਂ ਸਿਰਫ ਇੱਕ ਕਿਰਪਾਲਾ, ਉਹ ਲਗਾਤਾਰ ਉੱਥੇ ਰਿਹਾ, ਉਹਨੇ ਸਾਰੀ ਜੰਗ ਲੜੀ। ਹੁਣ ਇੱਕ ਸੰਕੇਤ ਹੈ ਕਿ ਸੱਚੇ ਅਤੇ ਝੂਠੇ ਦੀ ਪਰਖ ਦਾ, ਕੌਣ ਕਿਸ ਨੀਤ ਨਾਲ ਰਹਿ ਰਿਹਾ ਸੀ, ਕੌਣ ਕਿਸ ਨੀਤ ਨਾਲ ਰਹਿ ਰਿਹਾ ਸੀ। ਹਰ ਇੱਕ 'ਤੇ ਉਹ ਰੰਗ ਨਹੀਂ ਚੜ੍ਹਦਾ ਹੁੰਦਾ, ਨੀਤ ਦਾ ਫਰਕ ਹੈ। ਸੋ ਉਹ ਜੰਗ ਹੋਈ, ਉਸ ਜੰਗ ਦੇ ਵਿੱਚ ਜਿਹੜਾ ਉਹਨਾਂ ਦਾ ਸਭ ਤੋਂ ਪਹਾੜੀਆਂ ਦਾ ਨਿਪੁੰਨ ਤੀਰ ਸਾਜ਼ ਸੀ, ਕਿਉਂਕਿ ਤੀਰ ਉਦੋਂ ਬਹੁਤ ਜ਼ਿਆਦਾ ਇੱਕ ਵੱਡਾ ਮਹੱਤਵਪੂਰਨ ਹਥਿਆਰ ਜੰਗ 'ਚ ਹੁੰਦਾ ਸੀ, ਜਦੋਂ ਅਜੇ ਬੰਦੂਕਾਂ ਆਈਆਂ ਹੀ ਸੀ, ਥੋੜ੍ਹੀਆਂ ਸੀ, ਆਮ ਨਹੀਂ ਸੀ।
ਅਤੇ ਇੱਧਰੋਂ ਗੁਰੂ ਸਾਹਿਬ ਵੀ ਤੀਰ ਕਲਾ ਦੇ ਸਭ ਨੂੰ ਪਤਾ ਹੈ, ਨਿਪੁੰਨ ਸੀਗੇ। ਸੋ ਉਹ ਫਿਰ ਉਹਨਾਂ ਨੇ ਛਾਂਟ ਕੇ ਲਿਆਂਦਾ ਸੀ ਅਤੇ ਉਹਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਬੰਨ ਕੇ ਆਪਦੇ ਦੋ ਤੀਰ ਛੱਡੇ ਜਿਹੜੇ ਗੁਰੂ ਸਾਹਿਬ ਦੀ ਦਸਤਾਰ ਨੂੰ ਛੂਹ ਕੇ ਅੱਗੇ ਲੰਘੇ। ਉਸ ਤੋਂ ਬਾਅਦ ਗੁਰੂਆਂ ਨੇ ਪਹਿਲਾਂ ਹੀ ਤੀਰ ਛੱਡਿਆ, ਉਹਨੂੰ ਖਤਮ ਕਰਤਾ। ਸੋ ਇਹ ਜੰਗ ਕੀ ਹੋਇਆ ਕਿ ਸ਼ਾਮ ਤੱਕ ਜੰਗ ਜਿੱਤ ਲਈ, ਹਾਲਾਂਕਿ ਗਿਣਤੀਆਂ ਦੇ ਲਿਹਾਜ਼ ਨਾਲ ਕੋਈ ਮੁਕਾਬਲਾ ਹੀ ਨਹੀਂ ਸੀ। ਸੋ ਇਸ ਜੰਗ ਨੇ ਇੱਕ ਸਬਕ ਸਿਖਾ ਮਤਲਬ ਦੇਤਾ, ਜੰਗ ਬਾਰੇ ਇੱਕ ਸਬਕ ਵੱਡਾ ਜਿਹੜਾ ਸਦੀਵੀ ਹੈ ਕਿ ਜੰਗ ਵਿੱਚ ਗੱਲ ਨਿਰੋਲ ਗਿਣਤੀਆਂ ਦੀ ਨਹੀਂ ਹੁੰਦੀ। ਜਿਹੜਾ ਰੂਹ ਦਾ ਜਲਬਾ ਹੈ, ਜਿਹੜਾ ਇਲਾਹੀ ਜਲਾਲ ਹੈ, ਉਹਦੇ ਸਾਹਮਣੇ ਗਿਣਤੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਇਹ ਪਹਿਲਾ ਭੰਗਾਣੀ ਦੇ ਯੁੱਧ ਦਾ ਸਬਕ ਸੀਗਾ, ਕਿਉਂਕਿ ਜੰਗ ਤੋਂ ਗਿਣਤੀਆਂ ਵਿਚਕਾਰ ਨਹੀਂ ਸੀ ਹੋ ਰਹੀ। ਇੱਕ ਪਾਸੇ ਝੂਠ ਅਤੇ ਹੰਕਾਰ ਦੇ ਲਸ਼ਕਰ ਅਤੇ ਦੂਜੇ ਪਾਸੇ ਰੂਹਾਨੀ ਜਲਬਾ। ਸੋ ਇਹ ਸਬਕ ਜਿਹੜੀ ਇਹ ਗੱਲ ਹੈ, ਇਹ ਜਿਹੜਾ ਅਮਲ ਹੈ, ਉਹ ਲਗਾਤਾਰ ਜਾਰੀ ਹੈ, ਬਾਰ ਬਾਰ ਦੁਹਰਾਇਆ। ਸਭ ਤੋਂ ਜਿਹੜਾ ਆਪਾਂ ਤਾਜ਼ਾ ਕਹਿ ਸਕਦੇ ਹਾਂ 1984 'ਚ ਸੰਤ ਜਰਨੈਲ ਸਿੰਘ ਨੇ, 150 ਤੋਂ ਵੱਧ ਸਿੰਘ ਨਹੀਂ ਸੀ ਅਤੇ ਭਾਰਤੀ ਫੌਜ ਦੁਨੀਆ ਦੀ ਸਭ ਇੱਕ ਮਜ਼ਬੂਤ ਫੌਜਾਂ 'ਚੋਂ ਸੀਗੀ, ਸਭ ਕੁਛ ਸੀਗਾ ਉਹਨਾਂ ਕੋਲ। ਸੋ ਉੱਥੇ ਫਿਰ ਦਿਖਾਤਾ ਸਿੱਖਾਂ ਕਿ ਜੰਗ ਦਾ ਫੈਸਲਾ ਗਿਣਤੀਆਂ ਨੇ ਨਹੀਂ ਕਰਨਾ, ਇਹ ਰੂਹ ਦੇ ਜਲਬੇ ਨੇ ਕਰਨਾ। ਸੋ ਇਹ ਸੀ ਕਿ ਜਿਹੜਾ ਜੋ ਗੁਰੂ ਸਾਹਿਬ ਜੋ ਕਰ ਕਰਕੇ ਜੋ ਕਰ ਰਹੇ ਸੀਗੇ, ਉਹਦੇ ਵਿੱਚੋਂ ਕੋਈ ਬਹੁਤ ਕੀਮਤੀ ਸਬਕ ਲਗਾਤਾਰ ਦ੍ਰਿੜ ਕਰਵਾਉਂਦੇ ਜਾ ਰਹੇ ਸੀ, ਸਦੀਵੀ ਤੌਰ 'ਤੇ ਕਾਇਮ ਰਹਿਣ ਵਾਲੇ, ਤਾਂ ਕਿ ਸਿੱਖ ਕਦੇ ਵੀ ਗਿਣਤੀ ਦੇ ਭੈ 'ਚ ਨਾ ਆ ਜੇ, ਕਿਉਂਕਿ ਸਿੱਖਾਂ ਨੇ ਰਹਿਣਾ ਤਾਂ ਘੱਟ ਗਿਣਤੀ 'ਚ ਹੀ, ਉਦੋਂ ਵੀ ਘੱਟ ਗਿਣਤੀ ਸੀ, ਅੱਜ ਵੀ ਅਤੇ ਭਵਿੱਖ 'ਚ ਵੀ ਘੱਟ ਗਿਣਤੀ 'ਚ ਹੀ ਰਹਿਣਗੇ, ਪਰ ਉਹ ਗਿਣਤੀ ਨਾ ਦੇਖਣ। ਇਹ ਇੱਕ ਸਬਕ ਸੀ ਪਹਿਲਾ। ਚਲੋ ਇਹ ਜੰਗ ਹੋਈ, ਤਾਂ ਇਸ ਜੰਗ ਤੋਂ ਬਾਅਦ ਹੀ ਕਹਿੰਦੇ ਹੈ ਸਾਹਿਬਜ਼ਾਦਾ ਅਜੀਤ ਸਿੰਘ ਦਾ ਨਾਮਕਰਨ ਹੋਇਆ, ਅਜਿਤ, ਅਜੀਤ। ਉਸ ਤੋਂ ਬਾਅਦ ਗੁਰੂ ਸਾਹਿਬ ਫਿਰ ਅਨੰਦਪੁਰ ਸਾਹਿਬ ਆ ਗਏ, ਚਲੋ ਖਾਲਸੇ ਦੀ ਸਿਰਜਣਾ ਹੋ ਗਈ। ਖਾਲਸੇ ਦੀ ਸਿਰਜਣਾ ਹੋਏ ਨੂੰ 2 ਵਰੀ ਲੰਘੇ ਅਤੇ ਅਨੰਦਪੁਰ 'ਤੇ ਵੱਡੀਆਂ ਜੰਗਾਂ ਦੇ ਦਿਨ ਸ਼ੁਰੂ ਹੋ ਗਏ। 2 ਸਾਲ ਸਿਰਫ। ਹੁਣ ਜਿਹੜੇ 2 ਸਾਲ ਹੈ, ਉਦੋਂ ਉੱਥੋਂ ਦਾ ਵਾਤਾਵਰਨ ਕੀ ਹੈ, ਇਹ ਦੇਖਣਾ ਬਹੁਤ ਜ਼ਰੂਰੀ ਹੈ, ਜਿਹਦੇ 'ਚੋਂ ਤੁਹਾਨੂੰ ਜੰਗਾਂ ਦੀ ਸਾਰੀ ਕਮਿਸਟਰੀ ਕਹਿ ਲਓ, ਉਹ ਸਭ ਕੁਝ ਸਮਝ ਆ ਜੂ।
ਹੁਣ ਗਿਣਤੀ ਦੇ ਲਿਹਾਜ਼ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਹੈ, 2000 ਬੰਦਾ ਹੀ ਸੀ ਜਿਹੜਾ ਲਗਾਤਾਰ ਉੱਥੇ ਰਹਿੰਦਾ ਸੀ, ਪਰ ਉਹ 2000 ਕੀ ਬਣ ਗਿਆ ਸੀ? ਉਹ ਇਹ ਹੈ ਕਿ ਇਹ ਕਹਿ ਲਓ ਕਿ 2 ਸਾਲ ਉਹ ਗੁਰੂ ਸਾਹਿਬ ਦੇ ਇਲਾਹੀ ਨੂਰ ਦਾ ਹੀ ਇਸ਼ਨਾਨ ਕਰਦਾ ਰਿਹਾ। ਜਿਹੜਾ ਗੁਰੂ ਹੈ ਨਾ, ਉਹਦੀ ਨੇੜਤਾ ਜਿਹੜੀ, ਜਿੱਥੇ ਉਹ ਆਪ ਜਿਸਮਾਨੀ ਤੌਰ 'ਤੇ ਹਾਜ਼ਰ ਹੈ, ਤੁਹਾਡੇ ਮਨ 'ਚੋਂ ਤਾਂ ਕੋਈ ਬਿੰਬ ਨਹੀਂ, ਗੁਰੂ ਤੁਹਾਨੂੰ ਦਿਸ ਰਿਹਾ ਬਸ। ਉਹ ਨੇੜਤਾ ਦਾ ਮਹੱਤਵ ਕੀ ਹੈ, ਸਿਗਨੀਫਿਕੈਂਸ ਕੀ ਹੈ, ਇਹ ਕਿਸੇ ਇਤਿਹਾਸਕਾਰ ਅਤੇ ਵਿਦਵਾਨ ਦੀ ਦੂਜਿਆਂ ਦੀ ਸਮਝ 'ਚ ਕਦੇ ਵੀ ਨਹੀਂ ਆਉਣਾ। ਸਾਰੀ ਗੱਲ ਦਾ ਕੇਂਦਰੀ ਤੱਤ ਉੱਥੇ ਹੀ ਪਿਆ ਕਿ ਗੁਰੂ ਦੀ ਨੇੜਤਾ ਨੇ ਉਹਨਾਂ ਨੂੰ ਕੀ ਕਰਤਾ, ਸਿੱਖਾਂ ਨੂੰ। ਉਹ ਸਿੱਖਾਂ ਨੂੰ ਗੁਰੂ ਦੀ ਨੇੜਤਾ ਦਾ ਇੱਕ ਨਸ਼ਾ ਸੀ, ਅਤੇ ਗੁਰੂ ਦੇ ਇੱਕ ਇਸ਼ਾਰੇ 'ਤੇ ਮਰਨ ਦਾ ਚਾਅ ਛਲਕਦਾ ਸੀ ਹਰ ਵੇਲੇ। ਅਤੇ ਉਹ ਲਗਾਤਾਰ ਉਸ ਨੇੜਤਾ ਦੇ ਮੰਡਲ 'ਚ ਰਹਿ ਰਹੇ ਸੀ। ਉਸ ਨੇੜਤਾ ਨੇ 2 ਸਾਲਾਂ 'ਚ ਜਿਹੜੀ ਖਾਲਸੇ ਦੀ ਉੱਚੀ ਸੁਰਤ ਹੈ ਉਹਦੇ ਵਿੱਚ ਬੜੀ ਪਰਿਵਰਤਨ ਆਏ। ਉਸ ਉੱਚੀ ਸੁਰਤ ਨੇ ਨਵੇਂ ਤੋਂ ਨਵੇਂ ਧਰਾਤਲ, ਨਵੇਂ ਤੋਂ ਨਵੇਂ ਪੜਾਅ, ਇੱਕ ਤਾਂ ਹੁੰਦਾ ਨਾ ਇੱਕ ਵਕਤੀ ਕਾਲ ਜਿੱਥੇ ਉਹ ਵਿਚਰ ਰਹੇ ਨੇ, ਉਹ ਤੋਂ ਅੱਗੇ ਲੰਘ ਕੇ ਉਹ ਸੁਰਤ ਨੇ ਬਹੁਤ ਉੱਚੀ ਉਡਾਰੀਆਂ ਮਾਰੀਆਂ 2 ਸਾਲਾਂ 'ਚ। ਉਸ ਉੱਚੀ ਉਡਾਣ ਦੀ ਕੋਈ ਸੀਮਾ ਨਹੀਂ ਸੀ, ਆਕਾਸ਼ ਵੀ ਨਹੀਂ। ਉਹ ਇੰਨਾ ਤਾਣ ਸੀ ਉਸ ਉਡਾਰੀ ਦੇ ਵਿੱਚ ਜਾਂ ਉਸ ਸੁਰਤ ਦੇ ਵਿੱਚ ਕਿ ਉਹ ਆਪਦਾ ਆਕਾਸ਼ ਵੀ ਆਪ ਸਿਰਜ ਲੈਂਦੀ ਸੀ। ਸੋ ਉਹ ਉੱਚੀ ਸੁਰਤ ਕੀ ਹੈ? ਇਹ ਸਾਰੇ ਜਲਬੇ ਖਾਲਸੇ ਦੀ ਉਸ ਉੱਚੀ ਸੁਰਤ ਦੇ, ਇਹ ਕਿਸੇ ਸਮਾਧੀ ਨਾਲ, ਕਿਸੇ ਯਤਨ ਨਾਲ, ਕਿਸੇ ਤਪੱਸਿਆ ਨਾਲ ਨਹੀਂ ਆ ਸਕਦੀ। ਇਹ ਤਾਂ ਬੜੇ ਸਹਿਜ ਰੂਪ 'ਚ ਆਉਂਦੀ ਹੈ, ਗੁਰੂ ਦੀ ਨੇੜਤਾ। ਜੇ ਗੁਰੂ ਆਪ ਹਾਜ਼ਰ ਹੈ ਉਹਦੀ ਨੇ ਉਦੋਂ ਉਸ ਤਰ੍ਹਾਂ ਨੇੜਤਾ, ਉਸ ਤੋਂ ਬਾਅਦ ਜਦੋਂ ਗੁਰੂ ਨਹੀਂ, ਗੁਰੂ ਚਲੇ ਗਏ, ਤੁਹਾਡੇ ਮਨ 'ਚ ਗੁਰੂ ਦਾ ਨਕਸ਼ਾ ਬਿੰਬ ਕੀ ਹੈ? ਤੁਸੀਂ ਗੁਰੂ ਨੂੰ ਕਿਹੋ ਜਿਹਾ ਸਮਝਦੇ ਹੋ? ਤੁਹਾਡੇ ਮਨ 'ਚ ਕੋਈ ਨਕਸ਼ਾ ਤਾਂ ਹੁੰਦਾ ਨਾ ਗੁਰੂ, ਵੀ ਗੁਰੂ ਇਹੋ ਜਿਹੇ ਸੀ, ਅਤੇ ਜਿੰਨਾ ਉਹ ਨਕਸ਼ਾ ਉਹ ਬਿੰਬ ਸ਼ੁੱਧ ਹੋਊ, ਓਨਾ ਹੀ ਤੁਹਾਡੇ ਅੰਦਰ ਉਹ ਜਜ਼ਬਾ ਬਲਵਾਨ ਹੋਊਗਾ। ਹੁਣ ਉਹ ਬਿੰਬ ਕਿੱਥੋਂ ਆਉਂਦਾ ਹੈ? ਉਹ ਅਸੀਂ ਸੁਣਦੇ ਹਾਂ ਕਿਸੇ ਤੋਂ ਜਾਂ ਪੜ੍ਹਦੇ ਹਾਂ। ਮਨ 'ਚ ਕੋਈ ਨਕਸ਼ਾ ਤਾਂ ਹੀ ਬਣਦਾ ਨਾ ਵੀ ਗੁਰੂ ਇਹੋ ਜਿਹਾ ਸੀ। ਹੁਣ ਤੁਸੀਂ ਪ੍ਰਚਾਰਕਾਂ ਤੋਂ ਸੁਣ ਲਓ, ਉਹ ਕਿਹੋ ਜਿਹਾ ਬਿੰਬ ਪੇਸ਼ ਕਰ ਰਹੇ ਨੇ ਗੁਰੂ ਦਾ ਭਲਾ।
ਸੋ ਉਹ ਜਿਹੜੀ ਸੰਗਤ ਸੀ ਉਸ ਮੌਕੇ ਦੇ ਉੱਤੇ, ਉਹ ਜਿਹੜਾ ਖਾਲਸਾ ਸੀ ਉੱਥੇ, ਉਹ ਬਿੰਬ ਦੇ ਆਸਰੇ ਨਹੀਂ ਸੀ, ਉਹ ਤਾਂ ਖੁਦ ਗੁਰੂ ਦੀ ਨੇੜਤਾ ਦੇ ਵਿੱਚ ਵਿਚਰ ਰਿਹਾ ਸੀ ਲਗਾਤਾਰ। ਇੱਕ ਮਿੰਟ ਵੀ ਪਾਸੇ ਹੋਣ ਨੂੰ ਜੀ ਨਹੀਂ ਸੀ ਕਰਦਾ, ਉਹ ਘਰਾਂ ਨੂੰ ਨਹੀਂ ਸੀ ਜਾਂਦੇ, ਇੱਕ ਇੱਕ ਪਲ ਜਿਉਂ ਰਹੇ ਸੀਗੇ। ਸੋ ਹੌਲੀ ਹੌਲੀ ਜਿਹੜੇ ਉਹਨਾਂ ਦੀ ਉੱਚੀ ਸੁਰਤ ਸੀ ਉਹ ਗੁਰੂ ਦਾ ਰੂਪ ਹੀ ਧਾਰਨ ਕਰੀ। ਹਰ ਖਾਲਸਾ ਦੇ ਆਪ 'ਚ ਇੱਕ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਦਾ ਜਾ ਰਿਹਾ ਸੀ। ਉਹਨਾਂ ਦੇ ਚਿਹਨ, ਉਹਨਾਂ ਦੇ ਅਮਲ, ਉਹਨਾਂ ਦੇ ਬੋਲ ਉਸ ਮੁਤਾਬਕ ਠਰ ਰਹੇ ਸੀ। ਅਤੇ ਉੱਥੇ ਗੁਰੂ ਦਾ ਜੋ ਸੀਗਾ ਹਰ ਬੋਲ, ਗੁਰੂ ਦਾ ਹਰ ਅਮਲ ਅਤੇ ਗੁਰੂ ਦੀ ਹਰ ਨਸੀਹਤ, ਉਹਦੇ ਬਹੁਤ ਡੂੰਘੇ ਭੇਦ ਸੀ। ਅਤੇ ਖਾਲਸਾ ਉਹਦੀ ਤਹਿ ਤੱਕ ਜਾਣ ਦਾ ਯਤਨ ਕਰ ਰਿਹਾ ਸੀ ਵੀ ਜੋ ਆ ਬੋਲ ਬੋਲੇ ਨੇ ਇਹਦਾ ਅਰਥ ਕੀ ਹੈ, ਜੋ ਬਚਨ ਕੀਤੇ ਹੈ ਉਹਨਾਂ ਦਾ ਅਮਲ ਦੇਖ ਕੇ। ਜਿਹੜੀਆਂ ਨਸੀਹਤਾਂ ਸੀ ਉਹ ਕੋਈ ਐਂ ਨਹੀਂ ਵੀ ਬਖਤੀ ਤੌਰ 'ਤੇ ਐਂ ਕਰਨਾ ਚੰਗਾ ਹੁੰਦਾ, ਐਂ ਕਰਨਾ ਮਾੜਾ ਹੁੰਦਾ, ਜਿਵੇਂ ਆਪਾਂ ਵਿਧੀ ਵਿਧਾਨ ਜਿਹਾ ਬਣਾ ਲੈਂਦੇ ਹਾਂ, ਡੂਜ਼ ਐਂਡ ਡੋਂਟਸ। ਉਹਨਾਂ ਦੇ ਅਰਥ ਬਹੁਤ ਮਤਲਬ ਵਸਤੂ ਕਾਲ ਤੋਂ ਅੱਗੇ ਚਲੇ ਜਾਂਦੇ ਸੀ। ਸੋ ਉਹ ਸਾਰੇ ਧਰਾਤਲ ਯਤਨ ਕਰਦੀ ਸੀਗੇ ਖਾਲਸਾ ਸਮਝਣ ਦਾ। ਇਹ ਇੱਕ ਮਾਹੌਲ ਉੱਥੇ ਲਗਾਤਾਰ 2 ਸਾਲ ਇਸ ਤਰ੍ਹਾਂ ਦਾ ਚੱਲਿਆ। ਸਿੱਖਾਂ ਦੇ ਵਿੱਚ ਖਾਲਸਾ 'ਚ ਆਏ ਪਰਿਵਰਤਨ ਦਾ, ਉਹ ਦਸ਼ਮੇਸ਼ ਦੀਆਂ ਜਿਹੜੀਆਂ ਰਮਜਾਂ ਸੀ ਉਹਦੀਆਂ ਉਹਨਾਂ ਨੂੰ ਕੋਈ ਕਣਸੋਆਂ ਜਿਹੀਆਂ ਮਿਲ ਰਹੀਆਂ ਸੀ ਕਿ ਕੁਛ ਹੋਣ ਵਾਲਾ ਹੈ। ਠੋਸ ਨਕਸ਼ਾ ਕੁਛ ਨਹੀਂ ਸੀ ਬਣਦਾ, ਪਰ ਸਭ ਨੂੰ ਪਤਾ ਸੀ ਕਿ ਕੁਛ ਹੋਣ ਵਾਲਾ ਹੈ, ਸਧਾਰਨ ਨਹੀਂ, ਕੁਛ ਵੱਡਾ ਵਾਪਰਨ ਵਾਲਾ। ਅਤੇ ਨਾ ਗੁਰੂ ਨੇ ਕਦੇ ਆਪ ਸਿੱਧੀ ਦੱਸਿਆ, ਪਰ ਉਹ ਕਣਸੋਹਾਂ ਉਹਨਾਂ ਨੂੰ ਮਿਲ ਰਹੀਆਂ ਸੀ ਰਮਜਾਂ 'ਚੋਂ, ਗੁਰੂ ਦੇ ਸਾਰੇ ਕੁਛ 'ਚੋਂ। ਇੱਕ ਤਲਾਸ਼ ਸੀ ਉਹਨਾਂ ਦੀ ਕਿ ਉਹ ਰਮਜ ਨੂੰ ਬੁੱਝ ਗਏ। ਅਤੇ ਅਖੀਰ ਵਿੱਚ ਗੁਰੂ ਸਾਹਿਬ ਨੇ ਵੀ ਉਸ ਤਲਾਸ਼ ਦਾ ਯੋਗ ਮੁੱਲ ਪਾਉਣ ਦਾ ਫੈਸਲਾ ਕਰ ਲਿਆ ਕਿ ਹੁਣ ਸਮਾਂ ਆ ਗਿਆ ਖਾਲਸੇ ਦੀ ਇਸ ਤਲਾਸ਼ ਦਾ ਯੋਗ ਮੁੱਲ ਪਾਇਆ, ਜਿੱਥੋਂ ਸਫ਼ਰ ਸ਼ਹਾਦਤ ਦਾ ਬੰਧ ਨੂੰ ਬਣਿਆ। ਸੋ ਇਹ 2 ਸਾਲਾਂ ਤੋਂ ਬਾਅਦ 1701 ਵਿੱਚ ਉਹ ਸਿਲਸਿਲਾ ਵੱਡੀਆਂ ਜੰਗਾਂ ਦਾ ਸ਼ੁਰੂ ਹੋ ਗਿਆ, ਆਪਾਂ ਸਾਰਿਆਂ ਨੂੰ ਪਤਾ। 1701 ਵਿੱਚ ਜਿਹੜੀ ਪਹਿਲੀ ਜੰਗ ਹੋਈ ਉਹ ਪਹਾੜੀ ਰਾਜਿਆਂ ਨੇ ਜ਼ੁਰਤ ਨਹੀਂ ਸੀ ਕੀਤੀ ਉਦੋਂ ਤੱਕ, ਕਿਉਂਕਿ ਉਹ ਜਿਹੜੇ 2 ਸਾਲ ਨਾ ਉਹਨਾਂ 'ਚ ਬਹੁਤ ਕੁਛ ਅਜਿਹਾ ਵੀ ਸੀ ਜਿਹਨੇ ਸਮੇਂ ਨਾਲ ਖਤਮ ਹੋ ਜਾਣਾ ਸੀ। ਇਹ ਗੁਰੂ ਨੂੰ ਪਤਾ ਸੀ ਵੀ ਕਿਹੜੀ ਚੀਜ਼ ਸਦੀਵੀ ਹੈ ਅਤੇ ਕਿਹੜੀ ਸਿਰਫ ਬਖਤੀ ਹੈ। ਜੀ ਤੋਂ ਪਹਾੜੀ ਰਾਜੇ ਜਲ ਰਹੇ ਸੀਗੇ ਉਹ ਚੀਜ਼ਾਂ ਤਾਂ ਬਖਤੀ ਅਹਿਮੀਅਤ ਵਾਲੀਆਂ ਸੀਗੀਆਂ,
ਗਾਜੀ ਤੋਂ ਚਾਂਦਨੀ ਆਈ ਕੀਮਤੀ, ਉਹਨੂੰ ਦੇਖ ਕੇ ਮਨ ਲਲਚਾ ਗਏ। ਅਤੇ ਭੀਮ ਚੰਦ ਦਾ ਸਾਰਾ ਯਤਨ ਇਹ ਸੀ ਵੀ ਇਹ ਚਾਂਦਨੀ ਮੇਰੇ ਕੋਲ ਆ ਜਾਏ। ਅਸਾਮ ਤੋਂ ਰਤਨ ਰਾਏ ਨੇ ਪ੍ਰਸਾਦੀ ਹੱਥ ਹੀ ਦਿੱਤਾ, ਬਹੁਤ ਹੀ ਖਾਸੋ ਖਾਸ ਹਾਥੀ ਸੀਗਾ। ਉਹ ਦੇਖ ਕੇ ਭੀਮ ਚੰਦ ਦੇ ਮਨ 'ਚ ਲਾਲਚ ਆ ਗਿਆ ਵੀ ਇਹ ਮੇਰੇ ਕੋਲ ਹੋਣਾ ਚਾਹੀਦਾ। ਸੋ ਇਹ ਚੋਜ, ਇਹ ਗੁਰੂ ਸਾਹਿਬ ਇਹ ਚੋਜ ਵੀ ਕਰ ਰਹੇ ਸੀਗੇ ਉਦੋਂ ਉੱਥੇ, ਕੀਮਤੀ ਚੀਜ਼ਾਂ, ਸ਼ਾਨੋ ਸ਼ੌਕਤ, ਕਲਗੀਆਂ, ਦਰਬਾਰ, ਬਿਲਕੁਲ ਬਾਦਸ਼ਾਹਾਂ ਵਾਲਾ ਜੋ ਕੁਛ ਇੱਕ ਹੁੰਦਾ ਬਾਹਰੀ ਤੌਰ ਦੇ ਉੱਤੇ ਉਹ ਵੀ ਵਾਪਰ ਰਿਹਾ ਸੀ। ਕਵੀ ਦਰਬਾਰ, ਖੇਡਾਂ, ਮਸਤੀਆਂ, ਹਾਸੇ, ਮਖੌਲ ਸਭ ਕੁਛ ਚੱਲ ਰਿਹਾ ਸੀ। ਜ਼ਿੰਦਗੀ ਦੇ ਬੜੇ ਰੰਗ ਸੀ ਉਦੋਂ। ਅਤੇ ਸਿੰਘ ਉਸ ਸਾਰੇ ਵਾਤਾਵਰਨ ਦੇ ਵਿੱਚ ਰਹਿ ਰਹੇ ਸੀ, ਪਰ ਸਿੱਖਾਂ ਦੀ ਜਿਹੜੀ ਸੀਗੀ ਇੱਕ ਸੂਖਮ ਦ੍ਰਿਸ਼ਟੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਕਿਹੜੀ ਚੀਜ਼ ਦਾ ਕੀ ਸਥਾਨ ਹੈ, ਕਿਹੜੀ ਚੀਜ਼ ਕਿੰਨਾ ਕੁ ਮੁੱਲ ਰੱਖਦੀ ਹੈ। ਸੋ ਆਪਾਂ ਅੱਗੇ ਜਾ ਕੇ ਦੇਖਾਂਗੇ ਜਦੋਂ ਉੱਥੋਂ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਆਇਆ ਉਦੋਂ ਉਹਨਾਂ ਨੇ ਕਿਹੜੀ ਚੀਜ਼ ਰੱਖੀ, ਕਿਹੜੀ ਸੁੱਟਤੀ। ਇਹ ਨਹੀਂ ਕਿ ਸਾਰੀਆਂ ਚੀਜ਼ਾਂ ਉਂਝੀ ਰੁੜ ਗਈਆਂ ਦਰਿਆ 'ਚ, ਬਹੁਤ ਚੀਜ਼ਾਂ ਰੁੜਨੀਆਂ ਹੀ ਸੀ। ਬਸ ਆਹੀ ਭੇਦ ਹੈ, ਕੁਛ ਵੀ ਬੇਅਰਥ ਨਹੀਂ ਸੀ ਬਿਨਾਂ ਮਾਣਿਆਂ ਤੋਂ। ਆਹ ਚੀਜ਼ ਕਿਉਂ ਬਚ ਰਹੀ, ਉਹ ਕਿਉਂ ਨਹੀਂ। ਸੋ ਪਹਿਲੀ ਜੰਗ ਹੋਈ, ਸੋ ਪਹਾੜੀ ਰਾਜਿਆਂ ਨੇ ਜਾ ਕੇ ਲਾਹੌਰ ਅਤੇ ਸਰਹੰਦ ਦੇ ਫੌਜਦਾਰਾਂ ਕੋਲ ਫਰਿਆਦ ਕੀਤੀ ਸੀ ਕਿ ਇਹ ਖਤਰਾ ਵੱਧ ਰਿਹਾ। ਜਿਹੜਾ ਉੱਥੇ ਨਗਾਰਾ ਵੱਜਦਾ ਸੀ ਨਾ, ਉਹ ਧੌਂਸਾ, ਉਹ ਉਹਨਾਂ ਦੇ ਵਿਸ਼ੈਲੇ ਸੰਸਕਾਰਾਂ ਅੰਦਰ ਦਹਿਲ ਪਾਉਂਦਾ ਸੀ ਹਰ ਰੋਜ਼। ਉਹ ਝੱਲਿਆ ਨਹੀਂ ਸੀ ਜਾਂਦਾ, ਕੁਛ ਚਿਰ ਤਾਂ ਉਹਨਾਂ ਨੇ ਝੱਲਿਆ, ਫਿਰ ਅਸਹਿ ਹੋ ਗਿਆ। ਫਿਰ ਉਹਨਾਂ ਨੇ ਲਾਹੌਰ ਅਤੇ ਆਪਣੇ ਸਰਹੰਦ ਦੇ ਫੌਜਦਾਰ ਸੂਬੇਦਾਰਾਂ ਕੋਲ ਜਾ ਕੇ ਫਰਿਆਦ ਕੀਤੀ, ਉਹਨਾਂ ਨੇ ਸ਼ਹਿਨਸ਼ਾਹ ਕੋਲ ਫਰਿਆਦ ਕੀਤੀ, ਅਤੇ ਜਿਹਦੇ 'ਚੋਂ ਫਿਰ ਪਹਿਲੇ ਹਮਲੇ ਦਾ ਮੁੱਢ ਵੱਜ ਗਿਆ। ਹਮਲਾ ਬਹੁਤ ਵੱਡਾ ਸੀ ਪਹਿਲਾਂ, ਪੈਂਡੇ ਖਾਂ ਅਤੇ ਦੀਨਾ ਵੇਗ ਦੀ ਅਗਵਾਈ ਹੇਠ, ਕਹਿੰਦੇ ਕਹਾਉਂਦੇ ਜਰਨੈਲ ਉਹਨਾਂ ਦੀ। ਜਿਹੜਾ ਪੈਂਡੇ ਖਾਂ ਸੀ, ਇੱਕ ਪੈਂਦੇ ਖਾਂ ਬਾਅਦ 'ਚ ਹੋਇਆ ਜਿਹੜਾ ਛੇਵੇਂ ਗੁਰੂਆਂ ਨਾਲ, ਇਹ ਪੈਂਡੇ ਖਾਂ ਸੀਗਾ ਜਿਹੜਾ ਤੀਰ ਅੰਦਾਜ਼ ਬਹੁਤ ਤਕੜਾ ਸੀ, ਮੰਨਿਆ ਹੋਇਆ। ਸੋ ਉਸ ਜੰਗ ਦੇ ਵਿੱਚ ਜਿਹੜਾ ਪੈਂਡੇ ਖਾਂ ਹੈ, ਉਹ ਪਹਿਲੀਆਂ ਵਿੱਚ ਹੀ ਗੁਰੂ ਸਾਹਿਬ ਦੇ ਤੀਰ ਨਾਲ ਖਤਮ ਹੋ ਗਿਆ। ਬਹੁਤ ਵੱਡਾ ਲਸ਼ਕਰ ਚੜ੍ਹ ਕੇ ਆਇਆ ਸੀ, ਪਰ ਉਹ ਬਹੁਤਾ ਚਿਰ ਟਿਕ ਨਾ ਸਕੇ, ਅਤੇ ਪਹਿਲੀ ਜੰਗ 'ਚ ਸਿੰਘਾਂ ਦੀ ਅਤੇ ਗੁਰੂ ਸਾਹਿਬ ਦੀ ਜਿੱਤ ਹੋਈ। ਇਹ ਪਹਿਲੀ ਸੀ। ਉਸ ਤੋਂ ਬਾਅਦ ਦੂਜੀ ਹੋਈ, ਮਤਲਬ ਕੁੱਲ 6 ਜੰਗਾਂ ਜਿਵੇਂ ਪਹਿਲਾਂ ਕਿਹਾ ਹੈ ਨਾ, ਉਹ 6 ਜੰਗਾਂ ਹੋਈਆਂ। ਦੂਜੀ ਜੰਗ ਜਿਹੜੀ ਹੈ ਉਹਦੇ 'ਚ ਮੁੱਖ ਪਾਤਰ ਪਹਾੜੀ ਰਾਜੇ ਸੀ,
ਉਹਨਾਂ 'ਚੋਂ ਵੀ ਅਜਮੇਰ ਚੰਦ। ਸੋ ਉਹਨੇ ਘੇਰਾ ਪਾਇਆ ਵੱਡਾ, ਬਹੁਤ ਵੱਡਾ ਦਲ ਇਕੱਠਾ ਕੀਤਾ। ਦੋ ਦਿਨ ਬਹੁਤ ਘਮਸਾਨ ਦੀ ਜੰਗ ਹੋਈ, ਪਰ ਉਹਨੂੰ ਜਿੱਤ ਨਸੀਬ ਨਾ ਹੋਈ। ਫਿਰ 20 ਦਿਨ ਉਹਨੇ 21 ਦਿਨ ਘੇਰਾ ਪਾ ਕੇ ਬੈਠਾ ਰਿਹਾ ਲੋਹਗੜ੍ਹ ਦੇ ਕਿਲੇ। ਉੱਥੇ ਆ ਕੇ ਜਿਹੜਾ ਗੜਵਾਲੀਏ ਕੇਸਰ ਸਿੰਘ ਦਾ ਹਾਥੀ ਸੀਗਾ, ਮਸਤ ਹਾਥੀ, ਜਿਹਦੇ ਮੱਥੇ ਨਾਲ ਢਾਲਾਂ ਅਤੇ ਬਾਕੀ ਸਾਰਾ ਕੁਛ ਬੰਨ੍ਹ ਕੇ ਸ਼ਰਾਬ ਪਿਆ ਕੇ ਚਾੜਿਆ ਸੀ, ਕਿਉਂਕਿ ਦਰਵਾਜ਼ਾ ਗੇਟ ਨਹੀਂ ਸੀ ਲੰਘਣਾ ਲੰਘਿਆ ਜਾ ਰਿਹਾ ਉਹਨਾਂ ਤੋਂ ਕਿਲੇ ਦਾ। ਉਹ ਫਿਰ ਭੇਜਿਆ ਉਹਨਾਂ ਨੇ ਅਖੀਰ ਨੂੰ। ਇਹ ਸਭ ਤੋਂ ਆਪਦੇ ਹਿਸਾਬ ਨਾਲ ਉਹਨਾਂ ਦੀ ਇਹੀ ਜਿਹੀ ਜੰਗੀ ਕਲਾ ਸੀ ਕਿ ਇਹਦਾ ਕੋਈ ਮੁਕਾਬਲਾ ਨਹੀਂ। ਉਹ ਹਾਥੀ ਨਾਲ ਕੀ ਕਰਨਗੇ, ਉਹ ਤਲਵਾਰਾਂ ਜ਼ਹਿਰ ਧਾਰ ਜਿਹੜੀ ਸੀਗੀ ਉਹਨਾਂ 'ਤੇ ਜ਼ਹਿਰ ਲਾਈ ਗਈ ਸੀ। ਉਹ ਚਲੋ ਆਪਾਂ ਸਾਰਿਆਂ ਨੇ ਸੁਣਿਆ ਬਚਿੱਤਰ ਸਿੰਘ ਦੀ ਨਾਗਣੀ ਨੇ ਕਿਵੇਂ ਉਸ ਹਾਥੀ ਦਾ ਮੱਥਾ ਪਾੜਿਆ। ਅਤੇ ਬਚਿੱਤਰ ਸਿੰਘ ਬਹੁਤ ਕਮਜ਼ੋਰ ਸਰੀਰ ਵਾਲਾ ਬੰਦਾ ਸੀ, ਉਹਦੀ ਚੋਣ ਕਰਨੀ ਬੜੀ ਰਹੱਸਮਈ ਸੀ ਵੀ ਇਹ ਕਿਵੇਂ ਕਰ ਲੂੰਗਾ। ਅਤੇ ਉੱਥੇ ਬਚਿੱਤਰ ਸਿੰਘ ਦੇ ਵੱਡੇ ਭਰਾ ਉਦੇ ਸਿੰਘ ਨੇ ਉਸ ਕੇਸਰ ਸਿੰਘ ਜਸਵਾਲੀਏ ਦਾ ਸਿਰ ਵੱਢ ਕੇ ਲਿਆ। ਸੋ ਇਹ ਦੂਜੀ ਜੰਗ ਦੇ ਵਿੱਚ ਵਾਪਰਿਆ, ਲੋਹਗੜ੍ਹ ਦੇ ਕਿਲੇ ਦਾ 20-21 ਦਿਨ ਦਾ ਘੇਰਾ। ਅਖੀਰ ਨੂੰ ਉਹਨਾਂ ਨੂੰ ਮੂੰਹ ਦੀ ਖਾਣੀ ਪਾ ਕੇ ਖਾ ਕੇ ਵਾਪਸ ਮੁੜਨਾ ਪੈ ਗਿਆ। ਚਲੋ ਇੱਕ ਵਾਰ ਉਹਨਾਂ ਦੀ ਹਾਰ ਹੋਈ, ਬਹੁਤ ਲੱਗਿਆ ਵੀ ਟਿਕ ਗਏ। ਇਹਨੇ ਨੂੰ ਗੁਰੂ ਸਾਹਿਬ ਨੂੰ ਵਿਸਾਲੀ ਦੇ ਰਾਏ ਦਾ ਸਲਾਹੀ ਚੰਦ ਦਾ ਸੱਦਾ ਆ ਗਿਆ ਕਿ ਕੁਛ ਦਿਨ ਸਾਡੀ ਧਰਤੀ ਦੇ ਭਾਗ ਲਾਓ। ਗੁਰੂ ਸਾਹਿਬ ਨੇ ਸੱਦਾ ਪ੍ਰਵਾਨ ਕਰ ਲਿਆ। ਥੋੜ੍ਹੇ ਜਿਹੇ ਸਿੰਘ ਲੈ ਕੇ ਉਹ ਵਿਸਾਲੀ ਵੱਲ ਨੂੰ ਚੱਲ ਪਏ, ਪਰ ਪਹਾੜੀਆਂ ਨੇ ਫਿਰ ਸੋਚਿਆ ਕਿ ਹੁਣ ਮੌਕਾ ਹੈ, ਅਨੰਦਪੁਰ ਤੋਂ ਦੂਰ ਆ ਗਏ ਨੇ ਅਤੇ ਸਿੰਘ ਮੁੱਠੀ ਭਾਰੀ ਹੈ ਥੋੜ੍ਹੇ ਜਿਹੇ ਨਾਲ, ਜਿੰਨੇ ਕੁ ਸਫ਼ਰ 'ਚ ਨਾਲ ਲਿਜਾਈਦੇ ਹੈ, ਵੀ ਹੁਣ ਹਮਲਾ ਕਰਨ ਦਾ ਮੌਕਾ ਹੈ। ਸੋ ਉਹਨਾਂ ਨੇ ਰਸਤੇ ਦੇ ਵਿੱਚ ਹਮਲਾ ਕਰਤਾ, ਜਿੱਥੇ ਫਿਰ ਜਿਹੜੀ ਤੀਜੀ ਜੰਗ ਹੈ ਨਰਮੋਹਗੜ੍ਹ ਦੀ ਟਿੱਬੀ 'ਤੇ ਹੋਈ, ਜਿੱਥੇ ਗੁਰੂ ਸਾਹਿਬ ਨੇ ਫਿਰ ਤੀਰਾਂ ਦੀ ਵਰਖਾ ਬਹੁਤ ਕੀਤੀ ਸੀ। ਟਿੱਬੀ 'ਤੇ ਬਹਿ ਕੇ ਬੜੀ ਆਸਾਨੀ ਨਾਲ ਜੰਗ ਜਿੱਤ ਲਈ ਸੀ। ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਸਲਾਹੀ ਚੰਦ ਕੋਲ ਗਏ, ਫਿਰ ਵਿਭੌਰ ਤੋਂ ਸੱਦਾ ਆ ਗਿਆ। ਮਤਲਬ ਇੱਕ ਮਹੀਨਾ ਉਹ ਰੰਗੀਨ ਵਾਦੀਆਂ ਦੇ ਵਿੱਚ, ਰਮਣੀਕ ਵਾਦੀਆਂ 'ਚ ਉਹ ਇਸ ਤਰ੍ਹਾਂ ਹੀ ਰਹੇ, ਇੱਕ ਮਹੀਨਾ ਥੋੜ੍ਹੇ ਜਿਹੇ ਸਿੰਘਾਂ ਨਾਲ ਬੜੀ ਮੌਜ 'ਚ। ਉੱਥੋਂ ਵਾਪਸ ਆ ਗਏ, ਜਦੋਂ ਵਾਪਸ ਆ ਗਏ ਤਾਂ ਫਿਰ ਕੁਰਕਸ਼ੇਤਰ ਸੂਰਜ ਗ੍ਰਹਿਣ ਦਾ ਵੱਡਾ ਮੇਲਾ ਸੀ, ਉੱਥੇ ਗਏ। ਹਮੇਸ਼ਾ ਵਾਂਗ ਥੋੜ੍ਹੇ ਸਿੰਘ ਨਾਲ ਹੁੰਦੇ ਸੀ, ਸਾਹਿਬਜ਼ਾਦਾ ਅਜੀਤ ਸਿੰਘ ਵੀ ਨਾਲ ਸੀ। ਉੱਥੋਂ ਮੁੜਦੇ ਚਮਕੌਰ, ਉਦੋਂ ਗੜ੍ਹੀ 'ਚ ਨਹੀਂ ਸੀ ਜੰਗ ਹੋਈ, ਚਮਕੌਰ ਆ ਕੇ ਮੁਗਲਾਂ ਨੇ ਘੇਰਾ ਪਾ ਲਿਆ, ਕਿਉਂਕਿ ਪਹਾੜੀ ਰਾਜਿਆਂ ਨੇ ਚੁਗਲੀ ਕਰਤੀ ਸੀ ਕਿ ਹੁਣ ਮੌਕਾ ਹੈ, ਬਹੁਤ ਥੋੜ੍ਹੇ ਬੰਦੇ
ਅਤੇ ਹੁਣ ਇਹਨਾਂ 'ਤੇ ਹਮਲਾ ਕਰਕੇ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ। ਉੱਥੇ ਜਿਹੜਾ ਸੀਗਾ ਸੱਯਦ ਬੇਗ, ਉਹਦੀ ਅਗਵਾਈ ਹੇਠ ਉਹਨਾਂ ਨੇ ਦਲ ਭੇਜਿਆ। ਬਹੁਤ ਵੱਡਾ ਜਰਨੈਲ ਸੀ ਉਹ ਵੀ। ਜਦੋਂ ਗੁਰੂ ਸਾਹਿਬ ਨਾਲ ਸਾਹਮਣਾ ਹੋਇਆ, ਪਤਾ ਨਹੀਂ ਉਹਨੂੰ ਕੀ ਹੋ ਗਿਆ, ਬਸ ਉਹਨੇ ਹਥਿਆਰ ਸੁੱਟਤੇ ਅਤੇ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਇੱਦੋਂ ਅਗਲੀ ਜੰਗ 'ਚ ਉਹ ਸ਼ਹੀਦ ਹੁੰਦਾ ਫਿਰ ਜਾ ਕੇ ਸੱਯਦ ਬੇਗ। ਚਲੋ ਸੱਯਦ ਬੇਗ ਦੀ ਥਾਂ ਦੂਜੇ ਨੇ, ਅਲਫ ਖਾਨ ਨੇ ਕਮਾਨ ਸੰਭਾਲ ਲਈ। ਸੋ ਉੱਥੇ ਕਾਫੀ ਵੱਡੀ ਜੰਗ ਹੋਈ, ਕਾਫੀ ਸਿੰਘ ਸ਼ਹੀਦ ਹੋਏ, ਜਿਹ 'ਚ ਸਾਹਿਬਜ਼ਾਦਾ ਅਜੀਤ ਸਿੰਘ ਨੇ ਬਹੁਤ ਬਹਾਦਰੀ ਨਾਲ ਉਹ ਜੰਗ ਲੜੀ ਸੀ। ਉਹ ਜੰਗ ਜਿੱਤ ਕੇ ਉਦੋਂ ਫਿਰ ਉਹ ਹੈ ਵੀ ਜਿਹੜੀ ਮਾਤਾ ਗੁਰਦਈ ਗੁਰੂ ਸਾਹਿਬ ਕੋਲ ਇੱਕ ਖੱਦਰ ਦਾ ਥਾਣ ਲੈ ਕੇ ਆਈ ਸੀ ਚਮਕੌਰ, ਕਿ ਤੁਹਾਡੀ ਭੇਟਾ ਹੈ। ਅਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ, ਬੜੇ ਅਦਬ ਨਾਲ ਵਾਪਸ ਕਰਤਾ, ਕਹਿੰਦੇ ਮਾਈ ਅਜੇ ਤੂੰ ਸੰਭਾਲ, ਤੇਰੇ ਕੋਲ ਸਾਡੀ ਅਮਾਨਤ ਹੈ, ਯੋਗ ਮੌਕਾ ਆਊਗਾ ਅਸੀਂ ਤੈਥੋਂ ਲਵਾਂਗੇ ਅਤੇ ਪੈਣਾਗੇ। ਜਦੋਂ ਉੱਚ ਦੇ ਪੀਰ ਬਣੇ ਨੂੰ ਉਦੋਂ ਉਸ ਥਾਣ ਨੂੰ ਨੀਲਾ ਰੰਗ ਕੇ ਉਹਦਾ ਚੋਲਾ ਬਣਿਆ ਸੀ। ਚਲੋ ਵਾਪਸ ਆ ਗਏ, ਵਾਪਸ ਆ ਗਏ ਫਿਰ ਇੱਕ ਵਾਰ ਫਿਰ ਪਹਾੜੀਆਂ ਨੇ ਬੰਦੇ ਇਕੱਠੇ ਕਰਕੇ ਹੌਂਸਲਾ ਕਰਕੇ ਇੱਕ ਵਾਰ ਫਿਰ ਜੰਗ ਕੀਤੀ। ਇਹ ਚੌਥੀ ਜੰਗ ਸੀ ਚਮਕੌਰ ਦੀ ਜੰਗ ਤੋਂ ਬਾਅਦ। ਚਲੋ ਉਹਦੇ 'ਚ ਵੀ ਉਹਨਾਂ ਨੂੰ ਆਪਦੀ ਉਹਦੀ ਹਾਰ ਹੋਈ। ਫਿਰ ਇੱਕ ਜੰਗ ਹੋਈ ਅਖੀਰ 'ਤੇ ਜਿਹੜੀ ਛੇਵੀਂ ਜੰਗ ਹੈ। ਸੋ 1701 'ਚ ਸ਼ੁਰੂ ਹੋਈਆਂ ਜੰਗਾਂ, 1702 'ਚ 20-21 ਦਿਨ ਦਾ ਘੇਰਾ ਅਜਮੇਰ ਚੰਦ ਨੇ ਪਾਇਆ, 1703 'ਚ ਨਰਮੋਹਗੜ੍ਹ ਦੀ ਟਿੱਬੀ ਦੀ ਜੰਗ ਹੋਈ, ਅਤੇ ਇਹ ਫਿਰ ਜਿਹੜੀ ਹੈਗੀ ਹੈ ਮਾਰਚ 1704 ਆਖਰੀ ਜਿਹੜੀ ਵੱਡੀ ਜੰਗ, ਜਿਹਦੇ ਵਿੱਚ ਫਿਰ ਉਹਨਾਂ ਨੇ ਲਾਹੌਰ, ਸਰਹੰਦ ਅਤੇ ਕਸ਼ਮੀਰ ਦੇ ਜਿਹੜੇ ਤਿੰਨਾਂ ਸੂਬੇਦਾਰਾਂ ਦੀਆਂ ਸ਼ਾਮਲ ਹੋਏ, ਖੁਦ ਵੀ ਸ਼ਾਮਲ ਹੋਏ। ਉਸ ਜੰਗ ਦੇ ਵਿੱਚ ਸੈਦ ਖਾਂ ਅਗਵਾਈ ਕਰ ਰਿਹਾ ਸੀਗਾ ਜਰਨੈਲ, ਅਤੇ ਸੈਦ ਖਾਂ ਬੇਗਮ ਨਸੀਰਾਂ ਦਾ ਛੋਟਾ ਭਰਾ ਸੀ, ਪੀਰ ਬੁੱਧੂ ਸ਼ਾਹ ਦੀ ਬੇਗਮ। ਉਸ ਕਿਸਮ ਦੇ ਪਰਿਵਾਰ 'ਚੋਂ ਸੀ, ਫਕੀਰ ਸੀਰਤ ਸੀ, ਅਤੇ ਗੁਰੂ ਸਾਹਿਬ ਨੂੰ ਕਦੇ ਦੇਖਿਆ ਤਾਂ ਹੈ ਨਹੀਂ ਸੀ, ਅਤੇ ਜੰਗ 'ਚ ਗੁਰੂ ਸਾਹਿਬ ਸਿੱਧੇ ਉਹਨੂੰ ਜਾ ਕੇ ਟੱਕਰੇ। ਜਰਨੈਲ ਨੂੰ ਫਿਰ ਟੱਕਰਨਾ ਗੁਰੂ ਨੇ, ਛੋਟੇ ਕੋਲ ਤਾਂ ਜਾਣਾ ਨਹੀਂ, ਬਸ ਸਾਹਮਣੇ ਹੋਏ। ਉੱਥੋਂ ਛੱਡ ਕੇ ਜੰਗਲ ਨੂੰ ਭੱਜ ਗਿਆ, ਜੰਗ ਨਹੀਂ ਇਹ ਕਰਾਮਾਤ ਹੈ, ਕਿਵੇਂ ਕਿਵੇਂ ਵਾਪਰੀ ਗਈਆਂ। ਚਲੋ ਇਹ ਫਿਰ ਜਿਹੜੀ ਜੰਗ ਹੈ ਇਹ ਮਾਰਚ ਤੋਂ ਸ਼ੁਰੂ ਹੋ ਕੇ ਦਸੰਬਰ ਤੱਕ ਤੁਸੀਂ ਲਾ ਲਓ, ਕਦੇ ਤਿੱਖੀ ਹੋ ਜਾਂਦੀ ਸੀ ਅਤੇ ਕਦੇ ਧੀਮੀ ਚੱਲ ਪੈਂਦੀ ਸੀ, ਪਰ ਇਹ ਲਗਾਤਾਰ 10 ਮਹੀਨੇ ਜੰਗ ਚੱਲੀ ਹੈ।
ਅਤੇ ਇਸ ਜੰਗ 'ਚ ਬਹੁਤ ਕੁਛ ਵਾਪਰਿਆ। ਇਸੇ ਜੰਗ 'ਚ ਹੀ ਹੈ ਜਦੋਂ ਜਿਹੜਾ ਲਾਹੌਰ ਦਾ ਸੂਬੇਦਾਰ ਹੈ ਦਿਲਾਵਰ ਖਾਂ ਅਤੇ ਸਰਹੰਦ ਦਾ ਵਜ਼ੀਰ ਖਾਂ ਇੱਕ ਦਿਨ ਲੋਢੇ ਵੇਲੇ ਬੈਠੇ ਸ਼ਤਰੰਜ ਖੇਡ ਰਹੇ ਸੀ ਆਪਦੇ ਟੈਂਟ 'ਚ ਤੰਬੂ 'ਚ ਅਤੇ ਤਰਕੀਬਾਂ ਬਣਾ ਰਹੇ ਸੀ ਵੀ ਕਿਸ ਕਿਸਮ ਦੀ ਰਣਨੀਤੀ ਅਪਣਾਈ ਜਾਵੇ। ਅਤੇ ਇੱਕ ਤੀਰ ਆਇਆ ਸੁਨਹਿਰੀ ਨੋਕ ਵਾਲਾ ਪਲੰਗ ਦੇ ਪਾਵੇ 'ਚ ਆ ਕੇ ਗੱਡਿਆ ਗਿਆ। ਇੱਕਦਮ ਚੌਂਕੇ ਉਹਨੂੰ ਪਤਾ ਲੱਗ ਗਿਆ ਵੀ ਇਹ ਤੀਰ ਗੁਰੂ ਤੋਂ ਬਿਨਾਂ ਨਹੀਂ ਕਿਸੇ ਦਾ ਹੋ ਸਕਦਾ। ਜਿਹੜੇ ਮੁਸਲਮਾਨ ਹੁੰਦੇ ਸੀ ਨਾ ਬਾਦਸ਼ਾਹ ਤੋਂ ਲੈ ਕੇ ਸਾਰੇ, ਇਹਨਾਂ ਦਾ ਕਰਾਮਾਤਾਂ 'ਚ ਬਹੁਤ ਵਿਸ਼ਵਾਸ ਹੁੰਦਾ ਸੀ, ਬਹੁਤ ਵਹਿਮ ਹੁੰਦਾ ਸੀ, ਕਰਾਮਾਤ ਤੋਂ ਬਹੁਤ ਡਰਦੇ ਸੀ। ਕੁਛ ਮਿੰਟਾਂ ਬਾਅਦ ਕਹਿੰਦੇ ਇੱਕ ਹੋਰ ਤੀਰ ਆਇਆ, ਫਿਰ ਉਹਦੇ ਨਾਲ ਚਿੱਠੀ ਸੀ, ਬਸ ਇੱਕੋ ਗੱਲ ਲਿਖੀ ਸੀ ਇਹ ਕਰਾਮਾਤ ਨਹੀਂ। ਇਹ ਵੀ ਗੁਰੂ ਸਾਹਿਬ ਨੇ ਸੁਨੇਹਾ ਦੇਣਾ ਸੀ ਕਰਾਮਾਤ ਨਹੀਂ, ਜਿਹਦਾ ਮਤਲਬ ਇੱਕ ਸੰਦੇਸ਼ ਸੀ ਵੀ ਕਿਸ ਕਿਸਮ ਦੀ ਜੰਗ ਹੋ ਅੰਦਾਜ਼ਾ ਲਾ ਲਿਓ। ਇਹ ਕੁਛ ਵਾਪਰਿਆ। ਸੋ ਇਸੇ ਜੰਗ ਦੇ ਵਿੱਚ ਫਿਰ ਜਿਹੜਾ ਭਾਈ ਘਨੱਈਆ ਹੈ ਉਹਦਾ ਦ੍ਰਿਸ਼ਟਾਂਤ ਵਾਪਰਿਆ, ਜਿਹੜਾ ਸਦੀਵੀ ਬਣ ਗਿਆ ਫਿਰ। ਅਤੇ ਸਤੰਬਰ ਵਿੱਚ ਜਾ ਕੇ, ਸਤੰਬਰ ਤੱਕ ਕੋਈ ਸਿੱਖ ਡੋਲਿਆ ਨਹੀਂ, ਕੋਈ ਥੱਕਿਆ ਨਹੀਂ, ਪਰ ਤੁਸੀਂ ਮਾਰਚ ਤੋਂ ਲੈ ਕੇ ਸਤੰਬਰ ਤੱਕ ਉਸ ਮੌਕੇ ਤੱਕ ਕਹਿੰਦੇ ਹੈ ਦੂਜੀ ਜੰਗ ਤੋਂ ਬਾਅਦ ਸਿੰਘ ਆਉਣੇ ਸ਼ੁਰੂ ਹੋ ਗਏ ਸੀ ਅਤੇ 5000 ਸਿੰਘ ਹੋ ਚੁੱਕਿਆ ਸੀ, ਪਰ ਉਹ 5000 ਚੋਂ 4000 ਸ਼ਹੀਦ ਹੋ ਗਿਆ ਸੀ। ਅਤੇ ਫਿਰ ਸਤੰਬਰ ਦੇ ਵਿੱਚੋਂ ਘਟਨਾ ਵਾਪਰਦੀ ਹੈ ਬੇਦਾਵਾ। ਇਹ ਪਹਿਲੀ ਘਟਨਾ ਸੀ ਗੁਰੂ ਸਾਹਿਬ ਦੇ ਮੁਰੀਦਾਂ 'ਚੋਂ ਜਾਂ ਸਿੰਘਾਂ 'ਚੋਂ ਕਿਸੇ ਬੰਦੇ ਦਾ ਗੁਰੂ ਸਾਹਿਬ 'ਚੋਂ ਯਕੀਨ ਡੋਲ ਜਾਣਾ, ਪਹਿਲੀ ਘਟਨਾ ਸੀ। ਹੁਣ ਦੇਖਿਆ ਜਾਵੇ ਤਾਂ ਉਹ ਬੰਦੇ ਬੇਸਿਦਕੇ ਨਹੀਂ ਸੀ ਅਤੇ ਗੁਰੂ ਤੋਂ ਬੇਮੁੱਖ ਵੀ ਨਹੀਂ ਸੀ ਹੋਣਾ ਚਾਹੁੰਦੇ, ਪਰ ਕਮਜ਼ੋਰ ਸੀ ਵਿਚਾਰੇ। ਕਿੰਨਾ ਚਿਰ ਤਾਂ ਉਹਨਾਂ ਦਾ ਹੌਂਸਲਾ ਨਾ ਪਿਆ ਵੀ ਗੁਰੂ ਨੂੰ ਕਹੀਏ ਕਿਵੇਂ, ਪਤਾ ਨਹੀਂ ਕਿਵੇਂ ਹੌਂਸਲਾ ਇਕੱਠਾ ਕੀਤਾ ਹੋਊਗਾ। ਬਸ ਇੱਕੋ ਹੀ ਸੈਂਟੈਂਸ ਬੋਲੇ ਹੈ, ਗੁਰੂ ਜੀ ਅਸੀਂ ਜਾਣਾ ਚਾਹੁੰਦੇ। ਅੱਛਾ, ਗੁਰੂ ਸਾਹਿਬ ਕਹਿੰਦੇ ਜਾਓ, ਪਰ ਜਾਂਦੇ ਹੋਏ ਇੱਕ ਕਾਗਜ਼ 'ਤੇ ਲਿਖ ਕੇ ਦੇ ਜਾਓ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਇਹ ਲਿਖ ਦਿਓ। ਉਹਨੇ ਬੜਾ ਵੱਡਾ ਭੇਦ ਹੈ, ਕਿਉਂ ਕਿਹਾ ਗੁਰੂ ਸਾਹਿਬ ਨੇ ਇਸ ਤਰ੍ਹਾਂ? ਜਾਂਦੇ ਸੀ ਆਮ ਸੂਝ ਤਾਂ ਇਹ ਕਹਿੰਦੀ ਹੈ ਨਾ, ਜਾਣਾ ਚਾਹੁੰਦਾ ਬੰਦਾ ਵੀ ਜਾ ਪਾਏ। ਇਹ ਕਾਗਜ਼ 'ਤੇ ਲਿਖਾਉਣਾ, ਫਿਰ ਉਹ ਕਾਗਜ਼ ਦਾ ਟੁਕੜਾ ਸਰਸ ਦਰਿਆ ਵੀ ਪਾਰ ਹੋ ਗਿਆ, ਸਰਸਾ ਵੀ ਪਾਰ ਹੋ ਗਈ, ਜਿੱਥੇ ਕਿੰਨਾ ਕੁਛ ਕਹਿੰਦੇ ਰੁੜ ਗਿਆ, ਉਹ ਕਾਗਜ਼ ਦਾ ਟੁਕੜਾ ਕੋਲ। ਇਸ ਤਰ੍ਹਾਂ ਦੇਖਣਾ ਚਾਹੀਦਾ।
ਆਮ ਤੌਰ 'ਤੇ ਆਪਾਂ ਠੀਕ ਆ ਲਿਖ ਕੇ ਲੈ ਲਿਆ ਅਤੇ ਖਦਰਾਣੇ ਦੀ ਢਾਬ 'ਤੇ ਜਾ ਕੇ ਪਾੜਤਾ, ਜਿਹਦਾ ਮਤਲਬ ਗੁਰੂ ਸਾਹਿਬ ਨੂੰ ਪਤਾ ਸੀ ਵੀ ਇਹਨਾਂ ਨੇ ਮੁਕਤ ਹੋਣਾ ਹੈ, ਅਖੀਰ ਮੁਕਤੇ ਬਣਨਾ ਹੈ, ਮੁੜ ਕੇ ਆਉਣਾ ਹੈ, ਉਹ ਇੰਤਜ਼ਾਰ ਸੀ। ਇਸੇ ਕਰਕੇ ਉਹ ਕਾਗਜ਼ ਸਲਾਮਤ ਰਿਹਾ, ਹੋਰ ਬਹੁਤ ਕੁਛ ਚਲਾ ਗਿਆ ਸੀ। ਸੋ ਜਿਹੜੀ ਗੱਲ ਮੈਂ ਦੱਸ ਰਿਹਾ ਸੀ ਕਿ ਕਿਹੜੀ ਚੀਜ਼ ਸਦੀਵੀ ਹੈ, ਕਿਹਦਾ ਬਖਤੀ ਅਹਿਮੀਅਤ ਹੈ, ਇਹ ਗੁਰੂ ਨੂੰ ਪਤਾ ਸੀ। ਜਦੋਂ ਆਨੰਦਪੁਰ ਛੱਡਿਆ ਤਾਂ ਉਸ ਮੌਕੇ ਜਿੰਨਾ ਖਜ਼ਾਨਾ ਸੀ, ਖਜ਼ਾਨਾ ਤਾਂ ਗੁਰੂ ਸਾਹਿਬ ਕੋਲ ਬਹੁਤ ਸੀਗਾ, ਉਹ ਸਾਰਾ ਖਜ਼ਾਨਾ ਦਰਿਆ 'ਚ ਰੋੜਤਾ। ਕਹਿੰਦੇ ਆ ਮਾਤਾ ਗੁਜਰੀ ਨੇ ਇੱਕ ਹਲਕਾ ਜਿਹਾ ਸੁਝਾਅ ਦਿੱਤਾ ਸੀ ਵੀ ਦਰਿਆ 'ਚ ਰੋੜਨ ਦੀ ਥਾਂ ਮੈਂ ਸਿੰਘਾਂ 'ਚ ਹੀ ਵੰਡ ਦਿੰਦੇ। ਗੁਰੂ ਸਾਹਿਬ ਕਹਿੰਦੇ ਨੇ ਮੇਰੇ ਸਿੰਘ ਮੇਰੇ ਵਾਸਤੇ ਸੋਨੇ ਚਾਂਦੀ ਸੋਨੇ ਚਾਂਦੀ ਦਾ ਇਨਾਮ ਦੇ ਕੇ ਮੈਂ ਇਹਨਾਂ ਦੇ ਪਿਆਰ ਦੀ ਤੁਹੀਨ ਨਹੀਂ ਕਰਨਾ। ਦੇਖ ਹੁਣ ਇਹ ਇੱਕ ਜਿਹਨੂੰ ਕਹਿੰਦੇ ਨਾ ਜਿਹੜਾ ਗੁਰੂ ਇਤਿਹਾਸ ਹੈ ਉਹ ਦੈਵੀ ਕੀਮਤਾਂ 'ਤੇ ਖੜ੍ਹਾ ਸਾਰਾ। ਇੱਕ ਹੁਣ ਦੈਵੀ ਕੀਮਤ ਹੈ ਜਿੱਥੇ ਸੋਨੇ ਚਾਂਦੀ ਦਾ ਮੁੱਲ ਹੀ ਕੋਈ ਨਹੀਂ, ਜਿਹਨੂੰ ਲੋਕ ਸਭ ਤੋਂ ਕੀਮਤੀ ਸਮਝਦੇ ਹਨ, ਜਿਹਦੇ ਪਿੱਛੇ ਜੰਗਾਂ ਹੁੰਦੀਆਂ, ਜਾਨਾਂ ਵਾਰੀਆਂ ਜਾਂਦੀਆਂ, ਕਿੰਨਾ ਲਹੂ ਡੁੱਲਦਾ। ਆਹ ਚੀਜ਼ਾਂ ਨੂੰ ਜਿਹੜੀਆਂ ਜਾ ਕੇ ਜਿੱਥੇ ਆਪਾਂ ਅਧਿਆਤਮਕ ਰਮਜਾਂ ਦੀ ਗੱਲ ਕਰਦੇ ਹਾਂ ਨਾ ਕਿ ਗੁਰੂ ਇਤਿਹਾਸ 'ਚ ਦੈਵੀ ਕੀਮਤ ਨੂੰ ਪਹਿਲ ਹੈ, ਦੁਨਿਆਵੀ ਕੀਮਤ ਦਾ ਕੋਈ ਮੁੱਲ ਹੀ ਨਹੀਂ। ਫਿਰ 52 ਕਵੀ ਕਹਿੰਦੇ ਉੱਥੇ ਸੀਗੇ, ਬੜੀਆਂ ਮਹਿਫਲਾਂ ਲੱਗਦੀਆਂ ਸੀ, ਦਰਬਾਰ ਹੁੰਦੇ ਸੀ ਅਤੇ ਬਹੁਤ ਸਾਹਿਤ ਰਚਿਆ ਗਿਆ, ਬੜੀਆਂ ਕਵਿਤਾਵਾਂ ਰਚੀਆਂ ਗਈਆਂ। ਜਿਹੜਾ ਵਿਦਿਆਧਰ ਨਾਂ ਦਾ ਗ੍ਰੰਥ ਆ ਉਹਦੀਆਂ ਸੈਂਚੀਆਂ ਦਾ ਭਾਰ 9 ਮਣ ਕਹਿੰਦੇ ਆ, ਉਹ ਸਾਰਾ ਦਰਿਆ ਦੀ ਭੇਟਾ ਹੋ ਗਿਆ ਕਿਉਂਕਿ ਉਹਦੀ ਕੋਈ ਸਦੀਵੀ ਅਹਿਮੀਅਤ ਨਹੀਂ ਸੀ, ਉਹ ਭਗਤੀ ਸੀ ਸਾਰਾ ਕੁਛ। ਇਹ ਜਿਹੜੀ ਰੂਪ ਰਸਕਤਾ ਹੈਗੀ ਆ, ਕੁਛ ਇਸ ਤਰ੍ਹਾਂ ਦੇ ਆਨੰਦ ਲੈਣੇ, ਇਹ ਵੀ ਜ਼ਿੰਦਗੀ ਦਾ ਹਿੱਸਾ ਤਾਂ ਹੈ, ਪਰ ਕਿੱਡਾ ਕੁ ਹਿੱਸਾ ਹੈ ਇਹਦਾ ਇੱਕ ਸਥਾਨ ਨਿਸ਼ਚਿਤ ਕਰਤਾ ਗੁਰੂਆਂ ਨੇ। ਜਿੰਨਾ ਚਿਰ ਇਹਦੀ ਲੋੜ ਸੀ ਸੀ, ਇਸ ਤੋਂ ਅੱਗੇ ਦੀ ਕੋਈ ਕੀਮਤ ਨਹੀਂ। ਜੇ ਐਡੇ ਕੀਮਤੀ ਸੈ ਜਿਹੜੀ ਚੀਜ਼ ਦੀ ਸਤੀਵੀ ਕੀਮਤ ਸੀ ਉਹ ਖਤਮ ਹੋਈ ਨਹੀਂ, ਇਹਦੀ ਕੋਈ ਸਦੀਵੀ ਕੀਮਤ ਨਹੀਂ। ਹੋਰ ਇਸ ਤਰ੍ਹਾਂ ਬਹੁਤ ਕੁਛ ਵਾਪਰਿਆ। ਤੰਬੂ ਜਿਹੜਾ ਗਜਨੀ ਦਾ ਇੰਨਾ ਕੀਮਤੀ ਸੀ, ਉਹਨੂੰ ਅੱਗ ਲਾ ਕੇ ਸਾੜਤਾ, ਹੁਣ ਇਹਦੇ ਪਿੱਛੇ ਵੱਡਾ ਸੰਗੀਤ ਸੀ ਕਿ ਇਹਦੀ ਖੇਡ ਖਤਮ ਹੈ, ਬਸ ਇਹ ਤਾਂ ਇੰਨਾ ਕੀ ਸੀ, ਇੱਕ ਸ਼ਾਨੋ ਸ਼ੌਕਤੀ ਸੀ ਨਾ, ਅਤੇ ਉਹਦਾ ਜ਼ਿੰਦਗੀ 'ਚ ਕਿੱਡਾ ਕੁ ਸਥਾਨ ਹੋ ਸਕਦਾ ਸ਼ਾਨਾ ਸ਼ੌਕਤਾਂ ਦਾ। ਹਾਥੀ ਜੋੜੇ ਘੋੜੇ ਕਲੰਗੀਆਂ ਸਭ ਕੁਛ, ਬਾਜ ਵੀ ਅਗਲੇ ਸਫ਼ਰ 'ਤੇ ਬਾਜ ਵੀ ਗਾਇਬ ਹੈ, ਘੋੜਾ ਵੀ ਕੋਈ ਨਹੀਂ, ਪੈਦਲ ਨੂੰ। ਸੋ ਉੱਥੋਂ
ਸਰਸਾ ਪਾਰ ਕਰਕੇ ਆਪਾਂ ਨੂੰ ਪਤਾ ਹੈ ਚਲੋ ਚਮਕੌਰ ਪਹੁੰਚ ਗਏ। ਹੁਣ ਤੁਸੀਂ ਦੇਖੋ ਜਿਹੜੀ ਇੱਕ ਰਣਨੀਤੀ ਬਣਦੀ ਹੁੰਦੀ ਹੈ ਜੇ ਆਪਾਂ ਦੁਨਿਆਵੀ ਜਾਂ ਜੰਗੀ ਨੁਕਤਾ ਨਜ਼ਰ ਤੋਂ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਪਹਿਲ ਛੋਟੇ ਸਾਹਿਬਜ਼ਾਦਿਆਂ ਦੀ ਸੁਰੱਖਿਆ ਨੂੰ ਦੇਣੀ ਬਣਦੀ ਸੀ, ਕਿਉਂਕਿ ਦੂਜੇ ਤਾਂ ਲੜਨ ਦੇ ਕਾਬਲ ਸੀਗੇ, ਉਹ ਤਾਂ ਆਪਦੀ ਰੱਖਿਆ ਕਰ ਸਕਦੇ ਸੀ। ਉਹਨਾਂ ਨਾਲ ਮਾਤਾ ਗੁਜਰੀ ਹੈ, ਉਹ ਮਾਤਾ ਗੁਰੂ ਮਾਤਾ, ਉਧਰੋਂ ਗੁਰੂ ਦੇ ਬੱਚੇ ਹੈ। ਸੋ ਕਹਿੰਦੇ ਆ ਵੀ ਦੋ ਰਾਹ ਦਿੱਤੇ ਸੀ ਉਹਨਾਂ ਨੇ ਨਿਕਲਣ ਵਾਸਤੇ, ਇੱਕ ਦਰਿਆ ਵਾਲਾ ਪਾਸਾ, ਇੱਕ ਕੀਰਤਪੁਰ ਵਾਲਾ। ਸੋ ਗੁਰੂ ਸਾਹਿਬ ਨੇ ਅਨੰਦਪੁਰ ਤੋਂ ਵਿਦਾ ਹੋਣ ਤੋਂ ਪਹਿਲਾਂ ਕੀ ਮਾਤਾ ਗੁਜਰੀ ਅਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਕੁਛ ਸਿੰਘਾਂ ਦੀ ਨਿਗਰਾਨੀ ਹੇਠ ਸੁਰੱਖਿਆ ਦੇ ਤੌਰ 'ਤੇ ਕੀਰਤਪੁਰ ਪਾਸੇ ਭੇਜਤਾ ਸੀ, ਉੱਧਰ ਨਿਕਲ ਜਾਓ। ਹੁਣ ਇਹ ਭਾਣਾ ਕੀ ਵਾਪਰਿਆ ਵੀ ਉਹ ਜਿਹੜੇ ਸਿੰਘ ਨਾਲ ਭੇਜੇ ਸੀ ਸੁਰੱਖਿਆ ਵਾਸਤੇ, ਇਹ ਤਾਂ ਉਹਨਾਂ ਤੋਂ ਵੀ ਵਿਛੜ ਗਏ, ਬਿਲਕੁਲ ਨਿਆਸਰੇ। ਅਤੇ ਮਾਤਾ ਵੀ ਹੁਣ ਇਹ ਕੋਈ ਕੁਤਾਹੀ ਜਾਂ ਗਲਤੀ ਵੀ ਇਸ ਵਾਸਤੇ ਹੋਰ ਧਿਆਨ ਦੇਣਾ ਚਾਹੀਦਾ ਸੀ। ਜਿਹੜੇ ਆਮ ਦੁਨਿਆਵੀ ਦ੍ਰਿਸ਼ਟੀ ਤਾਂ ਇਹੀ ਕਹਿੰਦੀ ਹੈ ਨਾ, ਕਿਉਂਕਿ ਗੁਰੂ ਫਿਰ ਸਰਬੰਸ ਦਾਨੀ ਬਣਨਾ ਨਹੀਂ ਸੀ, ਪੁੱਤਰਾਂ ਦਾ ਦਾਨੀ ਵੀ ਬਣਨਾ ਸੀ। ਕੁਛ ਵੀ ਜੋ ਵਾਪਰ ਰਿਹਾ ਸੀਗਾ ਉਹ ਕਿਸੇ ਇਤਫਾਕੀਆ ਕਾਰਨ ਕਰਕੇ ਨਹੀਂ ਸੀ ਹੋ ਰਿਹਾ। ਜੇ ਐਂ ਨਾ ਹੁੰਦਾ ਤਾਂ ਐਂ ਹੋ ਜਾਂਦਾ, ਐਂ ਨਹੀਂ ਉੱਥੇ, ਇਹ ਤਾਂ ਗੱਲ ਹੀ ਨਹੀਂ। ਜਦੋਂ ਰੂਹਾਨੀਅਤ ਗੁਰੂ ਦੇ ਰੂਪ 'ਚ ਪ੍ਰਗਟ ਹੁੰਦੀ ਹੈ ਨਾ, ਉਸ ਰੂਹਾਨੀਅਤ ਦਾ ਮਨੋਰਥ ਉਦੋਂ ਹੀ ਸਾਫ ਲਿਖਿਆ ਜਾਂਦਾ, ਨਿਸ਼ਚਿਤ ਹੋ ਜਾਂਦਾ ਕਿ ਕੀ ਹੋਣਾ। ਇਹ ਰੂਹਾਨੀਅਤ ਦੇ ਜਲਬੇ ਹੈ, ਉਹਦੇ 'ਚ ਕੋਈ ਇੱਧਰ ਉੱਧਰ ਗੱਲ ਨਹੀਂ ਹੋ ਸਕਦੀ, ਅਤੇ ਦੂਜਾ ਕੋਈ ਉਹਨੂੰ ਭੇਤ ਨਹੀਂ ਪਾ ਸਕਦਾ, ਨਾ ਕੋਈ ਅੰਦਾਜ਼ਾ, ਨਾ ਅਨੁਮਾਨ। ਗੁਰੂ ਨੂੰ ਪਤਾ ਹੈ ਕੀ ਹੋਣਾ, ਕਿਹੜੀ ਚੀਜ਼ ਨੂੰ ਕਿੰਨੀ ਕੁ ਥਾਂ ਦੇਣੀ ਹੈ। ਸੋ ਚੱਲੋ ਉਹ ਗੰਗੂ ਦੇ ਨਾਲ ਜੋ ਕੁਛ ਹੋਇਆ ਆਪਾਂ, ਚੱਲੋ ਉਹ ਕਹਾਣੀ ਵੱਖਰੀ ਹੈ। ਅਤੇ ਜਿਹੜੀਆਂ ਦੋਨੋਂ ਮਾਤਾਵਾਂ ਸੀ, ਮਾਤਾ ਸਾਹਿਬ ਕੌਰ ਅਤੇ ਮਾਤਾ ਆਪਣਾ ਹਾਂਜੀ ਸੁੰਦਰੀ ਜੀ, ਇਹਨਾਂ ਨੂੰ ਭਾਈ ਮਨੀ ਸਿੰਘ ਨਾਲ ਰੋਪੜ ਵਾਲੇ ਪਾਸੇ ਭੇਜ ਦਿੱਤਾ, ਜਿੱਥੋਂ ਉਹ ਚਲੋ ਦਿੱਲੀ ਨੂੰ ਚਲੀਆਂ ਗਈਆਂ, ਉਹ ਸੇਫ ਚਲੀਆਂ ਗਏ। ਹਾਲਾਂਕਿ ਇਕੱਲਾ ਭਾਈ ਮਨੀ ਸਿੰਘ ਹੈ ਨਾਲ, ਪਰ ਸਾਹਿਬਜ਼ਾਦੇ ਵਿਛੜ ਗਏ। ਚਲੋ ਚਮਕੌਰ ਪਹੁੰਚ ਗਏ ਉਹ 40 ਸਿੰਘ ਨੂੰ, ਉੱਥੇ ਜਾ ਕੇ ਉਹ ਚਲੋ ਕੱਚੀ ਗੜੀ ਮੰਗੀ ਅਤੇ ਉਹਨੇ ਦੇ ਤੀ ਰਾਏ ਨੇ, ਚੌਧਰੀ ਨੇ। ਉੱਥੇ ਜੰਗ ਹੋਈ,
ਸੋ ਆਪਾਂ ਉਹਦੇ ਵਿਸਥਾਰ 'ਚ ਨਹੀਂ ਜਾਂਦੇ, ਸਾਰਿਆਂ ਨੂੰ ਉਸ ਜੰਗ ਦੇ ਵਿਸਥਾਰ ਦਾ ਪਤਾ। ਹੁਣ ਉੱਥੇ ਜਿਹੜੀ ਵੱਡੀ ਗੱਲ ਹੋਈ ਹੈ, ਇੱਕ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਕਿਉਂਕਿ ਜਿਹੜਾ ਬਾਬਾ ਜੁਝਾਰ ਸਿੰਘ ਸੀ ਉਹਦਾ ਇਹ ਜੀਵਨ ਦਾ ਜੰਗ ਪਹਿਲਾ ਸੀ, ਉਹਨੂੰ ਜੰਗੀ ਹੁਨਰ ਆਉਂਦਾ ਸੀ, ਟ੍ਰੇਨਿੰਗ ਸੀ, ਸਭ ਕੁਛ ਸੀ, ਪਰ ਜੰਗ ਦਾ ਕਦੇ ਮੌਕਾ ਨਹੀਂ ਸੀ ਮਿਲਿਆ, ਇਹ ਪਹਿਲੀ ਜੰਗ ਸੀ। ਚਲੋ ਤਾਂ ਆਪਣੀ ਕਲਪਨਾ 'ਤੇ ਨਾ, ਗੁਰੂ ਸਾਹਿਬ ਨੇ ਕਿਵੇਂ ਤੋਰਿਆ ਹੋਊ ਅਤੇ ਕੀ, ਉਹ ਤਾਂ ਆਪਾਂ ਡਿਟੇਲ 'ਚ ਨਾ ਜਾਈਏ ਇਹਨੂੰ ਗੱਲ ਨੂੰ, ਪਰ ਇਹ ਕੋਈ ਛੋਟੀ ਗੱਲ ਨਹੀਂ ਸੀ ਇਤਿਹਾਸ ਦੀ। ਸੋ ਅਖੀਰ ਨੂੰ 11 ਸਿੰਘ ਰਹਿ ਗਏ। ਹੁਣ ਜਿਹੜੀ ਫਿਰ ਵੱਡੀ ਗੱਲ ਵਾਪਰੀ ਉੱਥੇ ਕਿ ਉਹ 11 ਸਿੰਘ ਗੁਰੂ ਨੂੰ ਹੁਕਮ ਕਰ ਰਹੇ, ਇਹ ਹੈ ਕਿ ਖਾਲਸੇ ਦਾ ਗੁਰੂ ਨੂੰ ਹੁਕਮ ਕਰਨ ਦਾ ਇਹ ਜਿਹੜਾ ਮੁਕਾਮ ਹੈ, ਇਹ ਕਿਵੇਂ ਹੋਇਆ? ਇਹ ਛੋਟੀ ਗੱਲ ਨਹੀਂ ਸੀ, ਗੁਰੂ ਨੂੰ ਹੁਕਮ ਕਰਨਾ। ਸੋ ਗੁਰੂ ਨੂੰ ਹੁਕਮ ਕਰਨ ਦਾ ਜਿਹੜਾ ਹੈਗਾ ਹੱਕ ਜਾਂ ਅਧਿਕਾਰ, ਇਹ ਹਾਸਲ ਕਰਨ ਵਾਸਤੇ ਖਾਲਸੇ ਨੂੰ ਬਹੁਤ ਬਿਖਮ ਵਾਟਾਂ 'ਚੋਂ ਲੰਘਣਾ ਪਿਆ ਸੀ। ਐਵੇਂ ਇਹ ਐਵੇਂ ਨਹੀਂ ਦੇ ਹੋ ਗਿਆ, ਇਹ ਕੋਈ ਪੰਚਾਇਤੀ ਗੱਲ ਨਹੀਂ ਸੀ ਜਮਹੂਰੀ, ਵੀ ਪੰਜ ਬੰਦੇ ਇਕੱਠੇ ਹੋਏ ਜੀ ਤੁਹਾਨੂੰ ਮੰਨਣੀ ਪਊਗੀ। ਗੁਰੂ ਹੈ, ਗੁਰੂ ਨੂੰ ਕੌਣ ਹੁਕਮ ਦੇ ਸਕਦਾ? ਗੁਰੂ ਨੂੰ ਤਾਂ ਗੁਰੂ ਹੀ ਦੇ ਸਕਦਾ ਨਾ, ਜਿਹਦਾ ਮਤਲਬ ਗੁਰੂ ਰੂਪ ਹੋ ਗਏ ਸੀ, ਬਸ ਕੋਈ ਫਰਕ ਨਹੀਂ ਰਿਹਾ ਸੀ। ਇਹ ਬਹੁਤ ਮਹੱਤਵਪੂਰਨ ਹੈ ਕਿ ਕਦੋਂ ਉਹ ਗੁਰੂ ਰੂਪ ਹੋਊਗਾ। ਇਹ ਜਿਹੜੀ ਸਾਨੂੰ ਹੁਣ ਨਾ ਇੱਕ ਬੜੀ ਲੂਜਲੀ ਆਦਤ ਪਏਗੀ, ਗੁਰੂ ਰੂਪੀ ਸਾਧ ਸੰਗਤ ਜੀ, ਹਰ ਸਿੱਖ ਗੁਰੂ ਰੂਪ ਨਹੀਂ, ਪਿਆਰਾ ਤਾਂ ਹੋ ਸਕਦਾ, ਗੁਰੂ ਪਿਆਰੀ ਸੰਗਤ ਤਾਂ ਹੋ ਸਕਦੀ ਹੈ, ਗੁਰੂ ਰੂਪ ਸੰਗਤ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ, ਇੰਨਾ ਸੌਖਾ ਨਹੀਂ ਇਹ। ਗੁਰੂ ਰੂਪ ਹੋਣ ਦਾ ਜਿਹੜਾ ਹੈਗਾ ਮਾਣ ਹਾਸਲ ਕਰਨਾ, ਇਹਦੇ ਵਾਸਤੇ ਬਹੁਤ ਕੁਛ ਚੁਲੰਘਣਾ ਪਿਆ ਸੀ ਖਾਲਸੇ ਨੂੰ। ਫਿਰ ਜਾ ਕੇ ਗੁਰੂ ਦੀ ਕਲੰਗੀ ਸੰਗਤ ਸਿੰਘ ਦੇ ਸੀਸ 'ਤੇ ਸਜੀ ਸੀ। ਉਹ ਸਾਰਾ ਕੁਛ ਦੇਖੋ ਕੀ ਸੀ, ਇਹ ਕਿਵੇਂ ਹੱਕ ਹੋਇਆ। ਸੋ ਗੁਰਿਆਈ ਦੇਤੀ ਸੀਗੀ, ਚਲੋ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ 'ਚ ਦਿੱਤੀ ਜਾ ਕੇ, ਇਹ ਤਾਂ ਵੱਖਰੀ ਗੱਲ ਹੈ। ਗੁਰਿਆਈ ਤਾਂ ਉਹਦੇ ਨਾਲ ਚਮਕੌਰ ਦੀ ਗੜੀ 'ਚ ਦੇਤੀ ਸੀ ਖਾਲਸੇ ਨੂੰ ਗੁਰੂ, ਉਹ ਵੀ ਜ਼ਰੂਰੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣੀ ਵੀ, ਕਿਉਂਕਿ ਭਵਿੱਖ ਦਾ ਕੰਮ ਸੀਗਾ। ਉੱਥੇ ਤਾਂ ਉਹ ਉਸੇ ਛਿਣ ਦੀ ਗੱਲ ਹੈ, ਉਸੇ ਛਿਣ 'ਚ ਪਤਾ ਹੈ ਉਹ ਗੁਰੂ ਰੂਪ ਨੂੰ। ਆਉਣ ਵਾਲੇ ਇਤਿਹਾਸ 'ਚ ਭਵਿੱਖ 'ਚ ਪਤਾ ਨਹੀਂ ਕੀ ਕੁਛ ਵਾਪਰਨਾ, ਤੁਸੀਂ ਕਿਤੇ ਯਕੀਨ ਕਰ ਸਕਦੇ ਹੋ? ਕੋਈ ਚੀਜ਼ ਇਹੀ ਜਿਹੀ ਹੋਵੇ ਜਿਹਦਾ ਕੌਮ 'ਚ ਭਰੋਸਾ ਹੋਵੇ, ਜਿਹਤੋਂ ਕੌਮ ਰਹਿਣਮਾਈ ਲਵੇ, ਜਿਹੜੀ ਅਟਲ ਅਤੇ ਅਹਿੱਲ ਹੋਵੇ, ਕਦੇ ਵੀ ਜੁਗੋ ਜੁਗ ਵਿਅਕਤੀ ਬਾਰੇ ਕੋਈ ਦਾਅਵਾ ਨਹੀਂ ਕਰ ਸਕਦਾ। ਸੋ ਇਸ ਕਰਕੇ ਉੱਥੇ ਉਹ ਦੇਣਾ, ਉਹਦੀ ਇੱਕ ਵੱਖਰੀ ਅਹਿਮੀਅਤ ਹੈ।
ਵੱਖਰਾ ਕੰਟੈਕਸਟ ਹੈ, ਇੱਥੇ ਇੱਕ ਵੱਖਰਾ ਕੰਟੈਕਸਟ ਹੈ। ਸੋ ਉਹ ਗਰਿਆਈ ਦਿੱਤੀ। ਚਲੋ ਫਿਰ ਬਾਅਦ 'ਚ ਆਪਾਂ ਨੂੰ ਪਤਾ ਹੈ ਕਿ ਉਹ ਤਿੰਨ ਸਿੰਘ ਲੈ ਕੇ ਉੱਥੋਂ ਨਿਕਲੇ। ਹੁਣ ਤੁਸੀਂ ਦੇਖੋ ਕਿੱਥੇ ਅਨੰਦਪੁਰ ਦੀ ਸ਼ਾਨੋ ਸ਼ੌਕਤ, ਅਤੇ ਕਿੱਥੇ ਰਾਤ ਨੂੰ ਲਾਸ਼ਾਂ ਦੇ ਵਿੱਚ ਦੀ ਪੈਰ ਧਰਦੇ। ਰਾਤ ਹੈ, ਦਸੰਬਰ ਦਾ ਮਹੀਨਾ, ਕਹਿਰ ਦੀ ਠੰਡ ਹੈ, ਪੈਰੋਂ ਨੰਗੇ ਹੈ, ਅਤੇ ਸਭ ਕੁਛ ਪਿੱਛੇ ਰਹਿ ਗਿਆ। ਬਸ ਤਿੰਨ ਸਿੰਘ ਹੈ, ਉਹ ਵੀ ਨਾਲ ਨਹੀਂ ਚੱਲ ਰਹੇ। ਉਹਨਾਂ ਨੇ ਇੱਕ ਇਕਰਾਰ ਹੀ ਹੈ ਵੀ ਆਪਾਂ ਉਸ ਤਾਰੇ ਦੀ ਸੇਧ 'ਚ ਜਾ ਕੇ ਵੜਾਂਗੇ। ਬਸ ਉਹ ਅਵਸਥਾ ਜਿਹੜੀ ਹੈ ਉਹਦਾ ਅੰਦਾਜ਼ਾ ਲਾਉਣਾ, ਡੂੰਘਾ ਉੱਤਰ ਕੇ ਆਪਦੀ ਕਲਪਨਾ ਨੂੰ ਕਿਸੇ ਪੜਾਅ 'ਤੇ। ਇਹ ਸੀ ਜਿਹੜਾ ਹਰਿੰਦਰ ਸਿੰਘ ਮਹਿਬੂਬ ਕਰਦਾ ਸੀ। ਉਹ ਤਾਂ ਖੁਦ ਪੀੜਿਆ ਜਾਂਦਾ ਸੀ ਸਾਰੇ ਕੁਛ 'ਚੋਂ। ਇੱਥੇ ਕਿੰਨੇ ਮੌਜ ਨਾਲ ਸਾਡੇ ਜਿਹੜੇ ਪ੍ਰਚਾਰਕ ਹੈ ਉਹ ਕਿਵੇਂ ਸੰਗਤ ਨੂੰ ਰਵਾ ਵੀ ਦਿੰਦੇ ਨੇ, ਅਤੇ ਕਿੰਨਾ ਉਹ ਮਤਲਬ ਆਨੰਦ ਲੈਂਦੇ ਆ ਸਾਰੀ ਗੱਲ ਸੁਣਾ ਕੇ। ਸੋ ਚੱਲ ਆਪਾਂ ਨੂੰ ਅੱਗੇ ਪਤਾ ਹੈ ਮਾਛੀਵਾੜੀ ਦੀ ਜੂਹ 'ਚ ਪਹੁੰਚਦੇ ਹੈ, ਇੱਕ ਹਲਟ ਹੈ, ਹਲਟ ਤੋਂ ਪਾਣੀ ਗੇੜ ਕੇ ਪੀਤਾ ਹੈ, ਪੈਰ ਛਿੱਲੇ ਗਏ, ਜਾਮਾ ਵੀ ਝਰੀਟਿਆ ਗਿਆ ਕੰਡਿਆਂ ਨਾਲ, ਜੰਗਲ ਸੀ ਉਦੋਂ ਬੜਾ। ਇਹ ਇਲਾਕੇ ਸਾਨੂੰ ਅੱਜ ਵੀ ਪਤਾ ਕਿੰਨੀਆਂ ਝਾੜੀਆਂ ਕੰਡੇਦਾਰ ਅਤੇ ਹੋਰ ਕਿੰਨਾ ਕੁਛ ਹੈ। ਫਿਰ ਉਹ ਟੈਂਟ ਦਾ ਸਿਰਹਾਣਾ ਲਾ ਕੇ ਸੁੱਤੇ ਹੈ, ਅਤੇ ਚਲੋ ਦਿਨ ਚੜ੍ਹਦਾ, ਅਤੇ ਦਿਨ ਚੜ੍ਹਦਾ ਉਹ ਸਿੰਘ ਵੀ ਆ ਕੇ ਮਿਲ ਜਾਂਦੇ ਆ ਤਿੰਨੇ। ਉਹ ਸਿੰਘ ਕਿਹੜੇ ਆ? ਦਿਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ। ਸੋ ਚਾਰੇ ਫਿਰ ਇਕੱਠੇ ਹੋ ਜਾਂਦੇ ਆ। ਜਿਸ ਬਾਗ ਦੇ ਵਿੱਚ ਸੁੱਤੇ ਆ ਉਹ ਬਾਗ ਕਿਹਦਾ? ਉਹ ਪੰਜਾਬੇ ਅਤੇ ਗੁਲਾਬੇ ਭਰਾਵਾਂ ਦਾ ਬਾਗ, ਜਿਹੜੇ ਘੋੜਿਆਂ ਦੇ ਸੁਦਾਗਰ ਹੈ। ਅਤੇ ਗੁਲਾਬਾ ਖਾਸ ਕਰਕੇ ਗੁਰੂ ਘਰ ਦਾ ਪ੍ਰੇਮੀ ਹੈ। ਘੋੜਿਆਂ ਦੇ ਸੁਦਾਗਰਾਂ ਨਾਲ ਗੁਰੂਆਂ ਦੀ ਬੜੀ ਸਾਂਝ ਰਹੀ ਹੈ, ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਕੇ। ਸੋ ਉੱਥੇ ਹੋਰ ਜਿਹੜਾ ਗੁਲਾਬਾ ਹੈ ਉਸ ਬੰਦੇ ਦਾ ਤੁਸੀਂ ਕਿਰਦਾਰ ਜਿਹੜਾ ਅੱਜ ਤੱਕ ਸਾਨੂੰ ਨਾ ਪਤਾ ਲੱਗੂਗਾ, ਵਰਤਮਾਨ ਨੂੰ ਸਮਝਣ ਵਾਸਤੇ ਗੁਰੂ ਪ੍ਰਤੀ ਪੂਰਾ ਸਤਿਕਾਰ ਅਤੇ ਅਦਬ ਅਤੇ ਸ਼ਰਧਾ ਦਾ ਕੋਈ ਅੰਤ ਨਹੀਂ ਉਹਦੇ ਮਨ 'ਚ। ਪਰ ਕਿਤੇ ਮਨ ਕਮਜ਼ੋਰ ਹੈ ਕਿ ਅੱਜ ਇਹਨਾਂ ਨੂੰ ਸ਼ਰਨ ਦੇਣੀ, ਜਦੋਂ ਦੁਸ਼ਮਣ ਲੱਭਦਾ ਫਿਰਦਾ, ਖੁਰਾ ਭਾਲਦਾ, ਇਹ ਖਤਰੇ ਤੋਂ ਖਾਲੀ। ਹੁਣ ਜਦੋਂ ਸ਼ਰਧਾ ਦੇ ਵਿੱਚ ਗਿਣਤੀ ਮਿਣਤੀ ਆ ਗਈ, ਨਿੱਜਾ ਆ ਗਿਆ, ਮੇਰਾ ਕੀ ਬਣੂ, ਆਪਦਾ ਭਲਾ ਅਤੇ ਬੁਰਾ ਸੋਚਣ ਲੱਗ ਗਿਆ, ਜਦੋਂ ਉਹ ਸ਼ਰਧਾ। ਸੋ ਅੱਜ ਜਿਹੜਾ ਸਾਨੂੰ ਕਿਰਦਾਰ ਦੇ ਸਰਹੇ ਹਰ ਖੇਤਰ 'ਚ ਸਿੱਖ ਕਹਾਉਂਦੇ ਆ ਬੰਦੇ, ਆਗੂ ਵੀ ਸਿੱਖ ਕਹਾਉਂਦੇ ਆ,
ਪਰ ਪੈਰ ਪੈਰ 'ਤੇ ਨਿੱਜ ਸੋਚਦੇ ਆ ਮੈਨੂੰ ਕੀ ਫਾਇਦਾ ਇਹਦਾ। ਸੋ ਗੁਲਾਬਾ ਉਹਨਾਂ 'ਚੋਂ ਸੀ, ਬੰਦਾ ਮਾੜਾ ਨਹੀਂ ਸੀ। ਜਿਹੜਾ ਪੰਜਾਬਾ ਸੀ ਉਹ ਬਹੁਤ ਕੈਰ ਅਤੇ ਕਮੀਨਾ ਸੀ, ਉਹ ਬਾਗ ਉਹਨਾਂ ਦਾ ਸੀ। ਉਹਨਾਂ ਨੂੰ ਪਤਾ ਲੱਗ ਗਿਆ, ਉਹ ਆ ਗਏ ਅਤੇ ਚਲੋ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਚਲੋ ਤੁਹਾਡੇ ਕੋਲ ਚੱਲਦੇ ਹਾਂ। ਇੱਕ ਰਾਤ ਕਟਾਈ ਉਹਨਾਂ ਨੇ ਬੜੇ ਡਰਦਿਆਂ ਡਰਦਿਆਂ ਨੇ। ਗੁਲਾਬਾ ਤਾਂ ਸ਼ਾਇਦ ਹੋਰ ਰੱਖ ਲੈਂਦਾ, ਪਰ ਉਹ ਪੰਜਾਬਾ ਕਲੇਸ਼ ਪਾ ਕੇ ਬਹਿ ਗਿਆ ਵੀ ਨਾਲ ਮੈਨੂੰ ਵੀ ਡੋਬੇਗਾ। ਇਹ ਆਪਾਂ ਹੁਣ ਕੁਛ ਦੇਖਦੇ ਹਾਂ ਨਾ ਵਾਪਰਦਾ। ਇਹ ਜ਼ਿੰਦਗੀ 'ਚ ਜੋ ਦ੍ਰਿਸ਼ਟਾਂਤ ਪੈਦਾ ਕਰਦੇ ਗਏ ਗੁਰੂ ਸਾਹਿਬ, ਉਹਨਾਂ ਦੀ ਅਹਿਮੀਅਤ ਬਖਤੀ ਕਾਲ 'ਚ ਨਹੀਂ ਸੀ। ਤਾਂ ਬਹੁਤ ਡੂੰਘੇ ਅਤੇ ਸਦੀਵੀ ਅਰਥ ਵਾਲੀਆਂ ਗੱਲਾਂ ਸਾਰੀਆਂ, ਹਰ ਕਰੈਕਟਰ 'ਚ ਉਹ ਪੜ੍ਹੋ ਕੀ ਹੈ ਉਹ। ਸੋ ਗੁਲਾਬਾ ਜਿਹੜਾ ਨਾ, ਮੈਨੂੰ ਵੀ ਪਹਿਲਾਂ ਬਹੁਤਾ ਪਤਾ ਨਹੀਂ ਸੀ। ਜਦੋਂ ਮੈਂ ਪਹਿਲੀ ਕਿਤਾਬ ਲਿਖੀ 20ਵੀਂ ਸਦੀ ਦੀ ਸਿੱਖ ਰਾਜਨੀਤੀ, ਉਦੋਂ ਮੈਨੂੰ ਉੱਥੇ ਬੋਲਦੇ ਨੇ ਕਿਹਾ ਗੁਰਤਰਨ ਸਿੰਘ ਨੇ, ਡਾਕਟਰ ਗੁਰਤਰਨ ਸਿੰਘ ਨੇ ਉਸ ਕਿਤਾਬ ਨੂੰ ਰਿਲੀਜ਼ ਕਰਨ ਦੇ ਮੌਕੇ 'ਤੇ ਬੋਲਦਿਆਂ ਕਿਹਾ, ਕਹਿੰਦਾ ਇਹ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਸੰਤ ਲੌਂਗੋਵਾਲ ਭੈੜਾ ਘੱਟ ਲੱਗਣ ਲੱਗ ਗਿਆ ਅਤੇ ਉਹ 'ਤੇ ਤਰਸ ਵਾਲਾ ਹੁੰਦਾ। ਤਾਂ ਤਰਸ ਦਾ ਪਾਤਰ ਹੈ ਵਿਚਾਰਾ। ਅਤੇ ਟੌੜੇ ਬਾਰੇ ਉਹਨੇ ਕਿਹਾ ਉਹ ਗੁਲਾਬਾ ਸਿੱਖ ਹੈ, ਉਹਦਾ ਜੀ ਕਰਦਾ ਪਰ ਮਨ ਇਹ ਨਾ ਤਕੜਾ ਹੈ। ਇਹ ਕਰੈਕਟਰ ਨੂੰ ਕੁਛ ਜਿਹੜੇ ਦ੍ਰਿਸ਼ਟਾਂਤ ਜਿਹੜੇ, ਮੇਰਾ ਖਿਆਲ ਮੈਂ ਟਾਈਮ ਜ਼ਿਆਦਾ ਤਾਂ ਨਹੀਂ ਹੋ ਗਿਆ, ਹਾਂਜੀ ਬਸ ਆਪਾਂ ਹੁਣ ਸਮੇਟਦੇ ਹਾਂ ਥੋੜ੍ਹੇ ਚਿਰ ਬਾਅਦ। ਸੋ ਉਸ ਤੋਂ ਬਾਅਦ ਆਪਾਂ ਨੂੰ ਪਤਾ ਨਵੀ ਖਾਂ ਗਣੀ ਖਾਂ ਆ ਗਈ, ਉਹ ਵੀ ਘੋੜਿਆਂ ਦੇ ਸੁਦਾਗਰ ਹੈ, ਉਹਨਾਂ ਦਾ ਵੀ ਗੁਰੂ ਨਾਲ ਪ੍ਰੇਮ ਹੈ, ਉਹ ਲੈ ਗਏ ਆਪਦੇ ਘਰ। ਇੰਨੇ ਨੂੰ ਸੂਈਆਂ ਨੂੰ ਪਤਾ ਲੱਗ ਗਿਆ, ਪਿੱਛੋਂ ਦਸਤੇ ਭੇਜਤੇ ਉਹਨਾਂ ਨੇ, ਕਿਉਂਕਿ ਤਾਂ ਲਗਾਤਾਰ ਪਿੱਛਾ ਕਰਦੇ ਆ ਰਹੇ ਸੀਗੇ। ਸੋ ਉੱਥੋਂ ਫਿਰ ਨਿਕਲਣਾ ਸੀਗਾ। ਸੋ ਇਹ ਜ਼ਿੰਮੇਵਾਰੀ ਨਵੀ ਖਾਂ ਅਤੇ ਗਣੀ ਖਾਂ ਨੇ ਲਈ, ਬਹੁਤ ਵੱਡਾ ਖਤਰਾ ਮੁੱਲ ਲੈਣ ਵਾਲੀ ਗੱਲ ਸੀ। ਜਿੱਥੇ ਫਿਰ ਉਹ ਉੱਚ ਦੇ ਪੀਰ ਵਾਲੀ ਸਾਕੀ ਬਣਦੀ ਹੈ ਕਿ ਉੱਚ ਦਾ ਪੀਰ ਬਣਾ ਕੇ ਉਹੀ ਮਾਤਾ ਗੁਰਦੇਈ ਵਾਲਾ ਖੱਦਰ ਉਹਨੂੰ ਨੀਲਾ ਰੰਗ ਕੀਤਾ ਗਿਆ। ਸੋ ਨੀਲਾ ਬਾਣਾ ਪਹਿਣਿਆ ਅਤੇ ਇੱਕ ਨਮਾਰੀ ਪਲੰਘ ਦੇ ਉੱਤੇ ਨਵਾਬੀ ਗਲੀਚਾ ਵਿਛਾਇਆ, ਅੱਗੇ ਨਵੀ ਖਾਂ ਅਤੇ ਗਣੀ ਖਾਂ ਨੇ ਚੁੱਕਿਆ ਅਤੇ ਪਿੱਛੇ ਧਰਮ ਸਿੰਘ ਅਤੇ ਮਾਨ ਸਿੰਘ ਨੇ, ਅਤੇ ਦਿਆ ਸਿੰਘ ਚੌਰ ਕਰਦਾ ਜਾ ਰਿਹਾ ਅਤੇ ਅੱਗੇ ਦੌਲਤ ਖਾਂ ਫੌਜਦਾਰ ਦੀ ਗਸ਼ਤੀ ਟੁਕੜੀ ਮਿਲ ਗਈ ਜਿਹੜੀ ਪਿੱਛੇ ਕਰਦੀ ਭਾਲਦੇ ਫਿਰਦੇ ਸੀਗੇ। ਹੁਣ ਉਸ ਟੁਕੜੀ ਦੇ ਵਿੱਚ ਕਹਿੰਦੇ ਤਿੰਨ ਬੰਦੇ ਅਜਿਹੇ ਸੀ ਜਿਹੜੇ ਗੁਰੂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੇ ਸੀ। ਇੱਕ ਅਨਾਇਤ ਅਲੀ ਨੂਰਪੁਰੀਆ, ਇੱਕ ਰਹਿਮਤ ਅਲੀ ਮਨੂ ਮਾਜਰੇ ਦਾ, ਤੀਜਾ ਕਾਜੀ ਪੀਰ ਮੁਹੰਮਦ ਸਲੋਹ ਵਾਲਾ। ਇਹ ਤਿੰਨੇ ਜਾਣਦੇ ਸੀ। ਸੋ ਜਦੋਂ ਉਹਨਾਂ ਨੇ ਦੇਖਿਆ
ਉਹ ਝੁਕ ਕੇ ਅਦਬ ਨਾਲ ਝੁਕ ਗਏ, ਉਹ ਅਕੀਦਤ ਕੀਤੀ। ਦੌਲਤ ਖਾਂ ਜਿਹੜਾ ਸੀਗਾ ਉਹਨੂੰ ਪਤਾ ਨਹੀਂ, ਪਤਾ ਲੱਗਿਆ ਕਿ ਨਹੀਂ ਲੱਗਿਆ ਜਾਂ ਕੀ ਹੈ, ਉਹ ਕਿਸੇ ਨਿਸ਼ਚਿਤ ਨਤੀਜੇ 'ਤੇ ਨਾ ਪਹੁੰਚ ਸਕਿਆ, ਕਿਉਂਕਿ ਗੁਰੂ ਸਾਹਿਬ ਨੇ ਬਚ ਕੇ ਜਾਣਾ ਸੀ ਉੱਥੇ। ਕਿਸੇ ਦੇ ਮਨ 'ਚ ਸ਼ੰਕਾ ਪੈਦਾ ਹੋ ਗਿਆ, ਕੋਈ ਮੁਰੀਦ ਬਣ ਗਿਆ, ਉੱਥੋਂ ਨਿਕਲੇ ਮਾਛੀਵਾੜੇ ਤੋਂ ਆਲਮਗੀਰ ਤੱਕ ਪਹੁੰਚੇ, ਇਸ ਤਰ੍ਹਾਂ ਹੀ ਉੱਚ ਦੇ ਪੀਰ ਬਣ ਗਈ। ਹੁਣ ਆਲਮਗੀਰ ਤੱਕ ਜਾਂਦਿਆਂ ਕੋਈ ਹੋਰ ਨਹੀਂ, ਕੋਈ ਘੋੜਾ ਨਹੀਂ, ਕੁਛ ਨਹੀਂ, ਅਜੇ ਆਲਮਗੀਰ ਦੀ ਜੂਹ 'ਚ ਹੀ ਪਹੁੰਚੇ ਸੀ। ਅੱਗੋਂ ਨਗਾਈਆ ਸਿੰਘ ਮਿਲ ਗਿਆ, ਜਿਹੜਾ ਭਾਈ ਮਨੀ ਸਿੰਘ ਦਾ ਵੱਡਾ ਭਰਾ ਸੀ, ਉਹ ਵੀ ਘੋੜਿਆਂ ਦਾ ਸੁਦਾਗਰ ਸੀ। ਉਹਦੇ ਕੋਲ ਉੱਡਦੀਆਂ ਉੱਡਦੀਆਂ ਖਬਰਾਂ ਮਿਲ ਗਈਆਂ ਸੀ ਅਨੰਦਪੁਰ ਦੀਆਂ। ਤੁਹਾਨੂੰ ਬੜਾ ਦੇਖਿਆ ਉਹਨੇ ਗੁਰੂ ਸਾਹਿਬ ਨੂੰ, ਉਹਦਾ ਬੜਾ ਮਨ ਬਰਾਗ 'ਚ ਆਇਆ। ਉਹਨੇ ਫਿਰ ਆਪਦਾ ਜਿਹੜਾ ਸਭ ਤੋਂ ਬਿਹਤਰ ਘੋੜਾ ਸੀਗਾ, ਚਿੱਟਾ ਘੋੜਾ, ਉਹ ਗੁਰੂ ਸਾਹਿਬ ਨੂੰ ਦਿੱਤਾ। ਸੋ ਆਲਮਗੀਰ ਜਾ ਕੇ ਗੁਰੂ ਸਾਹਿਬ ਫਿਰ ਘੋੜੇ 'ਤੇ ਸਵਾਰ, ਚਿੱਟੇ ਘੋੜੇ 'ਤੇ, ਬਾਕੀ 3 ਸਿੰਘ ਪੈਦਲ ਹੈ। ਆਲਮਗੀਰ ਤੋਂ ਦੀਨੇ ਤੱਕ ਮੈਂ ਪਹਿਲਾਂ ਵੀ ਦੱਸਿਆ, ਚੌਥਾ ਹੋਰ ਕੋਈ ਨਹੀਂ। ਦੀਨੇ ਪਹੁੰਚ ਗਏ। ਹੁਣ ਦੀਨੇ ਚੌਧਰੀ ਸ਼ਮੀਰ ਅਤੇ ਲਖਵੀਰ ਦੋ ਭਰਾ ਸੀਗੇ, ਉਹ ਚੌਧਰੀ ਜੋਧ ਸ਼ਾਹ ਦੇ ਪੋਤੇ ਸੀ, ਅਤੇ ਚੌਧਰੀ ਜੋਧ ਸ਼ਾਹ ਪਹਿਲਾਂ ਸਖੀ ਸਰਬਰ ਦਾ ਚੇਲਾ ਸੀ, ਪਰ 6ਵੇਂ ਪਾਤਸ਼ਾਹ ਵੇਲੇ ਉਹ ਸਿੱਖ ਸਜ ਗਏ। ਸੋ ਉਹਨਾਂ 'ਤੇ ਉਹ ਰੰਗ ਸੀਗਾ, ਖਾਸ ਕਰਕੇ ਸ਼ਮੀਰ 'ਤੇ। ਉਹਨੇ ਕਿਹਾ ਗੁਰੂ ਸਾਹਿਬ ਨੂੰ ਵੀ ਹੁਣ ਤੁਸੀਂ ਇੱਥੇ ਠਹਿਰੋ। ਉਹ ਦੇਸੂ ਤਰਖਾਣ ਦਾ ਚੁਬਾਰਾ ਸੀਗਾ, ਉੱਥੇ ਗੁਰੂ ਸਾਹਿਬ ਦਾ ਆਸਣ ਲੱਗਿਆ। ਸੋ ਉੱਥੇ ਮੁਕਾਮ ਕੀਤਾ ਲੰਮਾ, 1.25 ਮਹੀਨੇ ਦਾ ਮੁਕਾਮ ਹੈ ਉੱਥੇ। ਉਸ ਦੀਆਂ ਖਬਰਾਂ ਚਾਰੇ ਪਾਸੇ ਪਹੁੰਚ ਗਈਆਂ ਵੀ ਗੁਰੂ ਬਚ ਕੇ ਨਿਕਲ ਗਿਆ। ਉਹ ਖਬਰਾਂ ਪਹੁੰਚੀਆਂ, ਸਿੱਖ ਆਉਣ ਲੱਗ ਗਏ, ਕੋਈ ਪੁਸ਼ਾਕ ਲੈ ਕੇ ਆ ਰਿਹਾ, ਕੋਈ ਅਨਾਜ ਲੈ ਕੇ ਆ ਰਿਹਾ, ਕੋਈ ਮਾਇਆ ਲੈ ਕੇ ਆ ਰਿਹਾ। ਦਿਨਾਂ 'ਚ ਹੀ ਲੰਗਰ ਚੱਲ ਪਿਆ, ਦਿਨਾਂ 'ਚ ਹੀ ਅੰਮ੍ਰਿਤ ਸੰਚਾਰ ਸ਼ੁਰੂ ਹੋ ਗਿਆ, ਸਭ ਕੁਛ ਫੇਰ ਸ਼ੁਰੂ ਹੋ ਗਿਆ ਸਕਰੈਚ ਤੋਂ, ਜੀਰੋ ਤੋਂ। ਸੋ 1.25 ਮਹੀਨਾ ਉੱਥੇ ਰਹੇ, ਜਫਰਨਾਮਾ ਲਿਖਣ ਦਾ ਸਮਾਂ ਆ ਗਿਆ ਸੀਗਾ। ਵਰਦੇਸੂ ਤਰਖਾਣ ਦੇ ਚੁਬਾਰੇ 'ਚ ਬੈਠ ਕੇ ਗੁਰੂ ਸਾਹਿਬ ਨੇ ਉਹ ਜਫਰਨਾਮਾ ਲਿਖਿਆ। ਫਿਰ ਦਿਆ ਸਿੰਘ ਦੇ ਹੱਥ ਸ਼ਹਿਨਸ਼ਾਹ ਕੋਲ, ਦੱਖਣ 'ਚ ਸੀ ਸ਼ਹਿਨਸ਼ਾਹ ਉਦੋਂ, ਉੱਥੇ ਭੇਜਿਆ। ਚਲੋ ਉਹਨੂੰ ਵਿਦਾ ਕੀਤਾ। ਕਾਫੀ ਸੇਵਕ ਆਉਣ ਲੱਗ ਗਏ ਸੀ, ਸਿੱਖ ਆਉਣ ਲੱਗ ਗਏ ਸੀ, ਜਿਹਦੇ 'ਚੋਂ ਫਿਰ ਇੱਕ ਫੌਜ ਫਿਰ ਤਿਆਰ ਹੋ ਗਈ। ਪਰ ਇੱਕ ਗੱਲ ਪਹਿਲੀ ਵਾਰ ਗੁਰੂ ਦੇ ਜੀਵਨ 'ਚ ਵਾਪਰੀ ਕਿ ਤਨਖਾਹ 'ਤੇ ਫੌਜੀ ਰੱਖੇ ਕੁਛ। ਇਹ ਵੀ ਇੱਕ ਸੰਕੇਤ ਸੀ, ਇਹ ਵੀ ਦਿਖਾਉਣਾ ਹੀ ਸੀ ਦ੍ਰਿਸ਼ਟਾਂਤ, ਗੁਰੂ ਕੀ ਅਤੇ ਤਨਖਾਹ ਕੀ, ਵੀ ਤਨਖਾਹ ਲੈ ਕੇ ਲੜਨ ਵਾਲੇ। ਪਰ ਉਹ ਜ਼ਿਆਦਾਤਰ ਬਰਾੜ ਸੀ ਉਸ ਇਲਾਕੇ ਦੇ, ਗੁਰੂ ਸਾਹਿਬ ਨੇ ਜ਼ਿਕਰ ਵੀ ਕੀਤਾ ਉਹਨਾਂ ਦਾ ਤਾਂ ਘਰ ਬੜਾ,
ਜ਼ਫਰਨਾਮੇ 'ਚ ਵੀ। ਸੋ ਉਹ ਕੁਛ ਬੰਦੇ ਉਦੋਂ ਫਿਰ ਤਨਖਾਹ 'ਤੇ ਰੱਖੇ, ਸਵਾ ਮਹੀਨੇ ਬਾਅਦ ਉੱਥੋਂ ਚਾਲੇ ਪਾਲੇ ਪਤਾ ਲੱਗ ਗਿਆ ਪਿੱਛੋਂ ਵੀ ਆ ਰਹੀਆਂ ਫੌਜਾਂ ਪਿੱਛਾ ਕਰਦੀਆਂ, ਅਤੇ ਚਲੋ ਜਾਂਦੇ ਨੇ ਜੰਗਲ 'ਚ। ਜੰਗਲ ਦਾ ਹੀ ਰਸਤਾ ਹੈ, ਜੰਗਲ ਦੇ ਵਿੱਚ ਜਾ ਕੇ ਉਹਨਾਂ ਤਨਖਾਹਦਾਰ ਫੌਜੀਆਂ 'ਚੋਂ ਕੁਛ ਨੇ ਗੁਰੂ ਸਾਹਿਬ ਦਾ ਰਾਹ ਰੋਕ ਲਿਆ ਕਿ ਪਹਿਲਾਂ ਤਨਖਾਹ ਦੇ ਕੇ ਜਾ। ਇਹ ਘਟਨਾ ਵਾਪਰੀ ਹੈ ਕਿਉਂਕਿ ਖਜ਼ਾਨਾ ਖਾਲੀ ਹੋ ਗਿਆ ਸੀ, ਉਹ ਰਾਹ ਡੱਕ ਕੇ ਖੜ ਗਏ ਸੀ ਵੀ ਅਸੀਂ ਅੱਗੇ ਜਾਣ ਨਹੀਂ ਦੇਣਾ, ਪਹਿਲਾਂ ਸਾਡਾ ਤਨਖਾਹ ਦੇ ਕੇ ਜਾ। ਅਜਿਹੇ ਬੇਗੁਰਿਆਂ ਨਾਲ ਵੀ ਵਾਹ ਪੈਣਾ ਸੀ ਕਿਤੇ ਸਾਰੇ ਕੁਛ 'ਚ। ਹੁਣ ਇਹ ਵਾਰਤਾਲਾਪ ਚੱਲ ਰਿਹਾ ਗੁਰੂ ਸਾਹਿਬ ਦਾ ਉਹਨਾਂ ਨਾਲ, ਉਹ ਜਿੱਦ ਕਰ ਰਹੇ ਨੇ ਬੱਚਿਆਂ ਵਾਂਗੂ ਰਿਹਾੜ, ਅਤੇ ਇਹਨੇ ਨੂੰ ਇੱਕ ਕੋਈ ਬਣਜਾਰਾ ਗੁਰੂ ਦਾ ਸੇਵਕ ਉਹ ਗੁਰੂ ਸਾਹਿਬ ਨੂੰ ਮੋਹਰਾਂ ਦੀ ਭੇਟ ਕਰਨ ਵਾਸਤੇ ਆ ਗਿਆ। ਖੱਚਰ ਦੇ ਉੱਤੇ ਮੋਹਰਾਂ ਸੀ, ਦੀਨੇ ਤੋਂ ਪਤਾ ਲੱਗਿਆ ਵੀ ਇਸ ਰਾਹ ਗਏ ਨੇ ਪਿੱਛਾ ਕਰਦਾ ਆ ਰਿਹਾ। ਇਹ ਫਿਰ ਕੋਈ ਇਤਫਾਕ ਕਹੋਗੇ ਬਾਈ ਚਾਂਸ ਹੋ ਗਿਆ, ਚਲੋ ਉਹਨਾਂ ਨੂੰ ਤੋਰਿਆ ਤਨਖਾਹੀਆਂ ਹਨ, ਅੱਗੇ ਗਏ, ਚਲੋ ਖਦਰਾਣੇ ਦੀ ਟਾਪ ਲੱਗ ਗਈ ਪਿੱਛਾ ਕਰਦੇ ਕਰਦੇ। ਰਾਹ 'ਚ ਬੜੇ ਬੇਗੁਰਿਆਂ ਨਾਲ ਵਾਹ ਪਿਆ, ਕਈ ਰੁੱਖੇ ਬੋਲੇ, ਮੰਦੇ ਵਚਨ ਵੀ ਬੋਲੇ, ਜਿਵੇਂ ਕਪੂਰਾ ਚੌਧਰੀ ਸੀ ਕੋਟਕਪੂਰੇ ਵਾਲਾ, ਮਤਲਬ ਉਹਨੇ ਆਸਰਾ ਤਾਂ ਕੀ ਦੇਣਾ ਸੀ, ਉਹਨੇ ਪੂਰੀ ਵਾਹ ਲਾਈ ਹੋਈ ਸੀ ਕਿ ਇਹਨੂੰ ਕੋਈ ਕਿਤੋਂ ਮਦਦ ਨਹੀਂ ਮਿਲਣੀ ਚਾਹੀਦੀ। ਇਹ ਦਿਨ ਵੀ ਆਏ। ਹੁਣ ਤੁਸੀਂ ਦੇਖੋ ਖਦਰਾਣੇ ਦੀ ਢਾਬ 'ਤੇ ਜਾ ਕੇ ਦੁਸ਼ਮਣ ਨੇ ਆ ਰਲਿਆ, ਉਹ 'ਚ ਜੰਗ ਹੋਈ। ਉੱਥੇ ਆ ਕੇ ਜਿੱਥੇ 40 ਸਿੰਘ ਜਿਹੜੇ ਬੇਦਾਵਾ ਲਿਖ ਕੇ ਗਏ ਸੀਗੇ ਉਹ ਆ ਪ੍ਰਗਟ ਹੋਏ। ਉਹਨਾਂ ਨੂੰ ਪਤਾ ਸੀ, ਕਹਿੰਦੇ ਉਹ ਲਗਾਤਾਰ, ਉਹਨਾਂ ਨੂੰ ਇਹ ਵੀ ਪਤਾ ਸੀ, ਸਾਰੇ ਸਿੱਖ ਜਗਤ ਨੂੰ ਜਾਂ ਸਾਰੇ ਦੁਨੀਆਂ ਨੂੰ ਪਤਾ ਲੱਗ ਗਿਆ ਸੀ ਦੁਨੀਆਂ ਤੋਂ ਭਾਵ ਜਿਹੜੀ ਕਿ ਉਦੋਂ ਇੰਨਾ ਕੁ ਇਸ ਖਿੱਤੇ ਦੇ ਵਿੱਚ ਸੀ ਕਿ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਪੈ ਗਿਆ ਗੁਰੂ। ਹੁਣ ਉਹ ਬੇਦਾਵਾ ਤਾਂ ਲਿਖ ਗਏ ਸੀ ਪਰ ਅੰਦਰ ਜਿਹੜਾ ਗੁਨਾਹ ਦਾ ਅਹਿਸਾਸ ਹੈ ਉਹ ਨਹੀਂ ਸੀ ਮਰਿਆ, ਜਿਹਦਾ ਮਤਲਬ ਅਜੇ ਇੰਨੇ ਕੁ ਤਾਂ ਸੀਗੇ। ਅੱਜ ਕੱਲ੍ਹ ਤਾਂ ਤੁਸੀਂ ਦੇਖੋ ਗੁਨਾਹ ਕੀਤੇ ਵੱਡੇ ਵੱਡੇ ਕੁਛ ਚੀਜ਼ਾਂ ਹਜ਼ਮ ਕਰ ਜਾਂਦੇ ਨੇ, ਉਹ ਗੁਨਾਹ ਦੇ ਅਹਿਸਾਸ 'ਚੋਂ ਲਗਾਤਾਰ ਖਬਰ ਰੱਖ ਰਹੇ ਸੀ, ਕਨਸੋਲ ਰੱਖ ਰਹੇ ਸੀ ਕਿ ਗੁਰੂ ਦੀ ਖਾਤਰ ਸ਼ਹੀਦ ਹੋਣਾ, ਬਸ ਇੱਕੋ ਹੀ ਤਮੰਨਾ ਸੀ, ਹੋਰ ਇਹਦਾ ਕੋਈ ਮੁੱਲ ਕੋਈ ਕੀਮਤ ਦੀ ਅਦਾ ਨਹੀਂ ਹੋ ਸਕਦੀ। ਉਸ ਜੰਗ 'ਚੋਂ 40 ਸ਼ਹੀਦ ਹੋਏ। ਮਹਾਂ ਸਿੰਘ ਸੀ ਜਿਹੜਾ ਜੇ ਸਹਿਕ ਦਾ ਸੀ, ਜ਼ਖਮੀ ਸੀ, ਸੋ ਸਾਰਾ ਕੁਛ ਵਾਪਰਨਾ ਸੀਗਾ, ਗੁਰੂ ਸਾਹਿਬ ਨੇ ਪੱਟ 'ਤੇ ਰੱਖਿਆ ਉਹਦਾ ਸਿਰ ਵੀ ਦੱਸ ਕੀ ਮੰਗਦਾ। ਕਹਿੰਦਾ ਉਹ ਰੁੱਕਾ ਪਾੜ ਦਿਓ, ਤੁਸੀਂ ਦੇਖੋ
ਜ਼ਮੀਰ 'ਤੇ ਕਿੱਡਾ ਬੋਝ ਲਈ ਫਿਰਦੇ। ਆਪਾਂ ਤਾਂ ਬਣਾ ਦਿੰਦੇ ਮਾਈ ਭਾਗੋ ਦੇ ਤਾਨਿਆਂ ਨੇ ਉਹਨਾਂ ਨੂੰ ਤੋਰ, ਤਾਨੇ ਤਾਂ ਬੰਦਾ ਵੱਡਿਆਂ ਵੱਡਿਆਂ ਦੀ ਨਹੀਂ ਪਰਵਾਹ ਕਰਦਾ, ਤਾਨੇ ਨਹੀਂ ਕਿਤੇ ਜ਼ਮੀਰ 'ਤੇ ਬੋਝ ਸੀ। ਇਹ ਠੀਕ ਹੈ ਮਾਈ ਭਾਗੋ ਵੀ ਉੱਥੇ ਨਾਲ ਆਈ ਸੀ, ਉਹਦਾ ਇੱਕ ਸਹਾਈ ਰੋਲ ਹੋਣਾ ਹੈ, ਪਰ ਅਸੀਂ ਉਸ ਚੀਜ਼ ਦੇ ਵਿੱਚ ਆਹ ਸਾਰਾ ਕੁਛ ਮਨਫੀ ਕਰ ਜਾਂਦੇ। ਸੋ ਇਸ ਤਰ੍ਹਾਂ ਉਹ ਬੇਦਾਵਾ ਪਾੜਿਆ ਗਿਆ। ਉਸ ਬੇਦਾਵਾ ਪਾੜਨ ਨਾਲ ਜੇਬ 'ਚੋਂ ਕੱਢਿਆ, ਦੇਖ ਲਓ ਚੋਲੇ ਜਾਮੇ ਦੀ ਜੇਬ 'ਚੋਂ ਕੱਢਿਆ, ਕਾਗਜ਼ ਸਭ ਕੁਛ 'ਚੋਂ ਕਾਗਜ਼ ਨਾਲ, ਉਹਨਾਂ ਨੂੰ ਗੁਨਾਹ ਦੇ ਬੋਝ ਤੋਂ ਮੁਕਤ ਵੀ ਕਰਨਾ ਸੀਗਾ। ਜਿਹੜਾ ਗੁਰੂ ਦਾ ਰਹਿਮ ਹੈ ਨਾ, ਉਹਦਾ ਕੋਈ ਮੁਕਾਬਲਾ ਨਹੀਂ। ਇਸ ਤਰ੍ਹਾਂ ਨਹੀਂ ਸੀ ਮਰਨ ਦੇਣਾ ਚਾਹੁੰਦੇ ਗੁਰੂ ਸਾਹਿਬ, ਇਸੇ ਕਰਕੇ ਉਹ ਬੇਦਾਵਾ ਜੇਬ 'ਚ ਰੱਖਿਆ ਹੋਇਆ ਸੀ। ਪਤਾ ਸੀ ਮੌਕਾ ਆਉਣਾ ਹੈ। ਸੋ ਉਸ ਬੇਦਾਵਾ ਪਾੜਨ ਤੋਂ ਬਾਅਦ ਦੇ ਨਾਲ ਹੀ ਆਪਾਂ ਇਹ ਕਹਿ ਲਈਏ ਕਿ ਸਫ਼ਰ ਦਾ ਜਿਹੜਾ ਹੈਗਾ ਉਹ ਕਾਂਡ ਅਨੰਦਪੁਰ ਨਾਲ ਜੁੜਿਆ, ਉਹਦੀ ਸਮਾਪਤੀ ਉੱਥੇ ਹੋ ਜਾਂਦੀ ਹੈ। ਇਹ ਸਾਰਾ ਸਫ਼ਰ ਇਸ ਵਾਸਤੇ ਸੀਗਾ, ਉਹ ਬੇਦਾਵਾ ਪਟਨਾ ਸੀ। ਚਲੋ ਇਸ ਤੋਂ ਅੱਗੇ ਆਪਾਂ ਨਾ ਜਾਈਏ ਡਿਟੇਲ 'ਚ ਕੀ ਵਾਪਰਿਆ ਅੱਗੇ, ਉਹ ਤਾਂ ਫਿਰ ਸਾਰੀ ਕਹਾਣੀ ਅਨੰਦਪੁਰ ਸਾਹਿਬ ਪਹੁੰਚ ਨੰਦੇੜ ਸਾਹਿਬ ਪਹੁੰਚਣ ਵਾਲੀ, ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ, ਉਹ ਸਭ ਕੁਛ ਉਹ ਇੱਕ ਵੱਖਰਾ ਫਿਰ ਕਾਂਡ ਬਣਦਾ ਉਸ ਦਾ। ਸੋ ਇਹ ਸੀਗੀ ਜਿਹੜੀ ਮੈਂ ਯਤਨ ਕੀਤਾ ਕਿ ਜਿੰਨਾ ਕੁ ਮਹਿਸੂਸ ਕਰਕੇ ਜਿਹੜੀਆਂ ਗੱਲਾਂ ਨੂੰ ਜੋ ਸਾਡੇ ਆਮ ਵਿਖਿਆਨਾਂ 'ਚ ਨਹੀਂ ਆਉਂਦੀਆਂ, ਉਹਨਾਂ ਘਟਨਾਵਾਂ ਅਤੇ ਬੇਰਵਿਆਂ ਦੇ ਪਿੱਛੇ ਜਿਹੜਾ ਦੈਵੀ ਸੱਚ ਹੈ ਉਸ ਨੂੰ ਬੁੱਝਣ ਦੇ ਯਤਨ ਕਰਨੇ। ਸੋ ਉਹ ਜਿਹੜੇ ਸਿੰਘ ਸੀ ਨਾ ਸਾਰੀ, ਜਿਹੜੇ 2 ਸਾਲ ਤੋਂ ਗੁਰੂ ਨਾਲ ਸੀ, ਉਹਨਾਂ ਦੀ ਲਿਵ ਸਿੱਧੀ ਅਕਾਲ ਪੁਰਖ ਦੀ ਜੋਤ ਨਾਲ, ਉਹਦੇ ਹੁਕਮ ਨਾਲ ਜੁੜੀ ਹੋਈ ਸੀ। ਜਿੱਥੇ ਉੱਚੀ ਸੁਰਤ ਦੀ ਮੈਂ ਗੱਲ ਕੀਤੀ, ਜਿੱਥੇ ਤੁਹਾਡੀ ਲਿਵ ਬਸ ਸਿੱਧੀ ਅਕਾਲ ਪੁਰਖ ਦੇ ਹੁਕਮ ਨਾਲ ਹੈ, ਜੋ ਕੁਛ ਕਰ ਰਹੇ ਨੇ ਉਹ ਹੁਕਮ ਦੇ ਮੁਤਾਬਕ ਹੋ ਰਿਹਾ, ਕੁਛ ਵੀ ਇੱਧਰ ਉੱਧਰ ਨਹੀਂ, ਹੁਕਮ ਜ਼ਿੰਦਗੀ 'ਚ ਪ੍ਰਗਟ ਹੋ ਰਿਹਾ। ਸੋ ਜਦੋਂ ਉੱਚੀ ਸੁਰਤ ਜ਼ਿੰਦਗੀ 'ਚ ਪ੍ਰਗਟ ਹੁੰਦੀ ਹੈ, ਫਿਰ ਇੱਕ ਇਤਿਹਾਸ ਦਾ ਬੈਨ ਬਣਦਾ, ਫਿਰ ਇੱਕ ਇਤਿਹਾਸ ਦੀ ਤਰਜ ਬਣਦੀ ਹੈ ਜਿਹੜੀ ਬੇਨਜ਼ੀਰ ਹੁੰਦੀ ਹੈ। ਸੋ ਗੁਰੂ ਦਾ ਇਤਿਹਾਸ ਬੇਨਜ਼ੀਰ ਹੈ, ਕਿਉਂਕਿ ਉੱਥੇ ਜੋ ਕੁਛ ਹੋ ਰਿਹਾ ਹੁਕਮ ਅਤੇ ਬਖਸ਼ਿਸ਼, ਹੁਕਮ ਬਖਸ਼ਿਸ਼ 'ਚ ਪਲਟਦਾ, ਜਿਹਦੇ 'ਚੋਂ ਗੁਰੂ ਦੇ ਜੀਵਨ ਦੇ ਨਕਸ਼ ਉੱਭਰਦੇ ਨੇ ਸਾਰੇ, ਉਹਦਾ ਇਤਿਹਾਸ ਬਣਦਾ। ਇਹ ਹੁਕਮ ਅਤੇ ਬਖਸ਼ਿਸ਼, ਇਹ ਦੋ ਉੱਧਰ ਆਸੇ ਪਾਸੇ ਨਹੀਂ ਕੁਛ, ਬਾਕੀ ਸਾਰੀ ਡਿਟੇਲ ਦੋਵ ਦਰਜੇ ਦੀ ਅਹਿਮੀਅਤ ਰੱਖਦੀ ਹੈ। ਉਹ ਤਾਂ ਸਾਧਨ ਬਣਦੇ, ਇੰਨੀ ਕੀ ਅਹਿਮੀਅਤ ਉਹਨਾਂ ਦੀ। ਸੋ
ਮਾਫ ਕਰਨਾ ਥੋੜ੍ਹਾ ਸਮਾਂ ਜ਼ਿਆਦਾ ਹੀ ਲੱਗ ਗਿਆ, ਇੰਨੀ ਮੈਨੂੰ ਉਮੀਦ ਨਹੀਂ ਸੀ, ਮੇਰਾ ਇਸ ਤਰ੍ਹਾਂ ਦਾ ਹੈ ਨਹੀਂ ਸੀਗਾ ਵੀ ਇੰਨਾ ਟਾਈਮ ਲੱਗੂਗਾ, ਅਤੇ ਜਿੰਨਾ ਕੁ ਮੈਂ ਯਤਨ ਕੀਤਾ ਸਮਝਾਉਣ ਦਾ, ਮਤਲਬ ਦਰਸਾਉਣ ਦਾ ਆਪਦੇ ਵੱਲੋਂ, ਪਤਾ ਨਹੀਂ ਮੈਂ ਕਿੰਨਾ ਕੁ ਉਹ 'ਚ ਸਫਲ ਹੋਇਆ ਜਾਂ ਨਹੀਂ। ਸੋ ਇਹ ਮੇਰੀ ਤਮੰਨਾ ਸੀ ਦਿਲ ਦੀ ਬੜੇ ਚਿਰ ਤੋਂ ਕਿ ਇਸ ਸਫ਼ਰ ਬਾਰੇ ਇਸ ਨੁਕਤੇ ਤੋਂ ਗੱਲ ਕੀਤੀ ਜਾਵੇ, ਮੇਰੇ ਨਾਲ ਹੋਰ ਵੱਧ ਸਮਰੱਥ ਕੋਈ ਇਸੇ ਸਫ਼ਰ ਨੂੰ ਹੋਰ ਵਧੀਆ ਬਿਆਨ ਕਰ ਸਕਦਾ। ਅੱਜ ਮਹਿਬੂਬ ਸਾਹਿਬ ਨਹੀਂ, ਜੇ ਉਹ ਹੁੰਦੇ ਤਾਂ ਇਹਨੂੰ ਹੋਰ ਤਰ੍ਹਾਂ ਇਹ ਦੁਬਿਹਤਰ ਤਰੀਕੇ ਨਾਲ ਉਹ ਸਾਨੂੰ ਦੱਸ ਸਕਦੇ ਸੀ, ਪਰ ਉਹ ਆਪਣੀਆਂ ਰਚਨਾਵਾਂ 'ਚ ਉਹ ਅੰਤਰ ਦ੍ਰਿਸ਼ਟੀਆਂ ਦੇ ਗਏ ਬਸ। ਸੋ ਮੇਰਾ ਖਿਆਲ ਹੁਣ ਆਪਾਂ ਸਮਾਪਤੀ ਕਰੀਏ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰੋ, ਜ਼ਿਆਦਾ ਸਮੇਂ ਲਈ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।